ਕੇਆਰਪੀ 1550 ਏਐਮ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ, 13 ਫਰਵਰੀ ਦਾ ਦਿਨ ਹੈ, ਵਰ੍ਹਾ 2019 ਦਾ ਵੀਰਵਾਰ ਹੈ। 2 ਫੱਗਣ ਨਕਸ਼ੇ ਸੰਮਤ 551 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਰਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ 'ਚ ਖਬਰਾਂ ਹੋਣੀਆਂ ਨੇ 12 ਤੋਂ 1 ਵਜੇ ਤੱਕ। 12:10 ਤੇ ਸਾਡਾ ਮਾਣ ਮੱਤਾ ਸਿੱਖ ਇਤਿਹਾਸ 18ਵੀਂ ਸਦੀ ਦਾ, ਉਸਦੀ ਗੱਲਬਾਤ ਹੋਏਗੀ। ਤੇ ਫਿਰ ਉਸ ਤੋਂ ਅੱਗੇ ਗੱਲਬਾਤ ਹੋਣੀ ਹੈ ਕਿ ਜਦ ਅਸੀਂ ਕਿਸੇ ਨਾਲ ਸੰਵਾਦ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਤਰਕ ਦੀ ਬੁੱਧੀ ਤੇ ਨਾਲ ਵਿਵੇਕ ਹੈ ਜਿਹੜਾ, ਉਹਦੇ ਤੇ ਗੱਲਬਾਤ ਚੱਲਦੀ ਹੈ। ਤੇ ਇੱਕ ਸਮੇਂ ਤੇ ਆ ਕੇ ਜਦ ਸਾਡੀ ਸੋਚ ਹੈ ਜਿਹੜੀ ਉਹ ਮੁੱਕ ਜਾਂਦੀ ਹੈ, ਫਿਰ ਅਸੀਂ ਸ਼ਬਦੀ ਜਿਹੜੇ ਹਮਲੇ ਕਰਦੇ ਹਾਂ, ਫਿਰ ਗੱਲਬਾਤ ਵੀ ਚੱਲਦੀ ਹੈ, ਲਿਖਤ 'ਚ ਵੀ ਗੱਲ ਆਉਂਦੀ ਹੈ, ਤੇ ਸਾਡੇ ਸ਼ਬਦ ਨੇ ਜਿਹੜੇ ਉਹ ਟੇਢੇ ਹੋ ਜਾਂਦੇ। ਤੇ ਇਸਦੇ ਲਈ ਸਾਨੂੰ ਕਿਸ ਤਰ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ? ਮਾਡਰਨ ਜਿਹੜਾ ਯੁੱਗ ਹੈ, ਨਵੀਨਤਵਾਦੀ ਜਿਹੜੀ ਕਹਾਣੀ ਆ, ਉਹਦੇ ਵਿੱਚ ਆਧੁਨਿਕਤਾ ਦਾ ਜਿਹੜਾ ਯੁੱਗ ਹੈ, ਉਹਦੇ ਵਿੱਚ ਸਾਨੂੰ ਕਿਵੇਂ ਖੜਨਾ ਚਾਹੀਦਾ, ਕਿਸ ਤਰ੍ਹਾਂ ਸਾਨੂੰ ਵਰਤਣਾ ਚਾਹੀਦਾ, ਹਰ ਰੋਜ਼ ਦੇ ਜਿਹੜੇ ਵਾਦ ਵਿਵਾਦ ਨੇ ਉਹਨਾਂ ਦੇ ਵਿੱਚੋਂ ਅਸੀਂ ਕਿਸ ਤਰ੍ਹਾਂ ਬਾਹਰ ਨਿਕਲ ਸਕਦੇ। ਤੇ ਦੂਸਰੇ ਹਿੱਸੇ ਦੇ ਵਿੱਚ ਗੱਲਬਾਤ ਹੋਏਗੀ 1 ਤੋਂ 2 ਵਜੇ ਤੱਕ। ਉਹਦੇ ਵਿੱਚ ਆਪਾਂ ਕਹਾਣੀ ਆਪਣੀ ਜ਼ਿੰਦਗੀ ਦੀ ਅੱਜ ਕਰਨੀ, ਕਿਉਂਕਿ ਵੀਰਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਭਾਈਚਾਰੇ ਦੀ। ਜ਼ਿੰਦਗੀ ਬਸਰ ਕਰਨ ਦੇ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਮਾਇਆ ਚਾਹੀਦੀ ਹੈ, ਪਰ ਇਸ ਨੂੰ ਕਮਾਉਣ ਦੇ ਲਈ, ਰੋਜ਼ਮਰਾ ਦੀ ਜ਼ਿੰਦਗੀ ਨੂੰ ਪੂਰਤੀ ਦੇ ਲਈ ਅਸੀਂ ਕਿਵੇਂ ਸਾਹੋ ਬੇਸਾਹ ਹੋਏ। ਇੱਕ ਫਿਲਮ ਦੀ ਚਰਚਾ ਤੁਹਾਡੇ ਨਾਲ ਮੈਂ ਕਰਨੀ ਹੈ। ਉਸ ਫਿਲਮ ਦੀ ਇੱਕ ਮੂਵੀ ਹੈ ਅੰਗਰੇਜ਼ੀ ਦੀ, ਉਸ ਦੀ ਕੁਛ ਗੱਲਬਾਤ ਤੁਹਾਨੂੰ ਸੁਣਾਉਣੀ ਹੈ, ਫਿਰ ਆਪਾਂ ਗੱਲਬਾਤ ਉੱਤੇ ਕਰਾਂਗੇ ਕਿ ਸਾਨੂੰ ਕਿੱਥੇ ਕੁ ਖੜਨਾ ਚਾਹੀਦਾ, ਕਿੰਨਾ ਕੁ ਸਾਨੂੰ, ਕਿੰਨੇ ਕੁ ਸਰੋਤ ਨੇ, ਕਿੰਨੇ ਕੁ ਵਰਤਣੇ ਚਾਹੀਦੇ ਨੇ, ਸਬਰ ਕੀ ਹੈ, ਤੇ ਅਖੀਰ ਜ਼ਿੰਦਗੀ ਦਾ ਅੰਤ ਕੀ, ਕਮਾਈ ਹੈ ਕੀ, ਇਕੱਲੇ ਨੋਟ ਨੇ ਤਾਂ ਹੋਰ ਕੀ ਹੈ, ਤੇ ਜ਼ਿੰਦਗੀ ਮੰਨਣੀ ਕਿਵੇਂ, ਇਸ ਤੇ ਗੱਲਬਾਤ ਹੋਏਗੀ। ਤੁਹਾਡੇ ਵਿਸ਼ੇ ਨੇ, ਤੁਹਾਡੇ ਵਿੱਚੋਂ ਹੀ, ਤੁਹਾਡੀ ਗੱਲਬਾਤ ਦੇ ਵਿੱਚੋਂ ਹੀ ਇਸ ਨੂੰ ਆਪਾਂ ਅੱਗੇ ਕਰਦੇ ਹੁੰਦੇ ਹਾਂ, ਤੇ ਇਸ ਤੇ ਹੀ ਤੁਸੀਂ ਸ਼ਾਮਿਲ ਹੋਣਾ। 1-844-247-1550 ਆਉਣੇ ਨੰਬਰ ਰਹੇ। KRPRadio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ, ਜਿੱਥੇ ਵੀ ਦੁਨੀਆਂ 'ਚ ਬੈਠੇ ਹੋ, ਪ੍ਰੋਗਰਾਮ ਰਹਿ ਜੇ ਤਾਂ ਪ੍ਰੋਗਰਾਮ ਤੁਸੀਂ ਲੋਕ ਸੱਚ ਤੇ ਸੁਣ ਸਕਦੇ ਹੋ। LOKSAETH ਪਾਉਣਾ, ਦਫ਼ਤਰ ਦਾ ਨੰਬਰ 6044-4640-64-62, info@KRPRadio.com ਇਹ ਦਫ਼ਤਰ ਦੀ ਈਮੇਲ ਹੈ, 6044-4640-64-62 ਦਫ਼ਤਰ ਦਾ ਫੋਨ ਨੰਬਰ ਹੈ। ਹਰਜੀਤ ਸਿੰਘ ਗਿੱਲ ਫੇਸਬੁੱਕ ਦੀ ਇਹ ID ਹੈ, harjeet.g@krpiradio.com ਇਹ ਈਮੇਲ ਹੈ। 604-729-1224 ਇਹ ਵਟਸਐਪ ਤੇ ਟੈਕਸ ਦੇ ਲਈ ਫੋਨ ਨੰਬਰ ਹੈ। ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਕਿਰਦੀ ਹੈ, ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਕਿਰਦੀ ਹੈ, ਤੂੰ ਛਿੰਝਾ ਘੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਹੈ, ਤੂੰ ਹਰ ਮੌਸਮ ਦੀ ਆਦੀ ਹੈ, ਤੂੰ ਅੱਜ ਨਹੀਂ ਤੂੰ ਚਿਰਦੀ ਹੈ, ਤੂੰ ਦੁੱਗਣੇ ਬਲ ਸੰਗ ਉੱਠਦੀ ਹੈ ਜਦ ਵੀ ਭੁੰਜੇ ਗਿਰਦੀ, ਤੂੰ ਪਿੱਪਲੀਆਂ ਦੀ ਰੌਣਕ ਹੈ, ਤੂੰ ਗਿੱਧਿਆਂ ਅੰਦਰ ਛਿੜਦੀ ਹੈ, ਤੇ ਥੇਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਹੈ, ਤੂੰ ਅੱਖ ਜੰਡੀਆਂ ਚੋਂ ਨਿਕਲੀ ਹੈ ਤੇ ਜੰਗਲੀ ਮਹਿਕਾਂ ਲੱਦੀ ਹੈ, ਤੂੰ ਸ਼ੰਕਾਂ ਖਾ ਖਾ ਨਿਸਰੀ ਹੈ, ਤੂੰ ਵਾਹ ਵਾਹ ਵੜ ਵੜ ਵੱਗੀ ਹੈ, ਤੂੰ ਆਪਣਿਆਂ ਨੇ ਲੁੱਟੀ ਹੈ, ਤੂੰ ਸਕਿਆਂ ਨੇ ਹੀ ਠੱਗੀ ਹੈ, ਨੀ ਰਜਵ ਅਲੀ ਦੀ ਲਾਡ ਲਈਏ ਤੂੰ ਸਭ ਤੋਂ ਚੰਗੀ ਲੱਗੀ ਹੈ, ਤੂੰ ਸਾਂਝਾ ਪੈ ਪੈ ਫੁੱਲੀ ਹੈ, ਤੂੰ ਚੋਟਾਂ ਖਾ ਖਾ ਭੁੱਲੀ ਹੈ, ਤੂੰ ਫਿਰ ਵੀ ਸਭ ਦੇ ਜ਼ਖਮਾਂ ਤੇ ਕਿ ਮਰਹਮ ਬਣ ਬਣ ਡੁੱਲੀ ਹੈ, ਤੂੰ ਤਰਵਰ ਤਰਵਰ ਬੈਠੀ ਹੈ, ਤੂੰ ਸਰਵਰ ਸਰਵਰ ਕਰਦੀ ਹੈ, ਤੂੰ ਕੋਇਲ ਕੂ ਕੂ ਕਰਦੀ ਹੈ, ਤੂੰ ਹਰਨੀ ਚੁੰਗੀਆਂ ਭਰਦੀ ਹੈ, ਤੂੰ ਧੁੱਪਾਂ ਅੰਦਰ ਘੁਲੀ ਹੋਈ, ਤੂੰ ਚਾਨਣ ਦੇ ਸੰਗ ਧੁਲੀ ਹੋਈ, ਤੂੰ ਤੋੜ ਹਸ਼ਰ ਤੱਕ ਰਹਿਣੀ ਹੈ, ਤੇਰੀ ਲੋੜ ਜਗਤ ਨੂੰ ਪੈਣੀ, ਮਿੱਠ ਬੋਲੜੀ ਹੈ ਅਲਵੇਲੀ ਹੈ, ਤੂੰ ਲੱਖਾਂ ਵਿੱਚ ਅਕੇਲੀ ਹੈ, ਤੂੰ ਕਾਨੀ ਬਾਬੇ ਗੋਰਖ ਦੀ, ਤੂੰ ਕਾਨੀ ਬਾਬੇ ਗੋਰਖ ਦੀ,
ਤੇ ਗੁਰੂ ਨਾਨਕ ਦੀ ਚੇਲੀ। ਤੂੰ ਚਾਦਰਿਆਂ ਦੀ ਆਕੜ ਹੈ, ਤੂੰ ਚੁੰਨੀ ਕੁੜੀ ਗੁਲਾਬੀ ਦੀ, ਤੂੰ ਲਾਲੀ ਫੁੱਲ ਕਰੀਰਾਂ ਦੀ, ਤੂੰ ਚਿੱਕਤ ਹੈ ਮਰਗਾਬੀ ਦੀ, ਜਿੱਥੇ ਦਿਲ ਦੇ ਦੁਖੜੇ ਦਿਓਰਾਂ ਦੇ, ਬਣੀ ਸੁਣਦੀ ਹੈ ਗੁੱਤ ਭਾਬੀ ਦੀ, ਬਈ ਸੁਣਦੀ ਹੈ ਗੁੱਤ ਭਾਬੀ ਦੀ, ਗੱਲ ਹੋਰ ਭਰੀ ਪੰਜਾਬੀ ਦੀ, ਗੱਲ ਹੋਰ ਭਰੀ ਪੰਜਾਬੀ ਦੀ, ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਕਿਰਦੀ ਹੈ, ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਹੈ। ਮਾਂ ਬੋਲੀ ਦੀ ਗੱਲ ਲਿਖਦਾ ਹੈ ਹਰਮਨਜੀਤ। ਐਪ ਤੇ ਕਈ ਵਾਰ ਜਦ ਨਹੀਂ ਚੱਲਦਾ ਜਿਹੜਾ 1550 ਦਾ ਐਪ ਹੈ, ਤਾਂ KRPI ਰੇਡੀਓ ਜਿਹੜਾ ਲਾਈਵ ਹੈ ਉਹ ਸੁਣ ਸਕਦੇ ਹੋ, ਨਹੀਂ ਤਾਂ ਟਿਊਨ ਇਨ ਦਾ ਐਪ ਹੈ ਜਿਹੜਾ, ਉਹ ਪਲੀਜ਼ ਡਾਊਨਲੋਡ ਕਰ ਲਿਆ ਕਰੋ। ਕਈ ਵਾਰ ਕਿਤੇ ਨਾ ਕਿਤੇ ਐਪ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਹੈ, ਤੁਹਾਡੇ ਕੁਛ ਫੋਨ ਆ ਰਹੇ ਨੇ, ਟਿਊਨ ਇਨ ਜਿਹੜਾ ਐਪ ਹੈ ਉਹਦੇ ਤੇ ਵੀ ਇਹਨੂੰ ਸੁਣਿਆ ਜਾ ਸਕਦਾ ਹੈ ਜਿਹੜਾ ਬਦਲ ਇਹ ਹੈ। ਨਹੀਂ ਤਾਂ ਫਿਰ ਤੁਹਾਡਾ ਜਿਹੜਾ ਫੋਨ ਹੈ ਜੇ ਉਹਦੇ ਤੇ ਸਪੀਡ ਠੀਕ ਹੈ ਤਾਂ ਸਿੱਧਾ ਉਹਦਾ ਇੰਟਰਨੈਟ ਜਿਹੜਾ ਬਰਾਊਜ਼ਰ ਹੈ ਖੋਲ ਕੇ ਉਹਦੇ ਤੇ ਸਿੱਧਾ KRPI Radio.com ਤੇ ਜਾ ਕੇ ਲਿਸਨ ਲਾਈਵ ਦਾ ਬਟਨ ਦੱਬ ਕੇ ਵੀ ਸੁਣ ਸਕਦੇ। ਪਹਿਲੀ ਖਬਰ ਜਾਪਾਨ ਦੇ ਵਿੱਚ ਇਸ ਵਰੇ ਦੀਆਂ ਓਲੰਪਿਕਸ ਹੋਣੀਆਂ ਨੇ, ਜਿਹੜੀਆਂ ਸਮਰ ਓਲੰਪਿਕਸ ਨੇ, ਉਹ ਓਲੰਪਿਕਸ ਜਿਹੜੀਆਂ 24 ਜੁਲਾਈ ਨੂੰ ਸ਼ੁਰੂ ਹੋਣੀਆਂ ਨੇ, ਫਰਵਰੀ ਦੇ ਅੱਧ ਚ ਤੁਸੀਂ ਬੈਠੇ ਆ ਹੁਣ, ਤੇ ਮਹੀਨੇ ਰਹਿ ਗਏ 5। ਹੁਣ ਗੱਲ ਕੋਰੋਨਾ ਵਾਇਰਸ ਦੇ ਨਾਲ ਉੱਥੇ ਦੀਆਂ ਓਲੰਪਿਕਸ ਨੂੰ ਜੋੜ ਕੇ ਗੱਲ ਚੱਲ ਰਹੀ ਹੈ ਕਿ ਇਹ ਹੁਣ ਤੋਂ ਬਾਅਦ ਜੁਲਾਈ ਤੱਕ ਹੀ ਸਾਰਾ ਕੁਛ ਠੀਕ ਹੋਜੂ ਤੇ ਲੋਕ ਵੇਖਣ ਜਾਣਗੇ, ਕਿਉਂਕਿ ਬਦਲ ਹੁਣ ਇੱਕ ਹੋ ਗਿਆ ਨਾ ਵੀ TV ਇੱਕ ਬਦਲ ਹੈ, TV ਤੋਂ ਅੱਗੇ ਫੋਨ ਜਿਹੜਾ ਸਮਾਰਟ ਫੋਨ ਹੱਥ ਚ ਉਹ ਬਦਲ ਹੈ। ਕੀ ਸੁਰੱਖਿਅਤ ਮਹਿਸੂਸ ਕਰਨਗੇ ਲੋਕ, ਕਿਉਂਕਿ ਬੁਕਿੰਗ ਜਿਹੜੀ ਹੋਟਲ ਦੀ ਹੁਣ ਤੋਂ ਕੀ ਪਿਛਲੇ ਸਾਲ ਤੋਂ ਸ਼ੁਰੂ ਹੋਈ ਹੈ, ਟਿਕਟਾਂ ਲੋਕਾਂ ਨੇ ਬੁੱਕ ਕਰਾਈਆਂ, ਕੋਈ ਜਾ ਕੇ ਨਿੱਜੀ ਤੌਰ ਤੇ ਵੇਖਣਾ ਚਾਹੁੰਦੇ ਆ, ਇਸ ਗੱਲ ਦਾ ਫਿਕਰ ਲੋਕਾਂ ਨੂੰ ਵੱਡ ਖਾਂਦਾ ਹੈ। ਬਹੁਤ ਵੱਡੀ ਇਨਵੈਸਟਮੈਂਟ ਹੈ, ਦੇਸ਼ ਉਹਦੇ ਵਿੱਚੋਂ ਖਰਚੇ ਭਾਲਦਾ, ਖਰਚੇ ਕਰਕੇ ਤੇ ਉਹਦੇ ਵਿੱਚੋਂ ਕੁਛ ਮੁਨਾਫਾ ਭਾਲਦਾ, ਤੇ ਕੀ ਇਹ ਤਾਂ ਹੀ ਕਹਿ ਦਿੰਦੇ ਨਾ ਵੀ ਹੁਣ ਉਸ ਵੀ ਕਿਸੇ ਚੀਜ਼ ਦੀ ਪਕਿਆਈ ਨਹੀਂ, ਕੱਲ ਨੂੰ ਕੀ ਹੋਣਾ ਕੋਈ ਨਹੀਂ ਜਾਣਦਾ, ਜਾਣਦਾ ਤਾਂ ਪਹਿਲਾਂ ਵੀ ਨਹੀਂ ਸੀ, ਪਹਿਲਾਂ ਵੀ ਕੁਛ ਚੀਜ਼ਾਂ ਜਿਹੜੀਆਂ ਉਹ ਸਰਵ ਸ਼ਕਤੀਮਾਨ ਆਪਣੇ ਹੱਥ ਚ ਰੱਖਦਾ, ਉੱਪਰ ਵੱਲ ਨੂੰ ਵੀ ਨਹੀਂ ਕਹਿ ਸਕਦੇ, ਉੱਪਰ ਤਾਂ ਕੁਛ ਨਹੀਂ ਹੈ, ਉੱਪਰ ਤਾਂ ਅਸਮਾਨ ਹੀ ਦਿਖਦਾ, ਉੱਪਰ ਵਾਲਾ ਜਾਣੇ ਕਈ ਚੀਜ਼ਾਂ ਕਹਿੰਦੇ ਆ, ਪਰ ਉਹ ਸਰਵ ਸ਼ਕਤੀਮਾਨ ਬ੍ਰਹਿਮੰਡ ਸਿਰਜਣ ਵਾਲਾ ਹੈ, ਉਸ ਨੂੰ ਪਤਾ ਹੈ ਕਿ ਕੀ ਹੋਣਾ, ਔਰ ਉਸ ਤਰ੍ਹਾਂ ਹੀ ਹੁੰਦਾ, ਵੱਧ ਘੱਟ ਨਹੀਂ ਹੋਣ ਦਿੰਦਾ, ਹੁੰਦਾ ਉਹੀ ਹੈ ਜਿਵੇਂ ਭਾਲਦਾ। ਹੁਣ ਯੋਕੋਹਾਮਾ ਦੇ ਤੱਟ ਤੇ 5 ਫਰਵਰੀ ਦਾ ਸ਼ਿਪ ਖੜਾ ਇੱਕ ਡਾਇਮੰਡ ਪ੍ਰਿੰਸੈਸ, ਤੇ ਉਹਦੇ ਵਿੱਚੋਂ ਉਹਨੂੰ ਰੋਕੀ ਬੈਠੇ ਆ, ਉਹ ਰੋਕਣ ਉਹ ਚੱਲ ਨਹੀਂ ਰਿਹਾ, ਕਿ ਚੱਲਣਾ ਕਿੱਥੇ ਹੈ, ਉਹਦੇ ਵਿੱਚ 70-80 ਜਣੇ ਅੰਦਰ ਜਿਹੜੇ ਨੇ ਉਹ ਰੋਕੇ ਹੋਏ ਨੇ, ਬਾਹਰ ਨਹੀਂ ਜਾਣ ਦਿੰਦੇ, ਕੁਆਰੰਟੀਨ ਕਹਿੰਦੇ ਨੇ ਉਸਨੂੰ, ਅੰਦਰੇ ਰੱਖਦੇ ਨੇ, ਮਤਲਬ ਵੀ ਗਾਹਾਂ ਫੈਲ ਨਾ ਜਾਵੇ, ਇਹ ਗੱਲ ਦਾ ਰੌਲਾ ਜਿਹੜਾ ਚੀਨ ਦੇ ਵਿੱਚ ਵੀ ਪਿਆ, ਲੋਕ ਘਰਾਂ 'ਚ ਬੰਦ ਨੇ। ਕੱਲ੍ਹ ਇੱਕ ਯੂਟਿਊਬ ਦੀ ਕਨਵਰਸੇਸ਼ਨ ਕਿਸੇ ਨੇ ਭੇਜੀ ਕਿ ਫਿਊਨਰਲ ਹਾਲ ਦੀ ਇੱਕ ਲੇਡੀ ਗੱਲ ਕਰ ਰਹੀ ਹੈ ਵੁਹਾਨ ਦੀ, ਉਹ ਕਹਿੰਦੀ ਝੂਠੇ ਬੋਲ ਰਹੇ ਨੇ ਵੀ ਘੱਟ ਮੌਤਾਂ ਹੋਈਆਂ, ਮੌਤਾਂ ਬਹੁਤ ਹੋਈਆਂ, ਸਾਨੂੰ ਪੁੱਛ ਕੇ ਵੇਖੋ, ਪਰ ਉਹ ਟੈਂਪਰਡ ਹੈ ਉਹਦੀ ਆਵਾਜ਼ ਕੀਤੀ ਹੋਈ, ਤੇ ਉਹਦੇ ਤੋਂ ਇਹ ਲੱਗਦਾ ਕਿ ਇਹ ਸੱਚ ਹੋਏਗੀ ਜਾਂ ਨਹੀਂ, ਤਾਂ ਇਹਦਾ ਜਿਹੜਾ ਇਸ ਲਈ ਸੋਚ ਰਹੇ ਹਾਂ ਕਿ ਕੀ ਹੋਏਗਾ। ਤੋ ਹੁਣ ਇਹ ਓਲੰਪਿਕ ਦਾ ਜਿਹੜਾ ਫਿਕਰ ਪੈ ਗਿਆ ਕਿ ਜਾਪਾਨ ਚ ਕਿਵੇਂ, ਉਹ ਇਹਦੇ ਮੱਦੇ ਨਜ਼ਰ ਹੀ ਜਿਹੜੀਆਂ ਟਿਕਟਾਂ ਨੇ ਲੋਕਾਂ ਦੀਆਂ, ਹਰ ਰੋਜ਼ ਫੋਨ ਆਉਂਦੇ ਨੇ ਕਿ ਜੀ ਸਾਡੇ ਪੈਸੇ ਨਹੀਂ ਵਾਪਸ ਮੁੜ ਰਹੇ, ਸਾਨੂੰ ਪੈਸੇ ਨਹੀਂ ਦੇ ਰਹੇ, ਸਾਨੂੰ ਟਿਕਟ ਰਿਫੰਡ ਜਿਹੜੀ ਹੈ ਉਹ ਕੋਈ 100 ਲੈ ਰਿਹਾ, ਕੋਈ 200 ਲੈ ਰਿਹਾ। ਦੇਖੋ ਦੋ ਗੱਲਾਂ ਨੇ, ਇੱਕ ਤਾਂ ਇਹਦੇ ਕਾਰਨ, ਵਾਇਰਸ ਦੇ ਕਾਰਨ ਕੁਛ ਏਅਰਲਾਈਨਸ ਨੇ ਆਪਣੇ ਤੌਰ ਤੇ ਕਹਿ ਦਿੱਤਾ ਕਿ ਤੁਸੀਂ ਰਿਫੰਡ ਲੈ ਲਓ, ਅਸੀਂ ਫਲਾਈਟਸ ਜਿਹੜੀਆਂ ਕੈਂਸਲ ਕਰ ਦਿੱਤੀ, ਕੋਈ ਵੀ ਜਿਹੜੀ ਚੀਨ ਦੇ ਵਿੱਚ ਦੀ ਲੰਘਦੀ ਹੈ ਜਾਂ ਚੀਨ ਨੂੰ ਜਾਂਦੀਆਂ ਏਅਰਲਾਈਨਸ ਨੇ, ਜਿਹੜਿਆਂ ਨੇ
ਕਹਿ ਦਿੱਤਾ ਸਾਡੀਆਂ ਫਲਾਈਟਸ ਅਸੀਂ ਕੈਂਸਲ ਕਰ ਦਿੱਤੀਆਂ, ਅਸੀਂ ਚੀਨ ਨੂੰ ਅਡਾਰੀ ਨਹੀਂ ਭਰ ਰਹੇ, ਉਹਨਾਂ ਨੇ ਤੁਹਾਨੂੰ ਰਿਫੰਡ ਦੇਣਾ। ਰਿਫੰਡ ਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਨੂੰ ਫੀਸ ਸਰਵਿਸ ਫੀਸ ਨਾਲ ਹੀ ਮਿਲ ਜਾਂਦੀ, ਜਿਹੜੀ ਉਹਨਾਂ ਦੀ ਫੀ ਹੈ ਉਹ ਨਾਲ ਹੀ ਮਿਲਦੀ ਹੈ ਜਦ ਤੁਸੀਂ ਟਿਕਟ ਬੁੱਕ ਕਰਾਓ। ਹੁਣ ਕਈਆਂ ਦਾ ਇਹ ਕਹਿੰਦੇ ਵੀ ਜਦ ਸਾਨੂੰ ਪੂਰੀ ਦੀ ਪੂਰੀ ਹੈ ਰਿਫੰਡ ਕਿਉਂ ਨਹੀਂ ਹੁੰਦੀ, ਕੋਈ 100 ਕੱਟ ਰਿਹਾ, ਕੋਈ 150 ਕੱਟ ਰਿਹਾ। ਇੱਕ ਤਾਂ ਹੋ ਗਿਆ ਇੱਕ ਕੇਸ ਇਹ, ਦੂਸਰਾ ਕੇਸ ਇਹ ਹੈ ਕਿ ਕਰੋਨਾ ਵਾਇਰਸ ਕਰਕੇ ਤੁਸੀਂ ਹੁਣ ਭਾਰਤ ਨੂੰ ਜਾਂ ਚੀਨ ਨੂੰ ਫਲਾਈ ਨਹੀਂ ਕਰਨਾ ਚਾਹੁੰਦੇ ਜਾਂ ਕਿਤੇ ਵੀ ਦੁਨੀਆਂ 'ਚ ਜਾਣਾ ਨਹੀਂ ਚਾਹੁੰਦੇ, ਉਹ ਤੁਸੀਂ ਕਹਿ ਰਹੇ ਹੋ, ਏਅਰਲਾਈਨ ਨਹੀਂ ਕਹਿ ਰਹੀ। ਸਮਝੋ ਇਹਦੇ ਬਾਰੇ ਹਰ ਰੋਜ਼ 10 ਤੋਂ 20 ਫੋਨ ਆਉਂਦੇ ਨੇ, ਪਲੀਜ਼, ਕਿਉਂਕਿ ਮੈਂ ਇਸ ਦਾ ਇਹ ਤੁਹਾਡੇ ਅਤੇ ਟਰੈਵਲ ਏਜੰਟ ਅਤੇ ਏਅਰਲਾਈਨ ਦਾ ਮਾਮਲਾ, ਪਰ ਮੈਂ ਫਿਰ ਵੀ ਦੱਸ ਦਵਾਂ। ਇੱਕ ਤਾਂ ਫਲਾਈਟਸ ਕੈਂਸਲ ਕੀਤੀਆਂ ਏਅਰਲਾਈਨਸ ਨੇ, ਉਹਦੇ 'ਚ ਰਿਫੰਡ ਤੁਹਾਨੂੰ ਮਿਲਣਾ ਹੀ ਮਿਲਣਾ, ਉਹਦਾ ਕੋਈ ਦੂਸਰੀ ਰਾਏ ਹੀ ਨਹੀਂ ਹੈ। ਜੇ 1400 ਦਿੱਤਾ ਤਾਂ 1400 ਹੀ ਮਿਲਣਾ ਚਾਹੀਦਾ। ਜਿਹੜਾ ਤਰਕ ਟਰੈਵਲ ਏਜੰਟ ਦਿੰਦੇ ਨੇ ਵੀ ਅਸੀਂ 100 ਡਾਲਰ ਦੇ 'ਚੋਂ ਫੀ ਲੈਣੀ ਹੈ, ਇਹ ਹੁਣ ਉਹ ਜਾਣਨ ਲੈਣ ਵਾਲੇ, ਪਰ ਜੇ ਤੁਸੀਂ ਕਾਨੂੰਨ ਦੇ ਤੌਰ 'ਤੇ ਕਹੋ ਫੀ ਉਹਨਾਂ ਨੂੰ ਮਿਲ ਗਈ ਸੇਵ ਕਰਨ ਦੀ, ਜਿਹੜੀ ਉਹਨਾਂ ਨੇ ਬੁਕਿੰਗ ਕਰਨੀ ਉਹਦਾ ਫੀ ਮਿਲ ਗਈ। ਜੇ ਹੁਣ ਏਅਰਲਾਈਨ ਕੈਂਸਲ ਕਰ ਰਹੀ ਹੈ ਉਹਨਾਂ ਤੋਂ ਫੀ ਨਹੀਂ ਉਹਨਾਂ ਨੇ ਵਾਪਸ ਲੈਣੀ। ਅਤੇ ਦੂਸਰੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਮੈਂ ਹੁਣ ਸੁਰੱਖਿਅਤ ਰਹਿਣ ਕਰਕੇ ਮੈਂ ਕੈਂਸਲ ਕਰਨੀ, ਉਹਦੇ 'ਚ ਫਿਰ ਏਅਰਲਾਈਨ ਦੀ ਮਰਜ਼ੀ ਆ, ਉਹਦੇ 'ਚ ਤੁਹਾਡੀ ਮਰਜ਼ੀ ਘੱਟ ਹੈ। ਉਹਦੇ 'ਚ ਨਾ ਰੌਲਾ ਪਾਓ ਜੀ ਅਸੀਂ 200 ਨਹੀਂ ਦੇਣਾ, ਅਸੀਂ 250 ਨਹੀਂ ਦੇਣਾ, ਅਸੀਂ 300 ਨਹੀਂ ਦੇਣਾ। ਉਹ ਤਾਂ ਹੁਣ ਜਦ ਦਸਤਖਤ ਕੀਤੇ ਨੇ ਤਾਂ ਉਹ ਤਾਂ ਫਿਰ ਏਅਰਲਾਈਨ ਦੀ ਜਿਹੜੀ ਮਰਜ਼ੀ ਆ ਵੀ ਕਿੰਨੇ ਪਰਸੈਂਟ ਕੱਟ ਕੇ ਅਸੀਂ ਤੁਹਾਨੂੰ ਵਾਪਸ ਕਰਨਾ, ਕਿਉਂਕਿ ਤੁਹਾਡੀ ਜਗ੍ਹਾ ਉਹਨਾਂ ਨੇ ਸੀਟ ਉਸ ਸਮੇਂ ਕਿਸੇ ਨੂੰ ਨਹੀਂ ਦਿੱਤੀ, ਤੁਹਾਨੂੰ ਦਿੱਤੀ। ਜੇ ਕੰਪਨਸੇਸ਼ਨ ਦੀ ਗੱਲ ਚੱਲੀ ਆ ਵੀ ਏਅਰਲਾਈਨ ਫਲਾਈਟ ਕੈਂਸਲ ਕਰ ਦੇਵੇ, ਓਵਰ ਬੁੱਕ ਕਰ ਦੇਵੇ, ਬੰਪ ਅਪ ਕਰ ਦੇਵੇ ਤੁਹਾਨੂੰ, ਤਾਂ ਤੁਹਾਨੂੰ 400 ਤੋਂ ਲੈ ਕੇ 800 ਡਾਲਰ ਜਿਹੜਾ ਏਅਰ ਜਿਹੜਾ ਪੈਸੰਜਰ ਬਿੱਲ ਹੈ ਸੇਫਟੀ ਦੇ ਲਈ ਤੁਹਾਡੇ ਲਈ ਤੇ ਕੰਪਨਸੇਸ਼ਨ ਲਈ ਉਹ ਮਿਲਦਾ, ਤਾਂ ਏਅਰਲਾਈਨਸ ਵੀ ਇਸ ਤਰ੍ਹਾਂ ਹੀ ਕਰ ਸਕਦੇ ਆ। ਤੇ ਫਿਰ ਜਿਹੜਾ ਤੀਸਰਾ ਵਿਸ਼ਾ, ਹੁਣ ਇੱਕ ਗੱਲ ਚੱਲਦੀ ਆ ਵੀ 1400 ਵਾਲੀ ਟਿਕਟ ਆ ਜਿਹੜੀ ਪੰਜਾਬ ਦੀ, ਉਹ ਹੁਣ 3500 ਦੀਆਂ ਵੇਚ ਰਹੇ ਨੇ, ਉਹ ਤਾਂ ਅੱਗੇ ਵੀ ਸਾਹਮਣੇ ਹੀ ਆ। ਏਅਰਲਾਈਨਸ ਤਾਂ ਸਪਲਾਈ ਡਿਮਾਂਡ ਦੀ ਕਹਾਣੀ ਹੈ, ਇੱਕ ਫਲਾਈਟ ਦੀ ਜਗ੍ਹਾ ਉਹਨਾਂ ਦੇ ਕੋਲ 300-200 ਸੀਟਾਂ ਦੀ ਜਗ੍ਹਾ 800 ਬੰਦੇ ਸੀਟਾਂ ਮੰਗ ਰਹੇ ਨੇ, ਉਹਨਾਂ ਨੇ ਕਮਾਈ ਕਰਨੀ ਆ ਉਹਦੇ 'ਚੋਂ। ਜਿਸ ਦਿਨ ਘੱਟ ਪੈਸੰਜਰ ਹੁੰਦੇ ਨੇ ਉਹ ਉਹੀ ਸੀਟ 2000 ਦੀ, 400 ਦੀ, 500 ਦੀ। ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਇੱਕ ਲੋਕਲ ਏਅਰਲਾਈਨ ਨੇ $700 ਦਾ ਪਾਸ ਦਿੱਤਾ ਵੀ 4 ਮਹੀਨੇ ਜਿੱਥੇ ਜਿੱਥੇ ਸਾਡੀਆਂ ਏਅਰਲਾਈਨ ਜਾਂਦੀ ਹੈ ਕੈਨੇਡਾ 'ਚ, ਜਿੱਧਰ ਨੂੰ ਮਰਜ਼ੀ ਚੜ੍ਹੇ ਫਿਰੋ, $700 ਟੋਟਲ ਲੈਣਾ, ਚਾਹੇ 70 ਫਲਾਈਟਾਂ ਲੈ ਲਓ 5 ਮਹੀਨੇ 'ਚ, 4 'ਚ, ਮਈ ਤੋਂ ਲੈ ਕੇ ਫਰਵਰੀ ਤੱਕ। ਸੋ ਇਹ ਏਅਰਲਾਈਨ ਜਦ ਤੁਸੀਂ ਆਪਣੇ ਤੌਰ 'ਤੇ ਕੈਂਸਲ ਕਰਨੀ ਆ, ਫਿਰ ਉਹਨਾਂ ਦੀ ਮਰਜ਼ੀ ਹੈ। ਜਾ ਕੇ ਤੁਸੀਂ ਉੱਥੇ ਫਲਾਈਟ, ਜਦ ਵੀ ਮੈਂ ਤਾਂ ਆ ਜਾਣਾ 10 ਦਿਨ ਨੂੰ ਜਾਣਾ, ਮੇਰੇ ਚਾਚੇ ਦੇ ਮੁੰਡੇ ਦਾ ਵਿਆਹ, ਉਹ ਕਹਿੰਦੇ ਨੇ ਪਹਿਲਾਂ ਤਾਂ ਜਿਹੜੀ ਕੈਂਸਲੇਸ਼ਨ ਜਿਹੜੀ ਨਵੀਂ ਬੁਕਿੰਗ ਆ ਉਹਦਾ ਲਿਆਓ ਜੀ $200, ਫਿਰ ਜੇ ਇੱਧਰੋਂ 700 ਦੀ ਤੁਹਾਡੀ ਟਿਕਟ ਸੀ ਪੰਜਾਬ ਤੋਂ ਜਾਣ ਲਈ, ਹੁਣ ਉਸੇ ਏਅਰਲਾਈਨ 'ਚ 1100 ਦੀ ਮਿਲਦੀ ਹੈ, $400 ਉਹ, 200 ਸਾਡੀ ਕੈਂਸਲੇਸ਼ਨ ਫੀਸ ਤੇ ਨਵੀਂ ਫੀਸ ਜਿਹੜੀ, $600 ਪਲੱਸ ਟੈਕਸ ਦੇ ਦਿਓ। ਫਿਰ ਜਿਹੜਾ ਇੰਸ਼ੋਰੈਂਸ ਕਰਾ ਕੇ ਜਾਂਦੇ ਹੁੰਦੇ ਹੋ, ਇੰਸ਼ੋਰੈਂਸ ਤੁਹਾਨੂੰ ਜਦ ਪੰਜਾਬ ਨੂੰ ਜਾਂਦੇ ਹੋ ਜਾਂ ਦੂਰ ਨੂੰ ਜਾਂਦੇ ਹੋ, ਜਾਂ 2000-1500 ਦੀ ਫਲਾਈਟ ਹੈ, $50 ਦੀ ਇੰਸ਼ੋਰੈਂਸ, $60 ਦੀ, 70 ਦੀ ਜ਼ਰੂਰੀ ਆ। ਕਰਾਓ ਕਿਸੇ ਕਾਰਨ ਕਰਕੇ, ਮੈਡੀਕਲ ਕਰਕੇ ਨਾ ਆ ਸਕੇ, ਕੋਈ ਕਾਰਨ ਹੋਗਾ ਤੁਸੀਂ ਆ ਨਾ ਸਕੇ, ਤਾਂ ਉਸ ਦੇ ਲਈ ਤੁਹਾਡੇ ਕੋਲ ਕੁਛ ਨਾ ਕੁਛ ਹੱਥ 'ਚ, ਤੁਸੀਂ ਉਹਦੀ ਚੇਂਜਸ ਕਰਾ ਲਓ। ਚੇਂਜ ਫੀ ਇੰਨੀ, ਡਿਫਰੈਂਸ ਆਫ ਫੇਅਰਸ ਇੰਨਾ। ਹੁਣ ਇਸ ਤਰ੍ਹਾਂ ਨਾ ਕਰੋ ਵੀ ਤੁਸੀਂ ਇਸ ਕਰਕੇ ਕਰੋਨਾ ਵਾਇਰਸ ਕਰਕੇ ਫਲਾਈ ਨਹੀਂ ਕਰਨਾ ਚਾਹੁੰਦੇ, ਪਰ ਤੁਸੀਂ ਜੇ ਟਿਕਟ 2000 ਦੀ ਲਈ ਹੈ ਤਾਂ 2000 ਹੀ ਤੁਸੀਂ ਵਾਪਸ ਚਾਹੁੰਦੇ। ਇਸ ਤਰ੍ਹਾਂ ਨਹੀਂ ਹੋਣਾ, ਇਹ ਕਦੇ ਵੀ ਨਹੀਂ ਹੋਣਾ, ਕਿਉਂਕਿ ਉਹਨਾਂ ਨੇ ਤੁਹਾਨੂੰ ਹੁਣ ਉਹਦਾ ਕੱਟ ਕਟੌਤ ਕਰਕੇ ਹੀ ਦੇਣਾ। ਫਿਰ ਵੀ ਗੁੱਡ ਡਿਸੀਜ਼ਨ ਆ, ਤੁਸੀਂ ਜੇ ਰਿਸਕ ਨਹੀਂ ਲੈਣਾ ਚਾਹੁੰਦੇ, ਨਹੀਂ ਜ਼ਰੂਰੀ ਕੰਮ, ਨਾ ਫਲਾਈ ਕਰੋ। ਅਤੇ ਇੱਕ ਹੋਰ ਜਿਹੜਾ OCI ਕਾਰਡ ਵਾਲੇ ਨੇ, ਇਹ ਵੀ ਸਮਝ ਲਿਓ, ਏਅਰਪੋਰਟ ਤੋਂ ਬਹੁਤ ਪੈਸੰਜਰ ਮੁੜ ਰਹੇ ਨੇ, ਸੁਣ ਲਿਓ। ਇੱਕ OCI ਹੈ ਜਿਹੜਾ ਓਵਰਸੀਜ ਸਿਟੀਜ਼ਨਸ਼ਿਪ ਆਫ ਇੰਡੀਆ, OCI ਇੱਕ ਤੁਹਾਡੇ ਪਾਸਪੋਰਟ ਵਰਗਾ ਹੀ ਕਾਪੀ ਬਣੀ ਹੋਈ ਹੈ। ਜਿਸ ਦਿਨ ਤੁਸੀਂ ਅਪਲਾਈ ਕਰਦੇ ਹੋ ਉਸ ਸਮੇਂ ਜਿਹੜਾ ਪਾਸਪੋਰਟ ਆ, ਪਹਿਲਾ ਪਾਸਪੋਰਟ, ਉਹ 5 ਸਾਲਾਂ ਦਾ ਹੈ, ਮੰਨ ਲਓ 25 ਸਾਲ ਦਾ ਵੀਜ਼ਾ, ਉਹ 10 ਸਾਲ ਦਾ, 10 ਸਾਲਾਂ ਬਾਅਦ, 5 ਸਾਲਾਂ ਬਾਅਦ ਤੁਸੀਂ ਨਵਾਂ ਪਾਸਪੋਰਟ ਲੈ ਲਿਆ।
ਜਾਂ ਤਾਂ ਲੋਕਲ ਕੌਂਸੂਲੇਟ ਤੇ ਜਾ ਕੇ ਨਵੇਂ ਪਾਸਪੋਰਟ ਤੇ ਆਪਣਾ OCI ਜਿਹੜਾ ਉਹਨੂੰ ਉਹਦਾ ਨੰਬਰ ਪਵਾਓ, ਉਹਨੂੰ ਅਪਡੇਟ ਕਰੋ ਸਿਸਟਮ ਚ, ਜਾਂ ਜਿਹੜਾ ਪਹਿਲਾ ਪਾਸਪੋਰਟ ਆ ਤੁਹਾਡਾ ਕੈਨੇਡੀਅਨ ਜਾਂ ਅਮਰੀਕਨ ਜਿੱਥੇ ਦੇ ਵੀ ਜਿਹਨਾਂ ਨੇ OCI ਲਈ ਹੈ, ਉਹ ਪਹਿਲਾ ਪਾਸਪੋਰਟ ਤੁਹਾਡੇ ਹੱਥ ਚ ਚਾਹੀਦਾ ਜਾਂ ਤੁਸੀਂ ਚੜ੍ਹਨਾ ਏਅਰਪੋਰਟ ਤੋਂ ਲੋਕ ਵਾਪਸ ਜਾ ਰਹੇ ਨੇ ਤੇ ਲੋਕਾਂ ਦੀਆਂ ਫਲਾਈਟਾਂ ਕੈਂਸਲ ਹੋ ਰਹੀਆਂ ਨੇ। ਇਹ 1 ਜਨਵਰੀ ਤੋਂ ਨਵਾਂ ਰੂਲ ਹੈ। ਖਾਸ ਤੌਰ ਤੇ ਜਿਹੜੀ ਫਲਾਈਟ ਜਿਹੜੀ ਪੰਜਾਬ ਨੂੰ ਡਾਇਰੈਕਟ ਏਅਰ ਕੈਨੇਡਾ ਦੀ ਫਲਾਈਟ ਹੈ, ਬਹੁਤ ਲੋਕਾਂ ਦੀ ਫਲਾਈਟ ਪਿਛਲੇ ਵੀਕ ਇਸ ਚੋਂ ਰਹਿ ਗਈ ਕਿ ਉਹਨਾਂ ਕੋਲ ਪਹਿਲੇ ਪਾਸਪੋਰਟ ਉਹਨਾਂ ਦੇ ਕੋਲ ਨਹੀਂ ਸੀ, ਨਵਾਂ ਪਾਸਪੋਰਟ ਬਣਾ ਲਿਆ ਕਿਉਂਕਿ ਦੂਜਾ 25 ਸਾਲ ਦਾ ਵੀਜ਼ਾ, ਜਿਵੇਂ ਮਸਲਨ 10 ਸਾਲ ਦਾ ਵੀਜ਼ਾ ਤੁਹਾਡਾ ਲੱਗਿਆ ਹੁੰਦਾ ਸੀ, 5 ਸਾਲ ਦਾ ਪਾਸਪੋਰਟ ਸੀ, ਨਵਾਂ ਪਾਸਪੋਰਟ ਬਣਾਉਂਦੇ ਸੀ ਆਪਾਂ ਵੀਜ਼ਾ ਟਰਾਂਸਫਰ ਨਵੇਂ ਪਾਸਪੋਰਟ ਤੇ। ਇਸ ਤਰ੍ਹਾਂ ਹੀ OCI ਵੀ ਨਵੇਂ ਪਾਸਪੋਰਟ ਤੇ ਜਿਹੜਾ ਰਜਿਸਟਰ ਹੋਣਾ, ਇੱਥੋਂ ਹੀ ਨਹੀਂ ਚੜ੍ਹਨ ਦਿੰਦੇ, ਉੱਥੋਂ ਤਾਂ ਛੱਡੋ, ਚਲੋ ਸ਼ੁਕਰ ਆ ਇੱਥੇ ਘਰੇ ਬੈਠੇ, ਜੇ ਉੱਥੇ ਦਿੱਲੀ ਘੇਰ ਲੈਣਗੇ ਉੱਥੇ ਦੇਖੋ ਕੀ ਬਣੂਗੀ ਗੱਲ, ਦੇਸ਼ ਚ ਤੁਸੀਂ ਉਤਰਿਓਗੇ ਨਾ ਅੰਦਰ ਨਹੀਂ ਜਾ ਸਕਦੇ, ਤੁਹਾਡੇ ਕੋਲ ਕਾਗਜ਼ ਪੱਤਰ ਹੈ। ਉਦੋਂ ਅੱਗੇ ਜਿਹੜਾ ਆਨਲਾਈਨ ਤੁਹਾਨੂੰ ਈ ਵੀਜ਼ਾ ਮਿਲਦਾ ਜਿਹੜਾ ਹਰ ਸਾਲ ਟਰੈਵਲ ਕਰਦਾ, ਜੇ OCI ਨਹੀਂ ਲੈਣਾ, 10 ਸਾਲ ਦੇ ਵੀਜ਼ੇ ਨਹੀਂ ਲੈਣੇ, ਆਰਾਮ ਨਾਲ $60-70 ਤੁਹਾਡੇ ਲੱਗਦੇ ਆ, 24 ਘੰਟੇ ਤੁਹਾਨੂੰ ਕੰਪਿਊਟਰ ਤੇ ਅਪਲਾਈ ਕਰੋ, ਤੁਹਾਡਾ ਵੀਜ਼ਾ ਆ ਜਾਂਦਾ ਤੇ ਉਹਦੇ ਬਾਅਦ ਆਪਣਾ ਲਾਭ ਆਰਾਮ ਨਾਲ ਲੈ ਕੇ ਚੜ੍ਹ ਜਾਓ। ਸੋ OCI ਵਾਲੇ ਪਹਿਲੇ ਪਾਸਪੋਰਟ ਨੂੰ ਜਾਂ ਤਾਂ ਜਾਣ ਵੇਲੇ ਨਾਲ ਲੈ ਕੇ ਜਾਓ, ਨਹੀਂ ਤਾਂ ਨਵਾਂ ਪਾਸਪੋਰਟ ਆ ਜਿਹੜਾ ਉਹਦੇ ਰਾਹੀਂ ਲੋਕਲ ਅੰਬੈਸੀ ਚ ਜਾ ਕੇ ਨਵੇਂ ਪਾਸਪੋਰਟ ਤੇ OCI ਨੂੰ, ਪੁਰਾਣਾ ਜਿਹੜਾ OCI ਤੁਹਾਡਾ 25 ਵਰ੍ਹਿਆਂ ਦਾ ਸ਼ਾਇਦ ਵੀਜ਼ਾ, ਉਹਨੂੰ ਨਵੇਂ ਪਾਸਪੋਰਟ ਤੇ ਅਪਡੇਟ ਕਰੋ, ਅਦਰਵਾਈਜ਼ ਇੱਥੋਂ ਨਹੀਂ ਚੜ੍ਹਨ ਦੇ ਰਹੇ। OCI ਵਾਲਿਆਂ ਦੀ ਅਲੱਗ ਲਾਈਨ ਲਾਉਂਦੇ ਆ, ਵੈਨਕੂਵਰ ਏਅਰਪੋਰਟ ਤੋਂ ਲੋਕਾਂ ਨੂੰ ਮੋੜਿਆ, ਇੱਕ ਯਾਦ ਤੌਰ ਖਾਸ ਤੌਰ ਤੇ ਯਾਦ ਰੱਖ ਕੇ ਇਸ ਦਾ ਖਿਆਲ ਰੱਖਿਓ ਜਦ ਤੁਸੀਂ ਅਪਲਾਈ ਕਰਨਾ। ਵੈਸੇ ਹੀ ਵਧੀਆ ਜੇ ਇਹ ਤਾਂ ਤੁਹਾਡੀ ਮਰਜ਼ੀ ਹੈ, ਜਾਂ ਤੁਸੀਂ ਕੈਨੇਡੀਅਨ ਪਾਸਪੋਰਟ ਉਹਨਾਂ ਨੂੰ ਦੇਣਾ ਜਾਂ ਪੁਰਾਣਾ ਰੱਖਣਾ, ਜੇ ਪੁਰਾਣਾ ਜਿਵੇਂ ਵੀਜ਼ਾ ਕਿਸੇ ਦਾ ਲੱਗਿਆ ਹੋਇਆ ਪਹਿਲੇ ਤੇ, ਉਹਨੂੰ ਨਾਲ ਲੈ ਜਾਓ, ਉਹਦਾ ਵਜ਼ਨ ਨਹੀਂ ਹੈ। ਮੰਨ ਲਓ 10 ਸਾਲ ਦਾ ਵੀਜ਼ਾ ਜਿਹੜਾ ਪਹਿਲੇ ਪਾਸਪੋਰਟ ਤੇ ਲੱਗਿਆ ਤੇ ਉਹ ਮੁੱਕ ਗਿਆ ਤੇ ਨਵੇਂ ਤੇ 5 ਸਾਲ ਦਾ ਹਲੇ ਰਹਿੰਦਾ, ਉਹਦੇ ਤੇ ਤੁਸੀਂ ਟ੍ਰਾਂਸਫਰ ਕਰ ਲਿਆ, ਪੁਰਾਣਾ ਪਾਸਪੋਰਟ ਨਾਲ ਹੀ ਲੈ ਜਾਓ, ਬੋਝੇ ਚ ਪਾ ਕੇ ਦਿਖਾ ਦਿਓ ਵੀ ਇਹਦੇ ਤੇ ਲੱਗਿਆ ਸੀ, ਪੂਰੇ ਕਾਗਜ਼ ਪੱਤਰ ਵੇਖ ਕੇ। ਜਿਹੜੇ ਏਅਰਲਾਈਨ ਚੜ੍ਹਦੇ ਹੋ, ਟਿਕਟਾਂ ਲੈਂਦੇ ਹੋ, ਆਪਣਾ ਇੰਸ਼ੋਰੈਂਸ ਜ਼ਰੂਰ ਕਰਾਓ, ਇਹ ਬਹੁਤ ਜ਼ਰੂਰੀ ਹੈ। ਇੱਕ ਹੋਰ ਲਿਸਨਰ ਨੇ, ਕਿਸੇ ਨੇ ਐਡਵਾਈਸ ਕੀਤਾ ਕਿ ਵੀਜ਼ਾ ਜਿਹੜਾ ਤੁਹਾਡਾ ਹੁੰਦਾ ਨਾ ਕ੍ਰੈਡਿਟ ਕਾਰਡ, ਉਹਦੇ ਤੇ ਟ੍ਰਿਪ ਇੰਟਰਪਸ਼ਨ ਦਾ ਇੱਕ ਇੰਸ਼ੋਰੈਂਸ ਵਿੱਚੇ ਦਿੱਤਾ ਹੁੰਦਾ ਤੁਹਾਡੇ ਸਿਸਟਮ, ਜਦ ਤੁਸੀਂ ਵੀਜ਼ਾ ਲੈਂਦੇ ਹੋ ਟ੍ਰਿਪ ਕੈਂਸਲੇਸ਼ਨ ਤੇ ਟ੍ਰਿਪ ਇੰਟਰਪਸ਼ਨ, ਉਹ ਵੀ ਇੰਸ਼ੋਰੈਂਸ ਹੁੰਦਾ ਜੇ ਕੋਈ ਵੀਜ਼ਾ ਤੁਸੀਂ ਵਰਤਦੇ ਹੋ। ਤੇ ਉਹ ਵੀ ਤੁਹਾਨੂੰ ਇਹਦੇ ਚ ਫਾਇਦਾ ਦੇ ਸਕਦਾ, ਉਹਦੇ ਦੇ ਵਿੱਚ ਵੀ ਮੇ ਬੀ ਡਾਕਟਰ ਦਾ ਨੋਟ ਹੋਣਾ ਚਾਹੀਦਾ ਵੀ ਕਾਹਦੇ ਲਈ ਤੁਸੀਂ ਜਾ ਨਹੀਂ ਸਕਦੇ, ਤੇ ਉਹਦੇ ਲਈ ਜਿਹੜਾ ਕ੍ਰੈਡਿਟ ਕਾਰਡ ਦਾ ਇੰਸ਼ੋਰੈਂਸ ਹੁੰਦਾ ਟ੍ਰਿਪ ਕੈਂਸਲੇਸ਼ਨ ਦਾ, ਕੁਛ ਗੋਲਡ ਕਾਰਡ ਦੇ ਵਿੱਚ ਸ਼ਾਇਦ ਜ਼ਿਆਦਾਤਰ ਇਹ ਹੁੰਦੀ ਆ ਤੁਹਾਡੀ, ਮਤਲਬ ਇਹ ਨੁਕਤੇ ਨੇ ਤੁਹਾਡੇ। ਕਈ ਵਾਰ ਆਪਾਂ ਪਰਿਵਾਰ ਦਾ 10,000 ਦੀਆਂ ਟਿਕਟਾਂ ਹੁੰਦੀਆਂ 5, ਤੇ ਉਹਦੇ ਤੇ ਨਾਲ $200 ਖਰਚਣਾ ਇੰਸ਼ੋਰੈਂਸ ਦਾ ਜ਼ਰੂਰੀ ਹੈ। ਜੇ ਵੀਜ਼ਾ ਕਾਰਡ ਤੇ ਕੀਤਾ, ਬਾਏ ਕੀਤਾ, ਮਾਇਲਸ ਵੀ ਤੁਹਾਨੂੰ ਉਹਦੀਆਂ ਮਿਲਦੀਆਂ, ਪਰ ਨਾਲ ਚੈੱਕ ਕਰ ਲਓ ਕੀ ਤੁਹਾਡੇ ਵੀਜ਼ਾ ਕਾਰਡ ਤੇ ਉਹ ਸਹੂਲਤ ਹੈ ਟ੍ਰਿਪ ਕੈਂਸਲੇਸ਼ਨ ਦੀ ਜਾਂ ਟ੍ਰਿਪ ਇੰਟਰਪਸ਼ਨ ਦੀ। ਹਾਂ, ਉਹਦਾ ਕੋਈ ਬੇਸ ਚਾਹੀਦਾ। ਇਸ ਤਰ੍ਹਾਂ ਨਹੀਂ ਹੈ ਵੀ ਨਾ ਹੁਣ ਨਹੀਂ ਅਸੀਂ ਜਾਣਾ, ਇਸ ਤਰ੍ਹਾਂ ਨਹੀਂ ਜਾਣਾ, ਕੋਰੋਨਾ ਵਾਇਰਸ ਹੋ ਗਿਆ, ਅਸੀਂ ਇਹਦੇ ਲਈ ਰਿਸਕ ਨਹੀਂ ਲੈਣਾ ਚਾਹੁੰਦੇ। ਸੋ ਸਮਝਣਾ ਹੈ ਇਹਦੇ ਚ ਕਿ ਕਿਸ ਤਰ੍ਹਾਂ ਤੁਸੀਂ ਇਸ ਮੁਸ਼ਕਲ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਰੱਖ ਸਕਦੇ। ਦੂਸਰੀ ਗੱਲ, ਕੋਸਟਲ ਗੈਸ ਪਾਈਪ ਲਾਈਨ ਤੇ ਬੜਾ ਸਾਰਾ ਦੇਸ਼ ਏ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਚੁਰਸਤੇ ਤੇ ਕਿਸੇ ਏਰੀਏ ਦੇ ਵਿੱਚ ਝੰਡਾ ਗੱਡੀ ਬੈਠੇ ਨੇ। ਹੁਣ 2 ਕਿਸਮ ਦੀ ਰਾਏ ਹੈ। ਪਹਿਲੀ ਵਾਰ ਹੋਇਆ ਕਿ ਇੰਡੀਜਨਸ ਲੋਕ ਜਿਹੜੇ ਆਪ ਮੂਲ ਵਾਸੀ ਨੇ ਇੱਕ ਦੂਜੇ ਦੇ ਸਾਹਮਣੇ ਖੜ ਗਏ, ਉਹਨਾਂ ਦੀ ਰਾਤ ਹਿਊਸਟਨ ਦੇ ਵਿੱਚ ਇੱਕ ਮੀਟਿੰਗ ਹੋਈ ਹੈ BC 'ਚ। ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਪੁਸ਼ਤ ਚੀਫ ਨੇ ਉਹ ਵਿਰੋਧ ਕਰ ਰਹੇ ਨੇ, ਜ਼ਿਆਦਾਤਰ ਚੀਫ ਨੇ ਜਿਹੜੇ ਚੁਣੇ ਹੋਏ ਨੇ ਉਹ ਕਹਿੰਦੇ ਨਾ ਨਾ, ਮਸਾਂ ਇਸ ਏਰੀਏ ਦੇ ਵਿੱਚ ਕੁਛ ਹੋਣ ਲੱਗਿਆ, ਇੱਥੇ ਕੱਖ ਨਹੀਂ, ਲੋਗਿੰਗ ਇੱਥੇ ਖਤਮ ਹੋ ਗਈ, ਰੋਟੀ ਕਿੱਥੋਂ ਖਾਣੀ ਹੈ, ਇਹ ਪ੍ਰੋਜੈਕਟ ਜਿਹੜਾ ਸਿਰੇ ਜਾਣਾ ਚਾਹੀਦਾ, ਇਹਨੂੰ ਨਾ ਰੋਕੋ।
ਔਰ ਕੀ ਕਰਨਾ ਇੱਥੇ, ਗੋਡੇ ਗੋਡੇ ਲੱਕ ਲੱਕ ਇੱਥੇ ਬਰਫ਼ ਹੈ ਤੇ ਸਾਲ ਦੇ ਵਿੱਚ 6 ਮਹੀਨੇ ਇੱਥੇ ਬੰਦ ਰਹਿੰਦਾ ਸਾਰਾ ਕੁਛ, ਇੱਥੇ ਕੋਈ ਆਉਂਦਾ ਨੀ ਜਾਂਦਾ ਨੀ, ਪੈ ਲੈਣ ਦਿਓ ਪਾਈਪ ਲਾਈਨ ਤੇ ਅਸੀਂ ਰੋਟੀ ਦੀ ਯੋਗੇ ਤਾਂ ਹੋਈਏ, ਨੌਕਰੀਆਂ ਮਿਲਣਗੀਆਂ, ਬਹੁਤ ਵੱਡਾ ਪ੍ਰੋਜੈਕਟ ਹੈ, ਅਸੀਂ ਸਾਨੂੰ ਨੌਕਰੀਆਂ ਮਿਲਣਗੀਆਂ ਏਰੀਏ ਦੇ ਨੂੰ। ਸੋ ਇਹ ਜਿਹੜੀ ਹੈ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਹੋਵੇ ਕੀ। ਰਾਜਨੀਤੀ ਵਾਲੇ ਪਾਸਿਓਂ ਜੌਨ ਬੇਡ ਨੂੰ ਲਿਆਉਣ ਦੀ ਕੰਸਰਵੇਟਿਵ ਲੀਡਰਸ਼ਿਪ ਦੇ ਵਿੱਚ ਬੜਾ ਰੌਲਾ ਪੈ ਰਿਹਾ ਕਿ ਜੌਨ ਬੇਡ ਆਉਣਾ ਚਾਹੀਦਾ। ਰਾਜਨੀਤਿਕ ਬੰਦੇ ਆ ਜਿਹੜੇ ਬੜਾ ਸੋਚਦੇ ਆ, ਇਹਨਾਂ ਦੇ ਨਾਲ ਜਿਹੜੇ ਆਲੇ ਦੁਆਲੇ ਅਮਲਾ ਫੈਲਾਉਂਦਾ, ਖਾਸ ਤੌਰ ਤੇ ਤਜਰਬੇ ਵਾਲੇ ਬੰਦੇ ਨੇ, ਉਹ ਭੱਜਦੇ ਘੋੜੇ ਤੇ ਫਿਰ ਪੈਸਾ ਲਾਉਂਦੇ ਆ, ਇਸ ਤਰ੍ਹਾਂ ਕੱਚਾ ਕੰਮ ਨਹੀਂ ਕਰਦੇ। ਕਿਉਂਕਿ ਜਿੱਦਣ ਇਹ ਨਿਕਲਦੇ ਆ ਅਖਾੜੇ ਦੇ ਵਿੱਚੋਂ ਵੀ ਹੁਣ ਧੂੰਆਂ ਬਹੁਤ ਹੈ ਤੇ ਦੁਬਾਰਾ ਆਵਾਂਗੇ ਜਦ ਲਟਾ ਲੱਟ ਅੱਗ ਮੱਚੂ, ਉਦੋਂ ਕਹਿ ਦਿੰਦੇ ਨੇ ਜਵਾਕਾਂ ਦਾ ਬਹੁਤ ਫਿਕਰ ਆ ਗਿਆ, ਘਰ ਵਾਲੀ ਨਿੱਤ ਲੜਦੀ ਹੈ ਜਦ ਬੈਗ ਚੱਕਦਾ, ਉਹ ਕਹਿੰਦੀ ਘਰੇ ਨਹੀਂ ਰਹਿੰਦਾ, ਹੁਣ ਫੈਮਿਲੀ ਟਾਈਮ ਮੈਂ ਦੇਣਾ ਫੈਮਿਲੀ ਟਾਈਮ। ਤੇ ਫੈਮਿਲੀ ਟਾਈਮ 'ਚ ਜਦ ਜਾਂਦੇ ਆ, ਜਦ ਨੂੰ ਪੰਜ ਚਾਰ ਇੱਕ ਦੋ ਟਰਨ ਲੰਘ ਜਾਂਦੀਆਂ ਤੇ ਫਿਰ ਉਹ ਕਹਿੰਦੇ ਨੇ ਮਾਉਂਦਿਆਂ ਮੁੜ ਕੇ। ਸੋ ਤਾਂ ਹੀ ਕਈ ਵਾਰ ਸੀਜ਼ਨਲ ਪੋਲੀਟੀਸ਼ੀਅਨ ਵੀ ਕਿਹਾ ਜਾਂਦਾ। ਪਰ ਕਈ ਨੇ ਜਿਨ੍ਹਾਂ ਨੇ ਵਿਵਾਦ ਨਹੀਂ ਹੁੰਦਾ, ਕਈਆਂ ਦਾ ਜਨਮੇ ਵਿਵਾਦ ਚੋਂ ਹੁੰਦਾ ਨਾ, ਜਿੱਥੇ ਮਰਜ਼ੀ ਬਿਠਾ ਲਓ, ਮੁੱਖ ਮੰਤਰੀ ਬਣਾ ਲਓ, ਉਹਦੇ ਬਾਅਦ ਬਸ ਉਹਨਾਂ ਜਿੱਥੇ ਮਰਜ਼ੀ ਬਿਠਾ ਲਓ, ਉਹਨਾਂ ਨੇ ਕਹਿਣਾ ਕੌਮ ਨੂੰ ਕਮਿਊਨਿਟੀ ਨੂੰ ਵੱਢਣਾ ਹੀ ਵੱਢਣਾ, ਉਹਨਾਂ ਦੀਆਂ ਲਿਖਤਾਂ, ਉਹਨਾਂ ਦੀ ਗੱਲ, ਉਹਨਾਂ ਦੀ ਬਾਤ, ਜਿੱਥੇ ਜਾਣਾ ਉੱਥੇ ਡੋਲੂ ਮੁੱਧਾ ਮਾਰਨਾ, ਜਿਹੜੀ ਪਾਰਟੀ ਚਲੇ ਗਏ ਉੱਥੇ ਮੁੱਧਾ ਮਾਰਨਾ, ਕਿਉਂਕਿ ਬੇਸਿਕ ਬੁਨਿਆਦ ਹੈ ਜਿਹੜੀ। ਔਰ ਦੁੱਖ ਖਾਸ ਤੌਰ ਤੇ ਆਪਣੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦਾ ਇੱਕ ਹੈ ਕਿ ਅਸੀਂ ਕਿਤੇ ਪਾਉਣੀ ਹੁੰਦੀ ਹੈ ਤੇ ਅਸੀਂ ਇਹ ਸੋਚ ਕੇ ਚਲੋ ਆਪਣੇ ਨੂੰ ਪਾ ਦਿਓ, ਪਰ ਇਹ ਸਮੇਂ ਅਸੀਂ ਇਹ ਨਹੀਂ ਸੋਚਦੇ ਹੁੰਦੇ ਕਿ ਇਹਦੇ ਵਿੱਚੋਂ ਨਿਕਲਣਾ ਕੀ, ਇਹ ਆਪਣੇ ਤੇ ਪਰਾਏ ਦੀ ਤੁਹਾਡੇ ਸਿਰ ਤੇ ਅਦਾਰੇ ਨੇ ਬਹੁਤ ਜਿਹੜੇ ਚੱਲਦੇ ਨੇ, ਨਵੇਂ ਅਦਾਰੇ ਆਉਣਗੇ, ਪਹਿਲੇ ਚੱਲ ਰਹੇ ਨੇ, ਉਹਦਾ ਅਨਕੰਡੀਸ਼ਨਲ ਨਾ ਕਰਿਆ ਕਰੋ ਕੋਈ ਵੀ ਚੀਜ਼, ਬਿਹਾਜੀਆ ਕਰਦੀ ਹੈ ਆਪਣਾ ਤੇ ਪਰਾਇਆ ਨਾ, ਉਹਦੇ ਵਿੱਚ ਦੇਖਿਆ ਕਰੋ ਵੀ ਇਹ ਪਰਦੇ ਦੇ ਪਿੱਛੇ ਕੀ ਹੈ, ਇਹ ਕੀ ਹੋਣਾ ਹੈ, ਇਹਦੇ ਵਿੱਚੋਂ ਕੀ ਅੱਜ ਤੋਂ 10 ਸਾਲਾਂ ਨੂੰ, 15 ਸਾਲਾਂ ਨੂੰ, 20 ਸਾਲਾਂ ਨੂੰ, ਜਿਹੜੇ ਪਹਿਲਾਂ ਬਣਾਏ ਸੀ 20 ਸਾਲ 25 ਸਾਲ ਪਹਿਲਾਂ, ਜਿਹੜੇ ਬਣਾਉਣ ਵਾਸਤੇ ਲੱਭਦੇ ਆ ਕਿਸੇ, ਉਹ ਚਾਹੇ ਧਾਰਮਿਕ ਸਮਾਜ ਹੈ, ਕੋਈ ਸੰਸਥਾ ਬਣੀ ਹੈ, ਕੋਈ ਵਪਾਰ ਸ਼ੁਰੂ ਕਰਵਾਤਾ ਤੁਸੀਂ ਆਪਣੇ ਦਸਤਖਤਾਂ ਦੇ ਨਾਲ, ਦੇਖਿਓ ਤਾਂ ਕਿੱਥੇ ਆ ਤੁਹਾਡੀ ਸ਼ਮੂਲੀਅਤ, ਲੱਭਦੇ ਹੋ ਕਿਤੇ? ਫਾਊਂਡਿੰਗ ਪਾਇਨੀਅਰ ਉਹਦਾ ਨੌਂ ਦੇ ਹੀ ਮੈਂਬਰ ਨੇ, ਅਗਲੇ ਬਣ ਵੀ ਨਹੀਂ ਦਿੰਦੇ, ਕਹਿੰਦੇ ਹੁਣ ਅਸੀਂ CEO ਆ ਇੱਥੇ ਦੇ, ਤੁਸੀਂ ਕੌਣ ਹੋ ਭਾਈ ਸਾਹਿਬ? ਉਹ ਕਹਿੰਦੇ ਅਸੀਂ ਦਸਤਖਤ ਕਰਕੇ ਇਹ ਬਣਾਇਆ ਸੀ, ਉਹ ਕਹਿੰਦੇ ਉਹ 20-25 ਸਾਲ ਪਹਿਲਾਂ ਦੀ ਗੱਲ ਹੈ, ਹੁਣ ਦੀ ਗੱਲ ਹੋਰ ਹੈ, ਅਬ ਕੀ ਬਾਤ ਔਰ ਹੈ। ਤੇ ਇੱਕ ਹੋਰ ਭਾਈਚਾਰੇ ਦੇ ਵਿੱਚ, ਇੱਕ ਨਾ ਇਟਾਲੀਅਨ ਠੱਗਾਂ ਨੇ ਇੱਕ ਸਕੀਮ ਬਣਾਈ ਤੇ ਉਹਨੂੰ ਪੌਂਜੀ ਸਕੀਮ ਕਹਿੰਦੇ ਸੀ। ਪੌਂਜੀ ਸਕੀਮ ਕੀ ਹੈ ਕਿ ਉੱਪਰ ਦੋਵਾਂ ਨੇ ਕੁਛ ਲੈ ਲਿਆ, ਉਹਨਾਂ ਨੇ ਕਿਹਾ ਵੀ ਹੁਣ ਨਿਕਲੀਏ ਇਹ 'ਚ, ਠੀਕ ਨਹੀਂ, ਉਹਨਾਂ ਨੇ ਦੋ ਅਗਲੇ ਲੈ ਲੈਣੇ ਨੇ, ਲਓ 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 ਬਹੁਤ ਵਧੀਆ ਬਿਜ਼ਨਸ ਹੈ, ਚੱਕੋ ਚੱਕੋ ਆਹ ਲਓ, ਸ਼ੇਅਰ ਲਓ ਲਓ, ਫੜੋ ਫੜੋ। ਤੇ ਇਹਨੂੰ ਨੈਟਵਰਕਿੰਗ ਵੀ ਕਹਿੰਦੇ, ਨੈਟਵਰਕ ਨਹੀਂ, ਪੌਂਜੀ ਸਕੀਮ ਇੱਕ ਹੋਰ ਹੈ, ਅੱਗੇ ਵੀ ਬਹੁਤ ਵਾਰ ਦੱਸਿਆ ਤੁਹਾਨੂੰ, ਸੋਨੇ ਦੇ ਇੱਕ ਵਾਰ ਸਿੱਕੇ ਵੇਚਣ ਵਾਲੇ ਆ ਗਏ ਸੀ ਇੱਥੇ, ਭਾਈਚਾਰੇ 'ਚ ਤੁਰੇ ਫਿਰਦੇ ਨੇ, ਸੁਧਾਰਕ, ਸਮਾਜ ਸੁਧਾਰਕ, ਗਜ਼ਲ ਗੋ, ਤੇ ਉਹਨਾਂ ਨੇ ਕਰ ਲਏ ਇਕੱਠੇ ਇੱਕ ਵਰਕਸ਼ਾਪ 'ਚ, ਇਕੱਠੇ ਕਰ ਲਿਆ, ਕਹਿੰਦਾ ਸਟੋਵ ਤੇ ਫਰਿੱਜਾਂ ਸਮਾਰਨ ਵਾਲਾ ਭਾਈ, ਆ ਜਾਓ ਜੀ, ਆ ਦੇਖੋ ਰੈਲੇ ਦਫ਼ਤਰ ਆਏ ਦਾ, ਲਿਆਓ 3500 ਅਮੈਰੀਕਨ ਸੋਨੇ ਦਾ ਆਉਣਗੇ, ਤੁਸੀਂ ਦੋ ਲਿਆਉਣੇ ਨੇ, ਚਾਰਾਂ ਵਾਲੇ ਨੇ, ਅੱਠ ਲਿਆਉਣੇ ਨੇ, ਅੱਠਾਂ ਵਾਲੇ ਨੇ, ਸੋਲ੍ਹਾਂ ਲਿਆਉਣੇ ਨੇ, ਬਹੁਤ ਵਧੀਆ ਬਲੈਕ ਬੋਰਡ ਤੇ। ਉਹ ਇੱਕ ਦਿਨ ਬੰਦ ਹੋਣੇ ਨੇ, ਉੱਪਰਲੇ ਰਹਿ ਗਏ, ਪਹਿਲੇ ਦੋ ਨੇ ਮੰਨ ਲਓ 2 ਲੱਖ ਖਰਚਿਆ, ਉਹਨੇ ਦੂਜਿਆਂ 2 ਤੋਂ 2,10,000 ਲੈ ਕੇ ਦੂਜੇ 2,10,000 ਵਾਲੇ ਕਢਾ ਲਏ, ਦੋ ਵਾਲੇ ਅਗਲਿਆਂ ਨੇ ਕਿਹਾ ਵੀ ਹੁਣ ਕਿਵੇਂ ਕਰੀਏ, ਉਹਨਾਂ ਨੇ ਦੋ ਹੋਰ ਲੱਭ ਲਏ। ਉਹ ਸਾਰੀ ਜਾਲਸਾਜ਼ੀ ਜਿਹੜੀ ਅਖੀਰ 'ਚ ਆ ਕੇ ਜਿੱਦਣ ਬੰਦ ਹੋਣੀ ਹੈ, ਅਖੀਰਲਾ ਉਹ 'ਚ ਵਿਕਟਮ ਹੋਣਾ ਜਾ ਕੇ। ਇਉਂ ਹੀ ਬੜਾ ਕਈ ਵਾਰ ਸੌਦਾ ਭਾਈਚਾਰੇ 'ਚ ਵਿਕਣ ਲੱਗਦਾ, ਲਓ ਸ਼ੇਅਰ ਦਈਏ ਤੁਹਾਨੂੰ ਬਿਜ਼ਨਸ ਤੇ, ਪਹਿਲਾਂ ਦੋ ਲੈ ਲਏ, ਦੋਨਾਂ ਉਹਨਾਂ ਜਿਹਾ ਰੌਲਾ ਪਾਇਆ, ਉਹ ਸਾਨੂੰ ਕੱਖ ਨਹੀਂ ਬਚਦਾ, ਉਹ ਕਹਿੰਦੇ ਕੋਈ ਨਾ ਤੁਸੀਂ ਰੌਲਾ ਨਾ ਪਾਓ, ਦੋ ਹੋਰ ਲਿਓ। ਉਹਨਾਂ ਨੇ ਗਾਹ ਦੋ ਵਾਲਿਆਂ ਨੂੰ ਵੇਚਤਾ, 6 ਹੋ ਗਏ, ਪਹਿਲੇ ਚਾਰਾਂ ਦੇ ਨਿਕਲਿਆ, ਜਿਹੜਾ 6ਵਾਂ ਆਇਆ ਉਹ ਵੀ ਨੇੜੇ ਦਾ ਹੀ ਹੋਣਾ। ਉਹਨੇ ਕਹਿਣਾ ਯਾਰ ਤੁਸੀਂ ਮੈਨੂੰ ਚੰਗਾ ਫਸਾਇਆ, ਮੈਂ ਤਾਂ ਰੌਲਾ ਪਾਉਣਾ ਨਹੀਂ, ਮੇਰੇ ਪੈਸੇ ਮੜਵਾਓ। ਉਹ ਕਹਿੰਦੇ ਖੜ ਜਾ, ਤੇਰੇ ਲਈ ਵੀ ਕਰਦੇ ਆ। ਉਹ ਦੋ ਹੋਰ ਲਿਆਏ ਫੜ ਕੇ ਬਾਹਰੋਂ। ਹੁਣ ਜਿਹੜੇ ਆਖਰੀ 7 ਤੇ 8 ਨੰਬਰ ਨੇ, ਉਹ ਭੱਦਰ ਪੁਰਸ਼ ਨੇ ਅਖੀਰਲੇ, ਜਿਹਨਾਂ ਦੇ ਕੋਲ ਨਾ ਕੋਈ ਅੱਗ ਵਾਲਾ ਜਗਾੜ ਹੈ, ਨਾ ਉਹ ਲੱਭ ਸਕਦੇ ਨੇ, ਨਾ ਉਹ ਕੁਛ ਕਰ ਸਕਦੇ।
6 ਪਹਿਲੇ ਲੰਘ ਗਏ, ਜਿਹੜੇ ਨੇੜੇ ਦੇ ਨੈਕਸਟ ਟੂ ਕਿਨ ਚਾਚੇ ਤਾਇਆਂ ਦੇ ਪੁੱਤ ਰਿਸ਼ਤੇਦਾਰ ਉਹ ਕੱਢ ਲਏ, ਅਖੀਰ ਜਿਹੜੇ ਦੋ ਰਹਿ ਗਏ ਉਹ ਕਹਿੰਦੇ ਹੁਣ ਕੀ ਕਰੀਏ, ਕਹਿੰਦੇ ਹੁਣ ਯਾਰ ਕੀ ਕਰਨਾ, ਬੈਂਕਰਪਸੀ ਕਰੀਏ ਤਾਂ ਭੱਜ ਗਏ ਗੱਲ ਉੱਪਰ। ਉਹ 7 ਤੇ 8 ਵਾਲੇ ਨੇ 5 ਤੇ 6 ਨੂੰ ਕਹਿਣਾ, ਉਹ ਕਹਿੰਦਾ ਯਾਰ ਅਸੀਂ ਕੀ ਕਰੀਏ, ਅਸੀਂ ਤਾਂ 3 ਤੇ 4 ਤੋਂ ਲਏ ਸੀ। 3 ਤੇ 4 ਕਹਿਣਾ, 1 ਤੇ 2 ਵਾਲਿਆਂ ਨੇ, 1-2 ਵਾਲੇ ਕਹਿੰਦਾ ਯਾਰ ਬਿਜ਼ਨਸ ਦਾ ਪਲਾਨ ਇਹ ਗਲਤ ਹੋ ਗਿਆ, ਬਿਜ਼ਨਸ ਫੇਲ ਹੋ ਗਿਆ, ਹੁਣ ਕੀ ਕਰੀਏ, ਬਿਜ਼ਨਸ ਫੇਲ ਹੁੰਦੇ ਹੀ ਨੇ ਬੜੇ ਬੜੇ। ਦੇਖੋ ਲੇਮਨ ਬ੍ਰਦਰਸ ਖਤਮ ਹੋ ਗਏ 2008 ਚ, ਦੇਖ ਲਓ। ਬਸ ਉਹਨਾਂ ਨੇ ਫਿਰ ਗੱਲਾਂ ਬਾਤਾਂ ਕਰਕੇ ਪ੍ਰੋਟੈਕਸ਼ਨ ਚ ਉਹਨਾਂ ਨੇ ਚਲੇ ਜਾਣਾ, ਬੈਂਕਰਪਸੀ ਫਾਇਲ ਹੋ ਜਾਣੀ ਹੈ, ਤੇ ਬੈਂਕਰਪਸੀ ਵੇਲੇ ਤੁਸੀਂ ਕਿਸੇ ਨੂੰ ਉਂਗਲ ਨਹੀਂ ਕਰ ਸਕਦੇ। ਇਹ ਪੌਂਜੀ ਸਕੀਮ ਹੈ ਇਸ ਨੂੰ ਕਹਿੰਦੇ, ਅਣਅਧਿਕਾਰਤ ਚੀਜ਼ ਜਿਹੜੀ ਇਸ ਦੁਨੀਆਂ ਦੇ ਵਿੱਚ, ਇੱਕ ਹੋਰ ਸਮਝੋ ਪਲੀਜ਼, ਇਸ ਦੁਨੀਆਂ ਦੇ ਵਿੱਚ ਅਜਿਹਾ ਕੋਈ ਬਿਜ਼ਨਸ ਨਹੀਂ ਜਿਹੜਾ ਮੈਂ ਸ਼ੁਰੂ ਕੀਤਾ ਤੁਸੀਂ ਨਹੀਂ ਕਰ ਸਕਦੇ। ਪਹਿਲੀ ਤਾਂ ਗੱਲ ਇੱਕ ਸਮਝ ਲਿਓ ਬਈ, ਮੈਂ ਕੁਛ ਖਾਸ ਮਸ਼ੀਨਡ ਹੋ ਕੇ ਨਹੀਂ ਆਇਆ ਉੱਪਰੋਂ, ਬਈ ਮੈਂ ਆਹ ਰੇਡੀਓ ਤੇ ਬੋਲਦਾ ਤੁਸੀਂ ਨਹੀਂ ਬੋਲ ਸਕਦੇ, ਜਾਂ ਮੈਂ ਆਹ ਕੰਮ ਕਰਦਾ ਤੁਸੀਂ ਨਹੀਂ ਕਰ ਸਕਦੇ। ਜਿਸ ਗੁੱਡਵਿਲ ਦੇ ਲਈ ਕਈ ਐਗਜਿਸਟਿੰਗ ਬਿਜ਼ਨਸ ਨੂੰ ਤੁਹਾਨੂੰ ਬਾਏ ਕਰਨਾ ਪੈਂਦਾ ਹੈ, ਬਈ ਚੱਲ ਯਾਰ ਤੇਰੇ ਕੋਲ ਇੰਨੇ ਬਿਜ਼ਨਸ ਨੇ, ਤੇਰੇ ਕੋਲ ਇੰਨੇ ਬੰਦੇ ਨੇ, ਚੱਲ। ਪਰ ਇਸ ਗੱਲ ਨੂੰ ਵੀ ਅੱਗੇ ਚੱਲਿਓ ਚੱਲ ਕੇ, ਇਹ ਹੋ ਸਕਦਾ ਬੰਦਾ ਬਿਜ਼ਨਸ ਵੇਚਣ ਦੀ ਸਾਰਾ ਕੁਛ ਨਾਲ ਲੈ ਕੇ ਅਗਲੀ ਜਗ੍ਹਾ ਕਿਸੇ ਹੋਰ ਨਾਂ ਤੇ ਸ਼ੁਰੂ ਕਰ ਲਵੇ, ਇਹ ਵੀ ਖਾਸ ਖਿਆਲ ਰੱਖੋ। ਤੁਸੀਂ ਦਸਤਖਤ ਕਰਾ ਲਓਗੇ ਵੀ ਤੂੰ ਆਹ ਬਿਜ਼ਨਸ 2 ਸਾਲ ਨਹੀਂ ਸ਼ੁਰੂ ਕਰ ਸਕਦਾ, ਉਹ ਨਹੀਂ ਕਰੂ ਆਪਣੇ 2 ਸਾਲ ਆਪਣੇ ਨਾਂ ਤੇ, ਉਹ ਘਰ ਵਾਲੀ ਦੇ ਨਾਂ ਤੇ ਸ਼ੁਰੂ ਕਰ ਲੂ, ਚਾਚੇ ਤਾਏ ਦੇ ਪੁੱਤਾਂ ਦੇ ਨਾਂ ਤੇ ਸ਼ੁਰੂ ਕਰ ਲੂ, ਲੈ ਜੂ ਸਾਰਾ ਥੋੜਾ ਚੱਕ ਕੇ। ਗੁੱਡਵਿਲ ਦੇ ਜਿਹੜਾ ਸ਼ਬਦ ਨੇ ਉਹ ਬਹੁਤ ਔਖਾ ਉਸ ਨੂੰ ਡਿਫਾਈਨ ਕਰਨਾ, ਔਰ ਇੱਥੇ ਕਾਨੂੰਨ ਬਹੁਤ ਨਰਮ ਨੇ, ਤੁਸੀਂ ਕੱਖ ਨਹੀਂ ਕਰ ਸਕਦੇ। ਤੁਸੀਂ ਕਹੋ ਯਾਰ ਤੂੰ ਆਹ ਬਿਜ਼ਨਸ ਸਾਡਾ ਸਾਰਾ ਹੀ ਲੈ ਕੇ ਜਾ ਕੇ, ਉਹ ਕਹਿੰਦਾ ਯਾਰ ਮੈਂ ਤਾਂ ਬਿਜ਼ਨਸ ਤੋਂ ਬਾਹਰ ਆ, ਐ ਮੈਨੂੰ ਦੇਖਿਆ, ਮੈਂ ਦਸਤਖਤ ਕੀਤੇ, ਮੇਰਾ ਦਫ਼ਤਰ ਜਾਂਦਾ ਹੀ ਨਹੀਂ। ਹੁਣ ਦਫ਼ਤਰ ਤੁਸੀਂ ਜਾਓ ਨਾ ਜਾਓ, ਘਰ 'ਚ ਵੀ ਦਫ਼ਤਰ ਆ ਤੁਹਾਡਾ, 1 ਨੰਬਰ। 2 ਕਿਸੇ ਭੈਣ ਭਾਈ ਦੇ ਨਾਂ ਧੀ ਪੁੱਤ ਦੇ ਕਰਾ ਦਿਓ, ਉਹ ਧੀ ਪੁੱਤ ਤੇ ਉਹ ਉਹਦੇ ਤੋਂ ਬਾਹਰ ਹੈ। ਸੋ ਇਹ ਪੌਂਜੀ ਸਕੀਮ ਭਾਈਚਾਰੇ 'ਚ ਬਹੁਤ ਜ਼ੋਰ ਨਾਲ ਚੱਲਦੀ ਰਹਿੰਦੀ ਆ, ਪਹਿਲਾਂ ਹੁਣ ਵੀ ਚੱਲ ਰਹੀ ਹੈ, ਇਹਦੇ ਤੋਂ ਬਚਣਾ। ਕੁਝ ਵੀ ਅਜਿਹਾ ਕਿਸੇ ਦਾ ਦੇਖ ਕੇ, ਮੰਨ ਲਓ ਵੀ ਮੈਂ ਇੱਕ ਕੰਸਟਰਕਸ਼ਨ ਕੰਪਨੀ ਸ਼ੁਰੂ ਕਰ ਲਈ, ਲਓ ਜੀ ਲਓ ਘਰ ਬਹੁਤ ਪੈਸੇ ਬਣਦੇ ਆ, ਮੈਂ ਦੇਖ ਰਿਹਾ ਜਿਹੜਾ ਮਲਟੀ ਮਿਲੀਅਨਸ ਆਫ ਡਾਲਰ ਬਣਾਉਂਦਾ, ਉਹਨੂੰ ਵੇਖ ਕੇ ਮੈਂ ਨਹੀਂ ਸ਼ੁਰੂ ਕਰ ਸਕਦਾ, ਉਹਨੂੰ ਦੇਖ ਕੇ ਮੈਂ ਉਹ ਪ੍ਰੋਫਿਟ ਨਹੀਂ ਸ਼ੁਰੂ ਕਰ ਸਕਦਾ, ਦੇਖ ਸਕਦਾ, ਕਿਉਂਕਿ ਉਹਦੀਆਂ ਆਪਣੀਆਂ ਸੀਮਤਾਵਾਂ ਨੇ, ਉਹਦੀ ਇਨਵੈਸਟਮੈਂਟ ਕਿੰਨੀ ਆ, ਉਹਦੇ ਕੋਲ ਬੰਦੇ ਕਿੰਨੇ ਨੇ, ਉਹਦੇ ਕੋਲ ਤਜਰਬਾ ਕਿੰਨਾ, ਉਹਦਾ ਇਹ ਖੇਤਰ 'ਚ ਕਿੰਨਾ ਕੰਮ ਹੋ ਗਿਆ, ਮੈਂ ਉਹਨੂੰ ਵੇਖ ਕੇ ਕਿਵੇਂ ਕਰ ਲੂ। ਸੋ ਇਸ ਤਰ੍ਹਾਂ ਹੀ ਕਈ ਵਾਰ ਜਦ ਕੋਈ ਚੀਜ਼ ਸਿਰੇ ਨਹੀਂ ਲੱਗ ਰਹੀ ਹੁੰਦੀ ਨਾ, ਉਸ ਸਮੇਂ ਬੰਦੇ ਖੜਾ ਜਾਂਦੇ ਆ ਤੁਹਾਨੂੰ ਆ ਕੇ, ਔਰ ਬਹੁਤ ਕੁਝ ਹੋ ਰਿਹਾ ਗੁੱਡ ਫੇਥ ਤੇ। ਇੱਕ ਬਿਨਾਂ ਲਿਖਤ ਪੜ੍ਹ ਤੋਂ, ਬਿਨਾਂ ਲਿਖਤ ਪੜ੍ਹ ਤੋਂ ਕੁਝ ਵੀ ਨਹੀਂ ਕਰਨਾ ਕਦੇ। ਬਸ ਜੇ ਦੋਸਤ ਤੁਹਾਨੂੰ ਕਹਿਣ ਕਿ ਆਪਾਂ ਭੱਜੇ ਜਾਂਦੇ ਆ, ਉਹ ਕਹਿੰਦਾ ਵੀ ਦੋਸਤੀ ਕਰਕੇ ਹੀ ਇਹ ਕਰਨਾ, ਬਈ ਆਪਣਾ ਇਹ 'ਚ ਫਰਕ ਨਾ ਪਵੇ, ਬਸ ਇਹ ਬਹੁਤ ਜ਼ਰੂਰੀ ਹੈ, ਔਰ ਇਹਨੂੰ ਪ੍ਰੋਪਰ ਕਰਨਾ, ਇਹ ਪ੍ਰੋਪਰ ਹੋਏਗਾ। ਤੇ ਇਹਨੂੰ ਪਿਰਾਮਿਡ ਸਕੀਮ ਵੀ ਕਹਿੰਦੇ ਆ, ਪੌਂਜੀ ਸਕੀਮ ਵੀ ਕਹਿੰਦੇ ਆ, ਅਖੀਰਲੇ ਫਸ ਜਾਣੇ। ਸੋ ਵਕੀਲ ਹੋਊ, ਵਕੀਲ ਕਾਗਜ਼ ਪੱਤਰ ਵੇਖਣਗੇ, ਐਗਜਿਸਟਿੰਗ ਕੰਪਨੀ ਦੇ ਕੋਈ ਸ਼ੇਅਰ ਖਰੀਦਦੇ ਹੋ ਤੁਸੀਂ, ਉਹਦਾ ਖਾਸ ਖਿਆਲ ਰੱਖਣਾ ਵੀ ਉਹ ਐਗਜਿਸਟਿੰਗ ਕੰਪਨੀ ਦੇ ਜਿਹੜੇ ਤੁਸੀਂ ਸ਼ੇਅਰ ਖਰੀਦ ਰਹੇ ਹੋ, ਉਹਦੇ ਨਾਲ ਕੰਪਨੀ ਦੀ ਓਬਲੀਗੇਸ਼ਨ ਵੀ ਨਾਲ ਜਾਣੀ ਆ, ਉਹਨੇ ਕਿਸੇ ਹੋਰ ਬਿਜ਼ਨਸ 'ਚ ਖੜੀ ਹੋਵੇ, ਉੱਥੇ ਕੁਛ ਲੈਣਾ ਦੇਣਾ ਹੋਵੇ, ਉਹਦਾ ਨਾਲ ਹੀ ਤੁਹਾਡੇ ਕੋਲ ਹੋਣਾ। ਐਂ ਨਹੀਂ ਕਹਿ ਸਕਦੇ ਵੀ ਆ ਮੈਂ ਤਾਂ ਇਹਦੇ 20% ਦਿੱਤੇ ਰਹੇ, ਨੋ, ਉਹ ਸਾਰਾ ਕੋਈ 20 ਲੈ ਰਹੇ ਹੋ, ਚੰਗਾ ਵੀ ਮਾੜਾ ਵੀ। ਇੱਕ ਤਾਂ ਆਪਣੀ ਇਹਦੇ ਲਈ ਵਕੀਲ ਨੇ, ਪਲੀਜ਼ ਵਕੀਲਾਂ ਦੀ ਸਹਾਇਤਾ ਲਵੋ ਪ੍ਰੋਪਰ। ਟ੍ਰਾਂਜੈਕਸ਼ਨ ਹੁਣ ਮਹਿੰਗੇ ਬਹੁਤ ਨੇ, $1,000,000 ਮਿਨੀਮਮ ਹੈ, $1,000,000 ਬਣਾਉਣ ਦੇ ਲਈ ਬੜਾ ਸਮਾਂ ਚਾਹੀਦਾ, ਔਰ ਜਾਂ ਕਿਸੇ ਦੇ ਸ਼ੇਅਰ ਖਰੀਦਦੇ ਹੋ, ਆ ਪਿਰਾਮਿਡ ਸਕੀਮ, ਪੌਂਜੀ ਸਕੀਮ, ਇਹ ਤੋਂ ਬਚਿਓ। ਬਹੁਤ ਇੱਥੇ ਤੁਰੇ ਫਿਰਦੇ ਨੇ, ਲਿਆ ਤੈਨੂੰ ਰੋਲਸ ਰੋਇਸ ਕਾਰ 3 ਲੱਖ ਵਾਲੀ, 1.5 ਲੱਖ 'ਚ ਲਿਆ ਦਿੰਦੇ ਆ, ਹੁਣੇ ਅਮਰੀਕਾ ਸਾਡੇ ਬੰਦੇ ਨੇ, ਉੱਥੇ ਸਾਨੂੰ ਸਾਡੀ ਹੁੰਦੀ ਆ ਬਹੁਤ ਬੜੀ ਆਕਸ਼ਨ, ਆ ਚੱਕ ਦਿਖਾਈਏ ਤੈਨੂੰ ਆਹ ਗੱਡੀ ਆ, ਇੱਥੇ 3 ਲੱਖ ਦੀ ਆ, ਤੈਨੂੰ 1.5 ਦੀ ਲਿਆਉਣੀ, ਕਿਹੜਾ ਕੱਢ 50,000, ਬਾਕੀ ਲੱਖ ਲਿਆਵਾਂਗੇ ਜਿੱਦਣ, ਨਾ ਬੰਦਾ ਨਾ ਕਾਰ, ਫਿਰਦੇ ਨੇ ਦਬਕਦੇ ਬੰਦੇ, ਕਹਿੰਦੇ ਮੈਂ ਕਿਹਾ ਕਮਾਲ ਹੋ ਗਈ, ਮਸੀਂ ਕਿਹਾ ਜੀ ਪੈਸੇ ਬਚ ਜਾਣਗੇ। ਤੇ ਔਰ ਬੰਦੇ ਜਿਹੜੇ ਜਿਹਨੇ ਰੋਲਸ ਰੋਇਸ ਦੀ ਗੱਲ ਕਰਨੀ, ਉਹਨੇ ਰੋਲਸ ਰੋਇਸ 'ਚ ਤੁਹਾਡੇ ਕੋਲ ਆਉਣਾ ਜਿੱਦਣ, 50,000 ਲੈ ਕੇ ਜਾਣਾ, ਉਹਨੇ ਕਿਰਾਏ 'ਤੇ ਲੈ ਆਉਣੀ ਆ 500 ਲਈ, ਤੁਹਾਡਾ 50,000 ਲੈਣਾ, ਦੇਖ ਲਿਆਂਦੀ ਆਪਾਂ, ਐਂ ਬਣਦੇ ਆ ਬਾਈ ਸਾਹਿਬ ਪੈਸੇ। ਅੱਗੇ ਜਿਹੜੀ ਮੈਂ ਪਿਰਾਮਿਡ ਸਕੀਮ ਨੂੰ ਜੇ ਮੈਂ
ਸਿੱਧੇ ਸ਼ਬਦਾਂ 'ਚ ਕਹਾਂ ਫਲਿਪਿੰਗ ਵੀ ਇਹੋ ਜਿਹੀ ਸੀ। ਫਲਿੱਪਰ ਵੀ ਜਿਹੜੇ ਉਹ ਪਿਰਾਮਿਡ ਪਹੁੰਚੀ ਸਕੀਮ ਵਾਲੇ ਸੀ, ਜਿਹਨੇ ਸੱਤਿਆਨਾਸ਼ ਕੀਤਾ 3 ਲੱਖ ਤੋਂ ਜਾ ਕੇ 6 ਲੱਖ ਦੀ ਵਿਕੀ, ਜਿਹੜੇ ਗਵਲੇ ਛੱਕ ਗਏ ਰਹਿ ਗਿਆ 6 ਲੱਖ ਵਾਲਾ। ਥੋੜਾ ਜਿਹਾ ਹੁਣ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹਦਾ ਖਾਸ ਖਿਆਲ ਰੱਖਿਆ ਕਰੋ, ਲਿਖਤ ਪੜਤ ਤੋਂ ਬਿਨਾਂ ਕੱਖ ਨਹੀਂ। ਜੇ ਮਨੀ ਵੀ ਕਿਸੇ ਨੂੰ ਦਿੰਦੇ ਹੋ ਉਹਨੂੰ ਦੱਸ ਕੇ ਕਿਹੜੇ ਪ੍ਰੋਜੈਕਟ 'ਤੇ ਲੈਣੀ ਹੈ, ਦੱਸ 20,000 ਲੈਣਾ 30 ਲੈਣਾ ਕਿੱਥੇ ਜਾਣੀ ਹੈ, ਮਨੀ ਕਿੱਥੇ ਚੱਲੀ ਹੈ, 10 ਮਿੰਟ ਉਹਦਾ ਵਿਰਵਾ ਪਾਓ, ਉਹਦਾ ਰੂਟ ਪਾਓ, ਵਕੀਲ ਦੇ ਰਾਹੀਂ ਪੇਪਰ ਲਓ, ਫਿਰ ਭੱਜ ਨਹੀਂ ਸਕਦਾ ਕੁਝ। ਪਰ ਆਪਣੇ ਹੱਕ ਜਿਹੜੇ ਸੁਰੱਖਿਅਤ ਰੱਖੋ। ਵਪਾਰਕ ਸੰਦੇਸ਼ ਮੁੜ ਕੇ ਆਉਣਾ, ਜਦ ਕੋਈ ਮੈਂ ਗੱਲ ਇਹ ਪਿਰਾਮਿਡ ਸਕੀਮ ਪਹੁੰਚੀ ਸਕੀਮ ਦੀ ਕਰਦਾ, ਤੁਹਾਡੇ ਬੜੇ ਫੋਨ ਆਉਂਦੇ ਨੇ, ਮੈਸੇਜ ਆਉਂਦੇ ਨੇ, ਕੰਪਨੀਆਂ ਦੇ ਨਾਂ ਤੁਸੀਂ ਲਿਖ ਕੇ ਭੇਜਦੇ ਹੋ, ਪਰ ਇਹੀ ਮੈਂ ਕਹਿਣਾ ਕਿ ਖਰੀਦਦਾਰ ਇਹ ਖਬਰਦਾਰ ਹੋਣਾ ਚਾਹੀਦਾ, ਪਲੀਜ਼ ਖਾਸ ਖਿਆਲ ਰੱਖੋ। ਜਿੱਦਣ ਤੁਹਾਨੂੰ ਵੇਚਣਾ ਕੁਛ, ਨੇੜੇ ਦੇ ਨਹੀਂ ਵੇਚਣਾ, ਤੇ ਲੋੜ ਨਹੀਂ ਹੈ ਸਿੱਧੇ ਪੱਧਰੇ ਜ਼ਿੰਦਗੀ ਨੂੰ ਐਵੇਂ ਖਰਾਬ ਕਰਨ ਲਈ, ਕਿਉਂਕਿ ਲਾਲਚ ਵਾਸਤੇ ਜਾਂਦੇ ਹਾਂ ਨਾ ਆਪਾਂ, ਕਿਤੇ ਨਾ ਕਿਤੇ ਲਾਲਚ ਸਾਡੇ ਸਿਰ ਤੇ ਚੜ੍ਹਦਾ ਤਾਂ ਗਲਤੀ ਕਰਦੇ ਹਾਂ। ਫੇਰ ਉਹਦੇ ਬਾਅਦ ਲੜਾਈਆਂ, ਉਹਦਾ ਕੋਈ ਫਾਇਦਾ ਨਹੀਂ। ਖਾਸ ਤੌਰ ਤੇ ਇਸ ਸਮੇਂ ਦੇ ਵਿੱਚ ਗੱਲ ਹੈ, ਜਦ ਆਰਥਿਕਤਾ ਦਾ ਮੰਦਵਾੜਾ ਚੱਲਦਾ ਨਾ, ਖਰਚੇ ਵਧੇ ਨੇ, ਖਰਚਿਆਂ ਦੀ ਪੂਰਤੀ ਦੇ ਲਈ ਬਸ ਫੇਰ ਕਿਤੇ ਅਸੀਂ ਡੋਲ ਸਿੱਟਣਾ ਜਾ ਕੇ, ਉਹ ਡੋਲ ਕਿੱਥੇ ਡਿੱਗਣਾ, ਤੀਜੇ ਘਰ ਦੇ ਖੂਹ 'ਚ ਤਾਂ ਜਾਣਾ ਹੀ ਨਹੀਂ, ਗੁਆਂਢੀ ਦੇ ਜਾਊ ਜਾਂ ਰਿਸ਼ਤੇਦਾਰਾਂ ਦੇ ਜਾਊ। ਇਹ ਖਾਸ ਖਿਆਲ ਰੱਖੋ, ਗਰੁੱਪਾਂ ਦੇ ਨਾਂ ਤੇ ਕੰਪਨੀਆਂ ਦੇ ਨਾਂ ਇਹਦਾ ਨਹੀਂ ਕੋਈ ਫਾਇਦਾ ਹੈ। ਬਸ ਖਾਸ ਖਿਆਲ ਦਾ ਇਹ ਰੱਖੋ ਕਿ ਤੁਸੀਂ ਖਰੀਦਦਾਰ ਜਿਹੜੇ ਖਬਰਦਾਰ ਹੋ। ਬੈਂਕ 'ਚ ਪਿਆ 10,000, 5,000, 7,000 ਬੜਾ ਨਿਗਾਸ ਦਿੰਦਾ, ਉਹਨੂੰ ਪਿਆ ਰਹਿਣ ਨੂੰ, ਉਹ ਕਦੇ ਵੀ ਲੋੜ ਪੈ ਸਕਦੀ ਹੈ, 1-2 ਮਹੀਨੇ ਦੀ ਰੋਟੀ ਜੋਗੇ ਪੈਸੇ ਚਾਹੀਦੇ। ਪੀਲ ਫਾਈਨੈਂਸ਼ੀਅਲ ਦੇ ਕੁਲਦੀਪ ਸਿੰਘ ਗਿੱਲ ਰੋਮੀ, 6045036969 ਨੰਬਰ ਹੈ, 6045036969। ਤੁਸੀਂ ਕੋਈ ਮਸ਼ੀਨਰੀ ਲੈਣੀ ਹੈ, ਨਵਾਂ ਪੁਰਾਣਾ ਟਰੱਕ ਲੈਣਾ, ਕੋਈ ਤੁਸੀਂ ਟ੍ਰੇਲਰ ਲੈਣਾ ਚਾਹੁੰਦੇ ਹੋ ਤੇ ਕੋਈ ਵੇਅਰ ਹਾਊਸ ਬਣਾਉਣਾ, ਉਹਦੇ ਲਈ ਮਸ਼ੀਨਰੀ ਚਾਹੀਦੀ ਹੈ, ਵੇਅਰ ਹਾਊਸ ਲਈ ਜਾਂ ਕੁਛ ਆਫਿਸ ਸੈੱਟ ਕਰਨ ਲਈ ਉੱਥੇ ਕੁਝ ਚਾਹੀਦਾ ਜਿਹੜਾ ਕਮਰਸ਼ੀਅਲ ਪਾਰਟ ਹੋਵੇ, ਤਾਂ ਉਸ ਦੀ ਫਾਈਨੈਂਸਿੰਗ 6045036969 ਤੇ ਕੁਲਦੀਪ ਸਿੰਘ ਗਿੱਲ ਰੂਮੀ, ਗੁਰਜੋਤ ਸਿੰਘ ਗਿੱਲ ਰੂਮੀ ਕਰ ਸਕਦੇ, 6045036969। ਸੰਧੂ ਤੇ ਸਰਾ ਮੋਰਗੇਜ, ਸ਼ਵਿੰਦਰ ਸੰਧੂ ਤੇ ਵਿਕਰਮ ਸਾਹ, 7785256669, 7782473342, ਬੈਂਕਾਂ ਕਰਜ਼ੀਆਂ ਨਾ ਕਾਲ ਕਰਿਓ। ਸੰਧੂ ਅਤੇ ਸਰਾ ਅਬਦਸਪੁਰ ਦੇ ਵਿੱਚ ਰੈਜੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਮੋਰਗੇਜ ਤੁਹਾਨੂੰ ਲੈ ਕੇ ਦਿੰਦੇ ਆ, ਪ੍ਰਾਈਵੇਟ ਫਾਈਨੈਂਸਿੰਗ ਵੀ ਕਰਕੇ ਦਿੰਦੇ ਆ ਸੰਧੂ ਤੇ ਸਰਾ ਮੋਰਗੇਜ ਵਾਲੇ। ਤੇ ਤਾਜ਼ੇ ਮਸਾਲੇ ਤੇ ਆਟੇ ਪਿਸਾ ਕੇ ਲੈ ਕੇ ਆਉਣੇ ਆ, 6045036040, 6045034030। ਖਾਣ ਵਾਲੀ ਚੀਜ਼ ਤੋਂ ਯਾਦ ਆ ਗਈ, ਇੱਕ ਜਿਹੜੇ ਖਾਸ ਐਸੈਂਸ਼ੀਅਲ ਆਇਲ ਹੁੰਦੇ ਆ ਨਾ, ਤੇਲ ਜਿਹਦੇ ਚ ਵਧੀਆ, ਜਿਹੜੇ ਇੱਕ ਤਾਂ ਸਰੋਂ ਦਾ ਤੇਲ ਆਪਾਂ ਲਾਉਂਦੇ ਆਏ ਆ, ਫਿਰ ਨਾਰੀਅਲ ਦਾ ਤੇ ਬਦਾਮ ਰੋਗਨ, ਤੇ ਇੱਕ ਥੀਬਸ ਆਇਲ ਕਹਿੰਦੇ ਨੇ ਚੋਰਾਂ ਦਾ ਤੇਲ, ਮਤਲਬ ਉਹਦਾ ਹੁਣ ਓਰਿਜਨ ਤਾਂ ਪਤਾ ਨਹੀਂ ਕਿੱਥੇ ਆ, ਉਹ ਵਾਇਰਸ ਵਗੈਰਾ ਦੇ ਲਈ, ਵਾਇਰਲ ਦੇ ਲਈ ਉਹ ਬੜਾ ਵਧੀਆ ਤੇਲ ਹੈ। ਮੈਂ ਉਹਦਾ ਅਗਲੇ ਘੰਟੇ 'ਚ ਤੁਹਾਨੂੰ ਦੱਸੂੰਗਾ 1 ਵਜੇ, ਤੇ ਉਹਦੀਆਂ ਬੂੰਦਾਂ ਕੁਛ ਮਿਕਸ ਕਰਕੇ ਉਸ ਨੂੰ, ਵੈਸੇ ਵੀ ਗੂਗਲ 'ਤੇ ਵੀ ਥੀਬਸ ਆਇਲ ਤੁਸੀਂ ਜੇ ਸਰਚ ਕਰ ਲਓ, 4-5 ਸਿਨਾਮਨ ਤੇ ਉਸ ਤੋਂ ਬਾਅਦ ਕਈ ਦਾਲਚੀਨੀ ਦੇ ਤੇਲ ਨੇ, ਤੇ ਕੁਛ ਉਹ ਤੇਲ ਦੀਆਂ ਬੂੰਦਾਂ ਰਲਾ ਕੇ ਇੱਕ ਵੱਡੇ ਕਿਸੇ ਹੋਰ ਤੇਲ 'ਚ ਪਾ ਕੇ, ਆਰਗਨ ਵੀ ਹੋ ਸਕਦਾ, ਉਹ ਬਦਾਮ ਰੋਗਨ ਵੀ ਹੋ ਸਕਦਾ, ਉਹ 'ਚ ਮਿਕਸ ਕਰਕੇ ਉਹਦਾ ਪਿਛਲੇ ਦਿਨ ਵਾਇਰਸ ਵਾਲੇ ਚੱਕਰ ਦੇ ਵਿੱਚ ਹੀ ਉਸਦੀ ਜਿਹੜੀ ਇਨਫੋਰਮੇਸ਼ਨ ਕਿਤੋਂ ਮੈਂ ਲੱਭੀ, ਉਹ ਨਹਾਉਣ ਤੋਂ ਪਹਿਲਾਂ ਮਸਾਜ ਕਰਕੇ ਨਹਾਇਆ ਜਾ ਸਕਦਾ, ਉਹ ਵੀ ਠੀਕ ਹੈ, ਤੇ ਉਸ ਨੂੰ ਘਰ ਦੇ ਵਿੱਚ ਤੁਸੀਂ ਗਰਮ ਪਾਣੀ 'ਚ ਪਾ ਕੇ ਸਪਰੇ ਵੀ ਕਰ ਸਕਦੇ ਹੋ, ਉਹਦਾ ਵੀ ਫਾਇਦਾ, ਸਟੀਮ ਵੀ ਲੈ ਸਕਦੇ ਉਸਨੂੰ, ਉਹ ਮਤਲਬ ਔਰਗੈਨਿਕ ਜਿਹੜੀਆਂ ਚੀਜ਼ਾਂ ਨੇ ਉਸਦਾ, ਉਸਨੂੰ ਜਿਹੜੀ ਮਸਾਜ ਹੈ ਨਾ, ਇਸ ਨੂੰ ਸਮਝੋ ਤੁਸੀਂ। ਤੁਹਾਨੂੰ ਯਾਦ ਹੈ ਜਦ ਪੋਤੜਿਆਂ 'ਚ ਆਪਾਂ ਹੁੰਦੇ ਸੀ, ਮਾਵਾਂ ਮਰਦੀਆਂ ਹੁੰਦੀਆਂ ਨਾ ਧੁੱਪੇ, ਸਾਨੂੰ ਪੈਰਾਂ 'ਚ ਪਾ ਕੇ ਕਿੰਨਾ ਵਧੀਆ, ਹੁਣ ਦੇਖਦੇ ਸੀ ਆਪਾਂ ਤਾਂ ਜਦ ਮਾਪੇ ਬਣੇ, ਜਦ ਦੇਖਿਆ ਨਾ ਇਹ ਪਿਤਾ ਪੁਰਖੀ ਸਾਡੀਆਂ ਦਾਦੀਆਂ ਨਾਨੀਆਂ ਤੋਂ ਚੱਲੀ ਆਉਂਦੀ, ਪੈਰਾਂ ਦੇ ਵਿੱਚ ਪਾ ਲੈਂਦੀਆਂ, ਥੱਲੇ ਮਾੜਾ ਜਿਹਾ ਕੱਪੜਾ ਵਿਛਾ ਕੇ ਆਉਂਦਾ ਨੂੰ ਪੈਰਾਂ ਨਾਲ, ਤੇ ਥੱਲੇ ਪਿਆ ਜਵਾਕ ਲੱਤਾਂ ਤੇ ਬਾਹਾਂ ਮਾਰਦਾ, ਤੇ ਸਰੋਂ ਦੇ ਤੇਲ ਦੇ ਨਾਲ ਧੁੱਪ ਦੇ ਵਿੱਚ ਪੂਰੀ ਮਾਲਿਸ਼ ਕਰ ਦਿੰਦੀਆਂ, ਉਹਦੇ ਬਾਅਦ ਗਰਮ ਪਾਣੀ ਨਾਲ ਨਲਾ ਕੇ ਦੁੱਧੂ ਚੰਘਾ ਕੇ, ਤੇ ਫਿਰ 2-3 ਘੰਟੇ ਉਹ ਪਾਸਾ ਨਾ ਲੈਂਦਾ,
ਕਈ ਤਾਂ ਬਾਲਾ ਸੌਂਦੇ ਉਹਨਾਂ ਦੇ ਸਿਰ ਵੀ ਪਿੱਛੋਂ ਚਪਟੇ ਹੋ ਗਏ, ਸੁੱਤੇ ਰਹਿੰਦੇ। ਕਈ ਦੁੱਧ ਇੰਨਾ ਚੁੰਘਦੇ ਰਸੌਂਦ ਮਾਵਾਂ ਲਾਉਂਦੀਆਂ ਵਿੱਚ ਰਸੌਂਦ ਚੱਟ ਜਾਂਦੀ। ਉਹ ਬੜਾ ਵਧੀਆ ਸੀ ਜਦ ਫਿਗਰਸ ਤੇ ਬੇਬੀ ਜਦ ਪਲੈਨ ਨਹੀਂ ਸੀ ਹੁੰਦੇ, ਜਦ ਫਿਗਰਸ ਤੇ ਇਹ ਬ੍ਰੈਸਟ ਫੀਡਿੰਗ ਇਹ ਚੀਜ਼ਾਂ ਨਹੀਂ ਸੀ ਹੁੰਦੀ। ਉਦੋਂ ਪਹਿਲਾਂ ਸਾਡੇ ਤੋਂ ਪਹਿਲਾਂ ਅਗਲੀ ਪੀੜ੍ਹੀ ਹੈ ਜਿਹੜੀ ਜਦ ਪੰਜ ਪੰਜ ਸੱਤ ਸੱਤ ਭਾਨੇ ਆਉਣੀ ਹੁੰਦੇ, ਬੇਬੇ ਰੋਟੀਆਂ ਲਾਈ ਜਾਂਦੀ ਨਾਲੇ ਦੁੱਧ ਚੁਗਾਈ ਜਾਂਦੀ ਹੈ। ਦੇਖ ਲਓ ਕਿਹੋ ਜਿਹਾ ਸਿਸਟਮ ਸੀ। ਇਹ ਤਾਂ ਦਸਾਂ ਪੰਦਰਾਂ ਸਾਲਾਂ ਵੀਹਾਂ ਦੀ ਉਹ ਗੱਲ ਹੈ। ਦੇਸੀ ਘਿਓ ਛੰਨਾ ਭਰ ਕੇ ਪੀਂਦੇ, ਮੋਢੇ ਤੇ ਕਹੀ ਹੁੰਦੀ ਤੇ ਵੜ ਦਿੰਦੇ ਧਰਤੀ ਜ਼ਮੀਨ ਖੋਦ ਦਿੰਦੇ। ਇਹ ਤਾਂ ਵੀਹਾਂ ਪੰਦਰਾਂ ਸਾਲਾਂ ਦੀ ਗੱਲ ਹੈ। ਅਸੀਂ ਬਚਿੱਤਰ ਸਿੰਘ ਦੀ ਨਾਗਰੀ ਨੂੰ ਚੈਲੰਜ ਕਰਦੇ ਹਾਂ 300 ਸਾਲ ਪਹਿਲਾਂ ਵਾਲਿਆਂ, ਤੇ ਆਹ ਅੱਖਾਂ ਦੇ ਸਾਹਮਣੇ ਜਿਹੜੀਆਂ ਚੀਜ਼ਾਂ ਹੋਈਆਂ, ਅੱਜ ਕਰਕੇ ਦਿਖਾਓ ਤਾਂ ਮੈਂ ਡੇਢ ਚਮਚਾ ਘਿਓ ਦਾ ਪਾ ਲਓ ਸਾਹ ਦੇ ਵਿੱਚ, ਹਿਚਕੀਆਂ ਅੱਧੀ ਰਾਤ ਤੱਕ ਆਉਂਦੀਆਂ। ਤੁਹਾਡੇ ਪੁਰਖੇ ਹੀ ਤਿੰਨ ਪੀੜ੍ਹੀਆਂ ਪਹਿਲਾਂ ਦਧੌੜੀ ਦਾ ਦੁੱਧ ਲਾਲ ਤਾਂਬੇ ਅਰਗਾ ਕੱਢ ਕੇ ਵਿੱਚ ਸ਼ੱਕਰ ਸਿੱਟ ਕੇ ਵਰਸ਼ੇ ਅਰਗੀ ਉਂਗਲ ਫੇਰ ਕੇ ਗਲ ਗਲ ਕਰਕੇ ਸੁੱਟ ਦਿੰਦੇ, ਮੁੱਛਾਂ ਤੇ ਪੁੱਠੇ ਫੇਰ ਕੇ ਹੱਥ ਤੇ ਕਹਿੰਦੇ ਵਾਹਿਗੁਰੂ ਸਾਹਿਬ ਦਾ ਭਲਾ ਕਰੀ ਦਾਤਿਆ, ਚੰਗਾ ਵੀ ਚੱਲਿਆ ਮੈਂ ਤਾਂ ਖੂਹ ਤੈਨੂੰ। ਬਸ ਇਹ ਜਿਹੜੀ ਇਹ ਜਿਹੜਾ ਇੱਕ ਗੱਲ ਜ਼ਿੰਦਗੀ 'ਚ ਲਾਜ਼ਮ ਕਰ ਲਓ, 10 ਮਿੰਟ ਪਹਿਲਾਂ ਅੰਦਰ ਵੜ ਜਾਓ ਵਾਸ਼ਰੂਮ 'ਚ, ਜਿਹੜੀ ਮਸਾਜ ਹੈ ਨਾ ਤੁਹਾਡੀ ਬਾਡੀ ਦੀ, ਉਹ ਬਹੁਤ ਜ਼ਰੂਰੀ ਹੈ। ਉਹਦੇ ਲਈ ਤੇਲ, ਵੈਸੇ ਤਾਂ ਇਹ 3-4 ਤੇਲ ਮਿਲਾਏ ਹੋਏ ਉਹਦੇ ਵਿੱਚ ਬੜੇ ਚੰਗੇ ਨੇ, ਬਦਾਮ ਰੋਗਨ ਤੇ ਸਰੋਂ ਤਾਂ 2 ਹੋ ਗਏ ਉਹਦੇ 'ਚ। ਦਿਲਾਂ ਦਾ ਤੇਲ ਬਹੁਤ ਵਧੀਆ, ਅਤੇ ਅਲਸੀ ਉਹ ਵੀ ਗਰਮੈਸ਼ ਉਹਦੇ 'ਚ ਹੁੰਦੀ ਹੈ ਸਮੇਂ ਨਾਲ, ਗਰਮੀ 'ਚ ਕੋਈ ਤੇਲ ਨਹੀਂ, ਠੰਡ 'ਚ ਕੋਈ ਬੇਸ, ਬਦਾਮ ਰੋਗਨ ਬਹੁਤ ਵਧੀਆ। ਚਲੋ ਉੱਥੇ ਤਾਂ ਬਦਾਮ ਮੂੰਹ 'ਚ ਪਾਉਣ ਨੂੰ ਨਹੀਂ ਸੀ ਆਪਾਂ ਨੂੰ ਮਿਲਦਾ, ਅਤੇ ਇੱਥੇ ਤਾਂ ਬਦਾਮ ਰੋਗਨ $10 ਦੀ ਆ ਜਾਂਦੀ ਆ ਉਹ ਲੀਟਰ ਦੀ, ਅਤੇ ਉਹਨੂੰ ਜ਼ਰੂਰ। ਇੱਕ ਸਰੋਂ ਦਾ ਤੇਲ ਜਿਹੜਾ ਉਹ ਬਹੁਤ ਚੰਗਾ, ਰਾਤ ਨੂੰ ਤੁਸੀਂ ਉਸਨੂੰ ਉਹਨੂੰ ਵਰਤੋਂ ਦੇ ਵਿੱਚ ਜ਼ਰੂਰ ਲਿਆਓ। ਜਿਹੜੀ ਤੁਹਾਡੀ ਬੈਲੀ ਬਟਨ ਹੈ ਨਾ, ਤੁੰਨ ਹੈ ਧੁੰਨ ਹੈ ਅਲੱਗ ਅਲੱਗ ਕਹਿੰਦੇ ਨੇ, ਉਹ ਜ਼ਰੂਰ ਉੱਥੇ ਉਹਨੂੰ ਟੱਚ ਕਰੋ, ਉਹਨੂੰ ਲਾਓ ਜ਼ਰੂਰ, ਨੱਕ ਦੇ ਵਿੱਚ ਵੀ ਲਾਓ, ਤੁਹਾਡੀ ਤਸੀਰ ਦੇ ਲਈ ਬੜਾ ਚੰਗਾ। ਇਹ ਸ਼ਸਤਰਾਂ ਦੇ ਵਿੱਚ, ਪੁਰਾਣੇ ਵੇਦਾਂ ਦੇ ਵਿੱਚ ਜਿਵੇਂ ਲਿਖਿਆ ਆਯੁਰਵੇਦ ਦੇ ਵਿੱਚ, ਬਹੁਤ ਵਧੀਆ ਚੀਜ਼ ਆ, ਅਤੇ ਉਹਨੂੰ ਮੁੱਕਣ ਨਾ ਦਿਓ ਘਰ ਦੇ ਵਿੱਚੋਂ। ਆ ਉਹ ਜਿਹੜਾ ਤੁਹਾਡੀ ਸਿਹਤ ਲਈ, ਤੁਹਾਡੀ ਚਮੜੀ ਅਸਲ ਹੈ ਤਾਂ ਵੱਡੀ ਕਹਾਣੀ ਇਹ ਆ ਵੀ ਤੁਹਾਡੇ ਜਿਹੜਾ ਅੰਦਰ ਤੁਸੀਂ ਖਾਧਾ ਪੀਤਾ ਨਿਕਲਣਾ ਤਾਂ ਚਮੜੀ ਦਾ ਵਿੱਚੋਂ ਉਹੀ ਆ। ਮੈਨੂੰ ਜ਼ਿਆਦਾ ਭੁਰਜੀ ਹੋਣੀ, ਚਮੜਾ ਕਹਿੰਦੇ ਹੁੰਦੇ ਨੇ ਡਾਕਟਰ ਭੁਰਜੀ, ਚਮੜਾ ਕਹਿੰਦੇ ਤੁਹਾਡਾ ਚਮੜਾ, ਤੇ ਉਹ ਹੈ ਤਾਂ ਇਨਟੇਕ ਆ ਜਿਹੜਾ ਉਹੀ ਬਾਹਰ ਆਉਣਾ, ਪਰ ਫਿਰ ਵੀ ਉਸ ਦੀ ਸੰਭਾਲ ਹੈ ਜਿਹੜੀ, ਵੱਧ ਸਾਬਣ, ਵੱਧ ਬਾਡੀ ਵਾਸ਼ ਤੇ ਮਹਿੰਗੇ ਬਾਡੀ ਵਾਸ਼। ਇਹ ਜੀ ਬਾਡੀ ਵਾਸ਼ ਵਰਕ ਤੋਂ $15 ਦਾ ਲਿਆਂਦਾ, ਝੱਗ ਬਹੁਤ ਕਰਦਾ, ਔਰਗੈਨਿਕ ਸਾਬਣ ਬਹੁਤ ਵਧੀਆ ਬਣਾਉਂਦੇ ਨੇ ਹੁਣ, ਤੇ ਉਹ ਸਾਬਣ ਵੱਧ ਬਾਡੀ ਨੂੰ ਲਾਉਣ ਦੀ ਜ਼ਰੂਰਤ ਨਹੀਂ, ਵੀ ਤੁਸੀਂ ਸਾਬਣੇ ਘਸਾਈ ਜਾਣਾ ਸਵੇਰ ਤੋਂ ਆਤਣ ਤੱਕ। ਕੁਦਰਤ ਨੇ ਬਹੁਤ ਕੁਛ ਠੀਕ ਹੈ ਉਹਨੂੰ ਹਾਈਜੀਨ ਦੇ ਲਈ, ਸਵੈਟਿੰਗ ਤੋਂ ਬਾਅਦ ਉਸਨੂੰ ਸਾਫ਼ ਰੱਖਣਾ ਉਹ ਤੁਹਾਡੀ ਜ਼ਰੂਰਤ ਹੈ। ਪਰ ਤੇਲ ਕਈ ਬਹੁਤ ਵਧੀਆ, ਜਿਹਦੀ ਮਸਾਜ ਜ਼ਰੂਰਤ ਹੈ ਵੀ ਉਹ 8-10 ਮਿੰਟ ਪਹਿਲਾਂ ਨਹਾਉਣ ਤੋਂ ਜ਼ਰੂਰੀ ਹੈ। ਜੇ ਸਟੀਮਰ 'ਚ ਉਹਦੇ ਬਾਅਦ ਬਹਿ ਜਾਓ ਤਾਂ ਫਿਰ ਉਦੋਂ ਵੀ ਵਧੀਆ, ਨਹੀਂ ਸਟੀਮਰ ਤਾਂ ਨਹਾ ਲਓ। ਉਹ ਥੀਬਸ ਓਇਲ ਉਹਨੂੰ ਕਹਿੰਦੇ ਨੇ, ਮੈਂ ਉਦੋਂ ਦੱਸਣਾ ਚਾਹੁੰਦਾ, ਬਣਾ ਲਿਓ ਮਰਜ਼ੀ ਨਾਲ, ਪਰ ਉਹ ਵਧੀਆ। ਗਿੰਨੀ ਸਿੰਘ ਉਹਨਾਂ ਨੇ ਭੇਜੀ ਮਿੱਤਰ ਨੇ ਆਪਣੇ, ਅਤੇ ਉਹ ਚੰਗੀ ਚੀਜ਼ ਆ, ਬਹੁਤ ਬਾਡੀ ਨੂੰ ਤੁਹਾਡੀ ਨੂੰ ਵਧੀਆ ਰੱਖਦੀ ਆ। ਵਾਇਰਲ ਇਨਫੈਕਸ਼ਨ ਵਗੈਰਾ ਲਈ, ਵਾਇਰਸ ਦੇ ਲਈ ਉਸਨੂੰ ਜਿਹੜਾ ਵਰਤਿਆ ਗਿਆ ਟ੍ਰੈਡੀਸ਼ਨਲ ਚਾਈਨੀਜ਼ ਮੈਡੀਸਨ ਦੇ ਵਿੱਚ ਵੀ, ਆਯੁਰਵੇਦ ਦੇ ਵਿੱਚ, ਉਹਨੂੰ ਦੱਸੂਗਾ ਮੈਂ 1 ਵਜੇ, ਲਿਖ ਲਿਓ ਕਿ ਉਹਦੀਆਂ ਕੁਝ ਕੁਝ ਬੂੰਦਾਂ ਹੀ ਪੈਂਦੀਆਂ। ਤੇ ਆਜਮਾ ਦੁਆਰਾ ਫੇਰ ਪੰਜਾਬੀ ਚੱਕੀ ਵੱਲ ਨੂੰ, ਤਾਜ਼ਾ ਆਟਾ ਤੇ ਮਸਾਲਾ ਪੀਸ ਕੇ ਅੱਖਾਂ ਦੇ ਸਾਹਮਣੇ ਜੇ ਲੈ ਕੇ ਆਉਣਾ, 604-503-4030, ਯੂਨਿਟ 108-130-3073, ਪੰਜਾਬੀ ਚੱਕੀ 6045-03-4030। ਸਿਹਤ ਜਦ ਤੱਕ ਵਧੀਆ ਨਹੀਂ, ਬਾਕੀ ਗੱਲਾਂ ਦਾ ਫਾਇਦਾ ਕੋਈ ਨਹੀਂ। ਇੱਕੋ ਚੀਜ਼ ਦਾ ਤੁਸੀਂ ਓਨ ਕਰਦੇ ਹੋ, ਜਿਹੜੀ ਤੁਹਾਡੀ ਮਲਕੀਅਤ ਹੈ ਉਹ ਆ ਸਿਹਤ। ਮੁੜ ਕੇ ਆਇਆ ਤੇ ਆ ਕੇ ਯੋਧਿਆਂ ਦੀ ਕਹਾਣੀ ਤੁਹਾਨੂੰ ਸੁਣਾਉਣਾ, ਕਿਹੋ ਜਿਹਾ ਰੁਤਬੇ ਸੀ, ਕਿਹੋ ਜਿਹੇ ਸਰੀਰ ਸੀ ਉਹਨਾਂ ਦੇ, ਕਿੱਡੇ ਤਕੜੇ ਹੋਣਗੇ। ਹੁਣ ਜਦ ਮੈਂ ਕਹਾਂ ਵੀ ਮੈਨੂੰ ਜੱਸਾ ਸਿੰਘ ਆਲੂ ਵਾਲੀਆ, ਮੈਂ ਕਿਹੜਾ ਵੇਖਿਆ ਵੀ ਇੰਨੇ 20 ਫੱਟ ਉਹਦੇ ਸਰੀਰ ਤੇ ਲੱਗੇ ਸੀ ਵੱਡੇ ਘੱਲੂ ਘਾਰੇ ਚ। ਉਹ ਤਾਂ ਹੁਣ ਦੇਖਿਆ ਇਹ ਵੀ ਨੀ ਵੀ ਬਾਪੂ ਜੀ ਸਾਡਾ
ਬੇਬੇ ਦੇ ਰਸੇ ਤੇ ਹੀ ਆ ਵੀ ਉਹ ਬਾਪੂ ਜੀ ਤੇਰਾ ਤੁਰਿਆ ਆਉਂਦਾ, ਦੇਖਿਆ ਤਾਂ ਆਪਾਂ ਕੁਛ ਵੀ ਨਹੀਂ। ਅਬਦਾਲੀ ਅਖੀਰ ਸਰਹੰਦ ਦਾ ਸੂਬੇਦਾਰ, ਉਸਨੇ ਪਹਿਲਾਂ ਹੀ ਅਬਦ ਸਮੰਦ ਖਾਨ ਨੂੰ ਬਣਾਤਾ ਸੀ, ਜਲੰਧਰ ਦੁਆਬੇ ਦਾ ਫੌਜਦਾਰ ਨਾਸਰ ਅਲੀ ਬਣਾਤਾ, ਇਲਾਕੇ ਦੇ ਸਿਰ ਤੇ ਅਬਦਾਲੀ ਨੇ ਲਾਹੌਰ ਦਾ ਸੂਬੇਦਾਰ ਆਪਣਾ ਪੁੱਤ ਸ਼ਹਿਜ਼ਾਦਾ ਤੈਮੂਰ ਬਣਾਤਾ ਤੈਮੂਰ, ਤੇ ਜਹਾਨ ਖਾਨ ਜਿਹੜਾ ਉਹਦਾ ਸੈਨਾਪਤੀ ਮੇਨ ਸੀ ਉਹਨੂੰ ਉਹਨੇ ਉਹਦਾ ਨਾਇਕ ਤੇ ਪ੍ਰਧਾਨ ਬਣਾਤਾ। ਪਰ ਛਾਪੇ ਸਿੰਘ ਮਾਰਨ ਉਹ ਨਾ ਹਟੇ, ਹਰਨ ਹੋ ਜਾਂਦੇ ਛਾਪਾ ਮਾਰਦੇ ਹਰਨ, ਤੇ ਅਖੀਰ 10,000 ਫੌਜ ਛੱਡ ਕੇ ਅਬਦਾਲੀ ਕਹਿੰਦਾ ਯਾਰ ਮੈਂ ਤਾਂ ਚੱਲਿਆ, ਤੁਸੀਂ ਸਾਂਭੋ ਜਿਵੇਂ ਸਾਂਭਦੇ, ਮੈਂ ਬੜਾ ਔਖਾ, ਪਤਾ ਨਹੀਂ ਕਿੱਥੋਂ ਨਿਕਲਦੇ ਆ, ਖੋਹ ਕੇ ਸਮਾਨ ਹਲਕਾ ਕਰ ਜਾਂਦੇ ਨੇ। ਖਾਲਸਾ ਕਹਿੰਦਾ ਤੇਰੇ ਕਹਿੰਦਾ ਫੌਜੀਆਂ ਤੇ ਤੁਰ ਨਹੀਂ ਸੀ ਹੁੰਦਾ, ਸਿਰ ਤੇ ਵਜਨ ਚੱਕੀ ਆਉਂਦੇ ਜੀ ਦਿੱਲੀਓਂ, ਅਸੀਂ ਇਹਨਾਂ ਨੂੰ ਹਲਕਾ ਕਰੋ। ਜਹਾਨ ਖਾਨ ਸਿੱਖਾਂ ਦੇ ਵਿਰੁੱਧ ਚੜ੍ਹਾਈ ਕੀਤੀ। ਉਸ ਵੇਲੇ ਪੰਜਾਬ ਦੇ ਰਾਜ ਤੇ ਤਿੰਨ ਦਾਅਵੇਦਾਰ ਸੀ, ਦਿੱਲੀ ਦੇ ਮੁਗਲ ਤੇ ਅਫਗਾਨਿਸਤਾਨ ਦੇ ਦੁਰਾਨੀ ਤੇ ਖਾਲਸਾ ਪੰਥ। ਮੁਗਲਾਂ ਨੇ ਅਫਗਾਨਾਂ ਦੇ ਅੱਗੇ ਹੱਥ ਸਿੜਤੇ ਚੱਕਤੇ, ਤੇ ਹੁਣ ਦੁਰਾਨੀਆਂ ਤੇ ਸਿੱਖਾਂ ਦੇ ਵਿੱਚ ਜਿਹੜਾ ਰੌਲਾ ਰਹਿ ਗਿਆ। ਅੱਛਾ, ਨਾ ਤਾਂ ਕਿਸੇ ਤੋਂ ਕਿਸੇ ਦਾ ਬਖਸ਼ਿਆ ਹੋਇਆ ਰਾਜ ਸਿੰਘ ਲੈਂਦੇ ਆ, ਤੇ ਨਾ ਹੀ ਪੰਜਾਬ ਤੇ ਰਾਜ ਕਰਨ ਦਿੰਦੇ ਆ ਕਿਸੇ। ਜੇ ਅਬਦਾਲੀ ਕਹਿੰਦਾ ਯਾਰ ਇੰਨਾ ਕੁ ਤੁਹਾਨੂੰ ਦੇ ਦੇਣਾ ਹੋਇਆ ਨਾ, ਇਤੋਂ ਨਹੀਂ ਲੈਣਾ, ਰਾਜ ਕਰੇ ਹੈ, ਰਾਜ ਕਰੇ ਕਿ ਲੜ ਮਰੇ, ਤੇ ਜਾਂ ਫਿਰ ਉਹ ਕਹਿੰਦੇ ਕਰਨ ਵੀ ਨਹੀਂ ਤੈਨੂੰ ਦੇਣਾ ਬਾਈਸਿਆਂ, ਤੇ ਕਰਾਂਗੇ ਵੀ ਆਪ। ਜਹਾਨ ਖਾਨ ਨੂੰ ਪਤਾ ਸੀ ਵੀ ਇਹ ਇਹਨਾਂ ਦੇ ਸੂਤ ਨਹੀਂ ਆਉਣਾ, ਤਾਂ ਉਹਨੇ ਇਹ ਗੱਲ ਕੀਤੀ ਕਿ ਜਦ ਤੱਕ ਇਹਨਾਂ ਨੂੰ ਮੈਂ ਮਾਰਦਾ ਨਹੀਂ ਜਾਂ ਇਹਨਾਂ ਨੂੰ ਦਮੋਂ ਕੱਢਦਾ ਨਹੀਂ, ਜਦ ਤੱਕ ਇਹਨਾਂ ਨੇ ਸਾਨੂੰ ਟਿਕ ਕੇ ਨਹੀਂ ਬਹਿਣ ਦੇਣਾ, ਨਾ ਮੈਨੂੰ ਨਾ ਤੈਮੂਰ। ਫਿਰ ਉਹਨੇ ਬਲ ਕਹਿਤਾ ਸਾਰਾ ਵੀ ਹੁਣ ਜ਼ੋਰ ਸਾਰਾ ਹੀ ਲਾਉਣਾ, ਗਸ਼ਤੀ ਫੌਜ ਨਵੀਂ ਚਾੜੀ, ਮਾਲਵੇ ਨੂੰ ਨਿਕਲ ਗਏ ਸਿੰਘ, ਪਹਾੜਾਂ ਉੱਤੇ ਚੜ੍ਹ ਗਏ, ਜੰਗਲਾਂ 'ਚ ਲੁੱਕ ਗਏ। ਹੁਣ ਅੱਜ ਦੇ ਪੰਜਾਬ ਨੂੰ ਜੇ 1750 ਦੇ ਸਮੇਂ ਦੇ ਅੱਜ ਤੋਂ ਆਲਮੋਸਟ 280 ਸਾਲ ਪਹਿਲਾਂ ਵੇਖੋ, 270 ਸਾਲ ਪਹਿਲਾਂ ਵੇਖੋ, ਤਾਂ ਕਿਹੋ ਜਿਹਾ ਪੰਜਾਬ ਹੋਊਗਾ। ਉਸ ਸਮੇਂ ਜਹਾਨ ਖਾਨ ਫਿਰ ਆਪ ਫੌਜ ਲੈ ਕੇ ਅੰਮ੍ਰਿਤਸਰ ਨੂੰ ਚੜ੍ਹਿਆ। ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਹਰਿਮੰਦਰ ਸਾਹਿਬ ਦੀ ਰਾਖੀ ਕਰ ਰਿਹਾ ਸੀ, ਨਿਹੰਗ ਗੁਰਬਖਸ਼ ਸਿੰਘ ਜਿਹਨਾਂ ਦਾ ਨਾਂ ਆ, ਜਿਹਨਾਂ ਦੀ ਜਗ੍ਹਾ ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ ਦਰਵਾਜ਼ਾ ਦੇ ਅਕਾਲ ਤਖ਼ਤ ਸਾਹਿਬ ਦੇ ਬਣਿਆ, ਜਿੱਥੇ ਸ਼ਹੀਦਾਂ ਯੋਧਿਆਂ ਦੀ ਹੁਣ ਸ਼ਹੀਦੀ ਸਥਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਬਣਿਆ। ਇਹਦੇ ਲਈ ਟਕਸਾਲ ਦਾ ਜਿਹੜਾ ਇਸ ਕੰਮ ਨੂੰ ਕਰਾਇਆ, ਇਹ ਬੜਾ ਔਖਾ ਕੰਮ ਸੀ, ਪਰ ਉਸਨੂੰ ਕਿਉਂਕਿ ਬੜਾ ਜ਼ੋਰ ਸੀ ਇਸ ਗੱਲ, ਅਕਾਲੀ ਸਰਕਾਰ ਕਹਿੰਦੀ ਸੀ ਕਿਤੇ ਹੋਰ ਬਣਾ ਲਓ, ਨਿਕਲ ਕੇ ਇਹਦੇ ਪ੍ਰਕਰਮਾਂ ਤੋਂ ਬਾਹਰ ਬਣਾ ਦਿਓ। ਜਿਹੜੀ ਗੱਲ ਚੰਗੀ ਟਕਸਾਲ ਨੇ ਕੀਤੀ ਬਾਬੇ ਧੁੰਮੇ ਨੇ, ਉਹ ਗੱਲ ਸਹੀ ਹੈ ਕਿ ਉਸਨੇ ਉਹ ਸ਼ਹੀਦੀ ਦਾ ਜਿਹੜਾ ਸ਼ਹੀਦਾਂ ਦੀ ਜਗ੍ਹਾ ਜਿਹੜੀ ਬਣਾਈ, ਉਹ ਇੱਕ ਬਹੁਤ ਵਧੀਆ ਉੱਦਮ ਹੈ। ਬਾਬਾ ਗੁਰਬਖਸ਼ ਸਿੰਘ ਦਾ ਬੁੰਗਾ ਉੱਥੇ ਬਣਿਆ ਹੈ। ਕਸੂਰ ਦਾ ਪਿੰਡ ਆ ਲੀਲ, ਉੱਥੇ ਬਾਬਾ ਗੁਰਬਖਸ਼ ਸਿੰਘ ਦਾ ਜਨਮ ਹੋਇਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਉਹਨਾਂ ਨੇ ਅੰਮ੍ਰਿਤ ਛਕਿਆ ਸੀ, ਸੰਤ ਰੂਪ ਨਿਹੰਗ ਬਾਣੇ ਦੇ ਵਿੱਚੋਂ ਸਦਾ ਰਹਿੰਦੇ, ਤੇ ਉਹ ਹਰ ਵੇਲੇ ਨੀਲੇ ਵਸਤਰ ਪਾਉਂਦੇ, ਜੰਗਲਾਂ ਨੂੰ ਸਿੰਘ ਚਲੇ ਗਏ। ਬਾਬਾ ਗੁਰਬਖਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਦਰਬਾਰ ਸਾਹਿਬ ਆ ਗਿਆ, ਅਕਾਲ ਤਖ਼ਤ ਸਾਹਿਬ ਤੇ ਡਟ ਗਿਆ। ਇਹਨਾਂ ਤਵਾਰੀਖਾਂ ਨੂੰ ਹੀ ਪਰ ਪਿੱਛੇ ਜਿਹੜਾ ਸਿੱਟਿਆ ਜਾ ਰਿਹਾ, ਤਾਂ ਹੀ ਇਹ ਕਾਰਨ ਆ ਵੀ ਜਦ ਇਹਨਾਂ ਨੂੰ ਰੋੜ ਦਿਆਂਗੇ ਆਪਾਂ ਸਾਖੀਆਂ ਨੂੰ ਤੇ ਬਵਾਣੀਆਂ ਕਹਾਣੀਆਂ ਨੂੰ, ਫਿਰ ਮੌਜੂਦਾ ਸੰਘਰਸ਼ ਨੂੰ ਵੀ ਉਸਤੇ ਲਿਆ ਕੇ ਖੜਾ ਲਾਂਗੇ। ਇਹਨਾਂ ਗਲਤੀ ਕੀਤੀ, ਇਹਨਾਂ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਜਾਣ ਦਾ ਕੀ ਮਤਲਬ ਆ, ਸੁਣਿਓ। ਜਹਾਨ ਖਾਨ ਜਾਂਦਾ ਤੇ ਉੱਥੇ ਗੁਰਬਖਸ਼ ਸਿੰਘ ਜੀ ਨਿਹੰਗ ਜਿਹਨਾਂ ਨੂੰ ਕਿਹਾ ਬਾਬਾ ਗੁਰਬਖਸ਼ ਸਿੰਘ ਜੀ, ਤਾਂ ਉਹਨਾਂ ਦੇ 30 ਕੁ ਸਾਥੀ ਸਮੇਂ ਦੇ ਜਿਹੜੇ ਰਾਈਟਰ ਨੇ ਉਸ ਸਮੇਂ ਲਿਖਦੇ ਵੀ ਭੋਰਾ ਵੀ ਕਿਤੇ ਚਣਕਾ ਮਾਤਰ ਵੀ ਮੰਤਰ ਜਿਹੜਾ ਉਹ ਭੈ ਨਹੀਂ ਸੀ, ਨੀਲੇ ਵਸਤਰ ਤੇ 10,000 ਦੀ ਦੂਜੇ ਬੰਨੇ ਫੌਜ ਆ ਤੇ 30 ਜਣੇ ਸ਼ਹੀਦਗੰਜ ਜਗ੍ਹਾ ਉਹਨੇ ਅਕਾਲ ਤਖ਼ਤ ਦੇ ਪਿਛਲੇ ਪਾਸੇ ਆ, ਉੱਥੇ ਸ਼ਹੀਦੀ ਜਿਹੜੀ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਨੇ ਦਿੱਤੀ। ਜਹਾਨ ਖਾਨ ਤੇ ਅੰਮ੍ਰਿਤਸਰ ਦਾ ਜਦ ਹੋਇਆ ਕਬਜ਼ਾ,
ਗੁਰਦੁਆਰਾ ਸਾਹਿਬ ਢਾਹ ਤੇ ਸਰੋਵਰਪੁਰ ਤੇ ਸਿੱਖਾਂ ਦਾ ਬਣਾਇਆ ਕਿਲ੍ਹਾ ਰਾਮਗੜ੍ਹ ਵੀ ਢਾਹ ਤਾ, ਜਿਹੜਾ ਜੱਸਾ ਰਸ ਸਿੰਘ ਰਾਮਗੜੀਆ ਨੇ ਬਣਾਇਆ, ਰਾਮ ਰਾਉਣੀ ਜਿਹਦਾ ਨਾਂ ਸੀ। ਤੇ ਉਸ ਵੇਲੇ ਸ਼ਹੀਦਾਂ ਦੀ ਮਿਸਲ ਦੰਦਵਾ ਸਾਹਿਬ ਤਲਵੰਡੀ ਮਾਲ ਵਿੱਚ ਬੈਠੀ ਸੀ। ਮਿਸਲ ਦਾ ਜਥੇਦਾਰ ਬਾਬਾ ਦੀਪ ਸਿੰਘ ਸੀ, ਜਿਹੜਾ ਪਿਛਲੇ ਦਿਨ ਉਹਨਾਂ ਦਾ ਜਨਮ ਦਿਨ ਆਪਾਂ ਮਨਾ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਉਤਾਰਾ ਹੋ ਰਿਹਾ ਸੀ। ਹਰਿਮੰਦਰ ਸਾਹਿਬ ਦੀ ਜਦ ਬੇਅਦਬੀ ਸੁਣੀ, ਸੰਤ ਸਿਪਾਹੀ ਨੇ ਕਲਮ ਰੱਖ ਕੇ ਤਲਵਾਰ ਫੜੀ। 75 ਸਾਲ ਵੀ ਉਮਰ ਕਹਿੰਦੇ ਨੇ, 80 ਸਾਲ ਦੀ ਵੀ ਉਮਰ ਕਹਿੰਦੇ ਨੇ। ਨੰਦਨ ਸਾਹਿਬ ਦੀ ਸੇਵਾ ਆਪਣੇ ਭਤੀਜੇ ਸੱਦਾ ਸਿੰਘ ਨੂੰ ਸੌਂਪ ਕੇ ਬਾਬਾ ਦੀਪ ਸਿੰਘ ਜੀ ਜਥਾ ਲੈ ਕੇ ਅੰਮ੍ਰਿਤਸਰ ਨੂੰ ਤੁਰੇ। ਜੱਗਾ ਬਾਹਮਣੀ ਵਾਲਾ, ਨੇਹੀਆਂ ਵਾਲਾ, ਬਿਜੂਕੇ, ਗੁਰੂ ਚੌਂਤਰਾ, ਫੂਲ, ਮਰਾਜ, ਦਵਾਜ, ਪੁੱਛੋਂ, ਗੋਬਿੰਦਪੁਰਾ, ਕੋਟ ਲੱਖੀ ਜੰਗਲ ਚ ਹੁੰਦਾ ਜਥਾ ਫਿਰੋਜ਼ਪੁਰ ਖੇਮਕਰ ਰਾਹੀਂ ਤਰਨ ਤਰਨ ਆ ਬੈਠਾ। ਇੱਥੇ ਤੱਕ ਆਉਂਦੇ ਸਿੰਘਾਂ ਦੀ ਗਿਣਤੀ 5000 ਚ ਹੋ ਗਈ। ਇਲਾਕੇ ਦੇ ਪਿੰਡਾਂ ਚ ਖ਼ਬਰਾਂ ਫੈਲ ਗਈਆਂ, ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸ਼ਹੀਦ ਹੋਣ ਵਾਸਤੇ ਜਾ ਰਹੇ। ਸਿੰਘ ਤਰਨ ਤਰਨ ਇਕੱਠੇ ਹੋ ਗਏ। ਲੜਾਈ ਵਾਲੇ ਦਿਨ ਤੱਕ ਸਾਰੇ ਸਿੰਘਾਂ ਦੀ ਗਿਣਤੀ 10000 ਤੱਕ ਅੱਪੜੀ। ਜਹਾਨ ਖਾਂ ਨੇ ਗੋਲਵੜ ਮੋਰਚੇ ਮੱਲੇ, ਹਾਲਾਤ ਸਾਰੇ ਹਾਕਮ ਬੁਲਾ ਲਏ। ਲਾਹੌਰ ਚ ਰਹਿਣ ਵਾਲੇ ਹਰ ਸਵਾਰ ਨੂੰ ਸੱਦ ਲਿਆ, ਨਾਲ ਅਤੇ ਖਾਂ, ਕਾਸਮ ਖਾਂ ਪੱਟੀ ਵਾਲਾ, ਮੀਰ ਨਿਮਤੁੱਲਾ, ਸੈਦ ਸਾਬਰ ਅਲੀ, ਅਮੀਰ ਜਾਨ ਖਾਨ 5000, ਯੂਬ ਖਾਨ, ਅਮਾਨ ਖਾਨ, ਯਕੂਬ ਖਾਨ, ਜ਼ਬਰਦਸਤ ਖਾਨ, ਰੁਸਤਮਾ ਖਾਨ। 11 ਨਵੰਬਰ 1757 ਨੂੰ ਇਹ ਲੜਾਈ ਹੋਈ ਹੈ। ਤਰਨ ਤਰਨ ਤੋਂ ਉੱਠ ਕੇ ਜਹਾਨ ਖਾਨ ਤੇ ਜਦ ਹਮਲਾ ਬਾਬੇ ਦੀਪ ਸਿੰਘ ਨੇ ਕੀਤਾ ਪਹਿਲੇ ਹੱਲੇ ਚ, ਮਸਲਮ ਫੌਜ ਪਿੱਛੇ ਨੂੰ ਭੱਜੀ। ਜਹਾਨ ਖਾਨ ਨੇ ਫੌਜ ਨੂੰ ਰੋਕਣ ਵਾਸਤੇ ਤਲਵਾਰ ਨਾਲ ਆਪਣੇ ਕੁਛ ਬਾਈ ਫੱਟੜ ਵੀ ਕੀਤੇ। ਉਹ ਭੱਜਦੇ ਕਿੱਥੇ ਨੂੰ? ਮਸਲਮ ਫੌਜ ਜਦ ਮਰ ਰਹੀ ਹੈ, ਸਿੰਘ ਜਕਾਰੇ ਛੱਡਣੇ ਨੇ ਅਖੀਰ ਲੜਦੇ ਲੜਾਉਂਦੇ ਮੁਸਲਿਮ ਜਰਨੈਲ ਪਿਛਲੇ ਪੈਰੀ ਅੰਮ੍ਰਿਤਸਰ ਨੂੰ ਹੱਟਣ ਲੱਗੇ। ਗੁਰਦੁਆਰਾ ਰਾਮਸਰ ਲੜਦੇ ਰਾਮਸਰ ਅੰਮ੍ਰਿਤਸਰ ਕੋਲ ਜਾ ਉਪੜੇ। ਇੱਥੇ ਥੜਾ ਬਹੁਤ ਵੱਡਾ ਜਿਹੜਾ ਯੁੱਧ ਹੋਇਆ, ਅਮਾਨ ਖਾਂ ਤੇ ਬਾਬਾ ਦੀਪ ਸਿੰਘ ਆਮਣ ਸਾਹਮਣੇ ਹੋਏ। ਸਾਂਝੇ ਵਾਰ ਨਾਲ ਦੋਨਾਂ ਬਹਾਦਰਾਂ ਦੇ ਸੀਸ ਲਏ। ਇਸ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਚ ਵੀ ਲਿਖਦੇ ਨੇ ਕਿ ਇਸ ਘਟਨਾ ਪਿੰਡ ਚਾਟੀ ਵਿੰਡ ਕੋਲ ਹੋਈ। ਹੁਣ ਇੱਕ ਸਿੰਘ ਨੇ ਬੋਲੀ ਮਾਰੀ, ਬਾਬਾ ਜੀ ਅੰਮ੍ਰਿਤਸਰ ਜਾ ਕੇ ਸ਼ਹੀਦ ਹੋਣਾ ਸੀ, ਸੀਸ ਭੇਟ ਕਰਨਾ ਸੀ, ਤੇ ਹੁਣ ਰਾਹ ਚ ਆਸਣ ਲਾ ਲਿਆ। ਬਾਬਾ ਦੀਪ ਸਿੰਘ ਉਹਨਾਂ ਨੇ ਖੱਬੇ ਹੱਥੇ ਸਿਰ ਧਰ ਲਿਆ ਤੇ ਲੜਦੇ ਹੋਏ ਰਾਮਸਰ ਕੋਲ ਪਹੁੰਚੇ। ਸਿੰਘਾਂ ਨੇ ਕਿਹਾ, ਧੰਨ ਬਾਬਾ ਦੀਪ ਸਿੰਘ ਜਿਸ ਦਾ ਧੜ ਲੜਦਾ ਅੰਮ੍ਰਿਤਸਰ ਆ ਪੁੱਜਿਆ। ਇਹ ਵਾਕ ਸੁਣ ਕੇ ਬਾਬਾ ਜੀ ਨੇ ਉੱਥੇ ਹੀ ਸਿਰ ਧਰ ਦਿੱਤਾ। ਬਾਕੀ ਇਤਿਹਾਸ ਵਿੱਚ ਲਿਖਿਆ ਕਿ ਬਾਬਾ ਜੀ ਸ਼ਹੀਦ ਹੀ ਗੁਰਦੁਆਰਾ ਰਾਮਸਰ ਕੋਲ ਹੋਏ, ਉੱਥੇ ਅੱਜ ਤੱਕ ਸ਼ਹੀਦ ਗਾਂਜੇ। ਬਾਬਾ ਦੀਪ ਸਿੰਘ ਦੀ ਸ਼ਹੀਦ ਹੋਣ ਤੇ ਵੀ ਲੜਾਈ ਮੁੱਕੀ ਨਹੀਂ। ਸਿੰਘ ਗੁਰੂ ਕੇ ਬਾਗ ਅੰਮ੍ਰਿਤ ਸਰੋਵਰ ਦੀਆਂ ਪ੍ਰਕਰਮਾਂ ਤੇ ਅਕਾਲ ਤਖ਼ਤ ਸਾਹਿਬ ਤੱਕ ਸ਼ਹੀਦ ਹੁੰਦੇ ਗਏ। ਵੈਰੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਛੱਡ ਕੇ ਪਿੱਛੇ ਹਟ ਗਿਆ। ਰਾਤ ਪਈ, ਲੜਾਈ ਬੰਦ ਹੋ ਗਈ। ਦੋਨਾਂ ਧਿਰਾਂ ਦੇ ਹਜ਼ਾਰਾਂ ਸਿਪਾਹੀ ਨਾਮਵਰ ਸਰਦਾਰ ਮਰ ਗਏ। ਸਰਦਾਰ ਦਿਆਲ ਸਿੰਘ ਦੇ ਹੱਥੋਂ ਅਮੀਰ ਖਾਨ, ਅਮੀਰ ਜਾਨ ਖਾਨ ਮਾਰਿਆ ਗਿਆ। ਬਾਬਾ ਦੀਪ ਸਿੰਘ ਦੇ ਹੱਥੋਂ ਯਕੂਬ ਖਾਨ, ਮੀਰ ਨਿਮਤੁੱਲਾ ਤੇ ਅਮਾਨ ਖਾਨ ਮਾਰੇ ਗਏ। ਸੈਦ ਸਾਬਰ ਅਲੀ ਤੇ ਹੀਰਾ ਸਿੰਘ ਆਪਸ ਚ ਲੜ ਕੇ ਸ਼ਹੀਦ ਹੋਏ। ਸਰਦਾਰ ਬਲਵੰਤ ਸਿੰਘ ਨੇ ਜ਼ਬਰਦਸਤ ਖਾਨ ਨੂੰ ਚੱਕਰ ਨਾਲ ਮਾਰਿਆ ਤੇ ਰੁਸਤਮ ਖਾਨ ਤੇ ਬਲਵੰਤ ਸਿੰਘ ਸਾਂਝੇ ਵਾਰ ਨਾਲ ਸ਼ਹੀਦ ਹੋਏ। ਜਿੱਥੇ ਜਿੱਥੇ ਕੋਈ ਸਿੰਘ ਸ਼ਹੀਦ ਹੋਇਆ ਉੱਥੇ ਉੱਥੇ ਸ਼ਹੀਦਗੰਜ ਬਣਿਆ। ਨੌਤ ਸਿੰਘ ਪਿੰਡ ਚੱਬੇ ਕੋਲ ਸ਼ਹੀਦ ਹੋਇਆ, ਜਿਸਦਾ ਸ਼ਹੀਦਗੰਜ ਪੱਕੀ ਸੜਕ ਦੇ ਵਿੱਚ ਬਣਿਆ। ਹਰੀ ਸਿੰਘ ਤੇ ਵੀਰ ਸਿੰਘ ਸੰਗਰਾਣੇ ਕੋਲ ਸ਼ਹੀਦ ਹੋਏ। ਮਹਤਾਬ ਸਿੰਘ ਗਿੱਲ ਬਾਬਾ ਦੀਪ ਸਿੰਘ ਕੋਲ ਚਾਟੀ ਪਿੰਡ ਦੇ ਦਰਵਾਜ਼ੇ ਅੱਗੇ ਸ਼ਹੀਦ ਹੋਏ। ਧਰਮ ਸਿੰਘ ਵਿਵੇਕ ਸਰ ਕੋਲ ਸ਼ਹੀਦ ਹੋਏ। ਕੌਰ ਸਿੰਘ, ਮੰਨਾ ਸਿੰਘ, ਬਸੰਤ ਸਿੰਘ, ਵੀਰ ਸਿੰਘ, ਮੰਗਲੀ ਸਿੰਘ, ਰਾਮ ਦੇ ਅਖਾੜੇ ਕੋਲ ਸ਼ਹੀਦ ਹੋਏ। ਹੀਰਾ ਸਿੰਘ, ਗੰਡਾ ਸਿੰਘ, ਨਿਹਾਲ ਸਿੰਘ, ਲਹਿਣਾ ਸਿੰਘ, ਗੋਪਾਲ ਸਿੰਘ, ਰਣ ਸਿੰਘ, ਭਾਗ ਸਿੰਘ, ਸੱਜਣ ਸਿੰਘ, ਅਗਰ ਸਿੰਘ, ਬਹਾਦਰ ਸਿੰਘ, ਗੁਰੂ ਕੇ ਬਾਗ ਸ਼ਹੀਦ। ਪ੍ਰਕਰਮਾ ਚ ਅਕਾਲ ਤਖ਼ਤ ਦੇ ਪਿਛਲੇ ਪਾਸੇ ਸ਼ਹੀਦ ਹੋਏ ਸਿੰਘ। ਪ੍ਰਕਰਮਾ ਚ ਕੁਝ ਅਕਾਲ ਤਖ਼ਤ ਦੇ ਆਲੇ ਦੁਆਲੇ ਰਾਤ ਦੌਰਾਨੀ ਤੇ ਆਪਣੇ ਡੇਰੇ ਵਿੱਚ ਨਵੀਂ ਫੌਜ ਦੀ ਉਡੀਕ ਕਰ ਰਹੇ ਸਿੰਘਾਂ ਨੇ ਆਪਣੇ ਸ਼ਹੀਦਾਂ ਦਾ ਸੰਸਕਾਰ ਕੀਤਾ। ਦਿਨ ਚੰਨ ਤੋਂ ਪਹਿਲਾਂ ਜੰਗਲ ਨੂੰ ਚਲੇ ਗਏ। ਦੌਰਾਨੀਏ ਨੇ ਆ ਕੇ ਫੇਰ ਕਬਜ਼ਾ ਕਰ ਲਿਆ। ਇਸ ਲੜਾਈ ਵਿੱਚ ਮੁਸਲਿਮ ਫੌਜਾਂ ਦੀ ਗਿਣਤੀ ਸਿੰਘਾਂ ਨਾਲੋਂ ਬਹੁਤ ਵੱਧ ਸੀ। ਅਬਦਾਲੀ ਦੇ ਹਮਲੇ ਵੇਲੇ ਸਿੰਘਾਂ ਨੇ ਦੁਆਬਾ ਜਲੰਧਰ ਜਿਹੜਾ ਉਸ ਦਾ ਬਹੁਤ ਮੰਦਾ ਹਾਲ ਹੋਇਆ। ਸਰਹੰਦ ਤੋਂ ਲਾਹੌਰ ਆਉਂਦਾ ਹੋਇਆ ਦਰਾਨੀ ਫੌਜ ਦਾ ਇੱਕ ਦਸਤਾ ਸਿੰਘਾਂ ਨੇ ਕਰਤਾਰਪੁਰ ਕੋਲ ਵੀ ਕਤਲ ਕੀਤਾ। ਥੰਮ ਸਾਹਿਬ ਦਾ ਇਤਿਹਾਸ ਕੱਲ ਨੂੰ ਵਪਾਰਕ ਸੰਦੇਸ਼ਾਂ ਤੋਂ ਬਾਅਦ ਤਰਕ ਤੇ ਵਿਵੇਕ ਦੀ ਗੱਲ ਚੱਲੇਗੀ। ਆਧੁਨਿਕਤਾ ਦਾ ਜਿਹੜਾ ਸ਼ਬਦ ਹੈ, ਜੇ ਇਸ ਨੂੰ ਵੇਖਿਆ ਜਾਵੇ, ਜਦ
ईसाइया ने ईसाइयत अपने धर्म का प्रसार करने के बहाने दुनिया के विच अपनी बस्तियां शुरू करने की कोशिश की, उन्होंने आधुनिकता के थले अपनी क्रिश्चियनिटी की अलग एक परिभाषा शुरू की, क्योंकि उन्होंने जाके उस जगह से जिथे उन्होंने जाना सी उन्होंने धर्म नू नीमा दिखाना सी ते उन्होंने दसना सी कि असी सुपर सुपीरियर किवें, ते उहदे विचों फिर प्रमाणिकता की गल शुरू हो गई बिश सिद्ध करके दिखाओ थोड़ा झूठ है काम सानू फॉलो करो। जे सिख इतिहास की गल मैं इस दे नाल नाल करा, जिस तरह आप 18वीं सदी की गल हुण कर रहे हैं, यह गल अक्सर कई जने सिख इतिहास संभालिया नहीं गया, नहीं ये नहीं गल इन्हां हालातों संभालिया गया। वह भी वेखो चप्पे चप्पे ते फौज थोड़े पिछे फिरदी है, चप्पे चप्पे ते टोडी थोड़े पिछे फिरदे आ, चौधरी फिरदे सिरां दे मुल पै रहे ने, अद्धी अद्धी कौम एक दिन च खत्म हो रही है। उस दौरान भी उन्होंने चाहे बोलिया के रूप च चाहे बाणे के रूप च अपनी सिखी जिहड़ी निभाउंदे गए, गुरां दियां दी रची हुई बाणी उसनू सांभी गुरु साहिब आप संभाल के गए, आप लिखी दमदमा साहिब। इतिहास के विचों वडेरे जिहड़े नाल गुरु काल तो रहे उहदी अगली पीढ़ी यह साखियां नू यह बाणियां नू अगे भेजदी रही, तो उन्होंने कलमबद्ध किया। एक स्रोत जिहड़ा यह है, मैं आना तर्क ते ही है ते विवेक ते, उस तो बाद इहदे प्रचार का प्रसार का ढंग है जिहड़ा उहदे ते कोई ठोस कदम ना किया गया। खास तौर पर जब खालसा माड़े समय की लंघ रहा है तो उसकी जिस तरह की भी व्याख्या सानू मिलती गई, जिस तरह का भी सानू कुछ मिलता गया, क्योंकि अंदरूनी तौर पर तुसी जुड़े हुए सी, कते यह भी जे लगना भी नहीं यह गल है जिहड़ी सही नहीं ना जां ना यह सही होनी, उस ते गौर ना किया क्योंकि एग्जिस्टेंस का रौला सी। हुण निर्मलिया ने जां अदासियां दी संप्रदायक जिहड़ी गुरु ग्रंथ साहिब जी दे जां बाणियां दा जिहड़ा प्रसार सी जां उहनां दी जिवें भी उहनां वल्लों उहदी व्याख्या सी उह चलदी गई, ते क्योंकि अपने तौर ते धर्म प्रति पहुंच ठीक सी, दमनकारी नहीं सी, मान सी अपनी तवारीख ते गुरु काल बड़ा समा लंघ के नहीं सी गया, नेड़े दा ही समा सी, क्योंकि मिलावट रलावट उहदे हुंदयां नूं भी समा लंघदा। अंग्रेज ने जद यूरोपीन लोकां वल्लों ईसाइयत दा जिहड़ा विखावा ते ईसाइयत दी अपने हसब दे नाल जिहड़ी अपने धर्म दी दा जोर पा के जदों दसण दी कोशिश उन्होंने की, लोगों खास तौर पर गुलामीयत दे विच अपना धर्म अपना प्रचार वर्ग अपनी बाणी ते शंके जिहड़े ने शुरू हो गए, क्योंकि उन्होंने तो धर्म करन दा एक राज करन दा एक धर्म दा किवें ना किवें उन्होंने तो धर्म के घोड़े ते चढ़ के की। सिंह सभा लहर जिहड़ी सी उहदे प्रचारक उहो मॉडर्निज्म दे विच ईसाइयत दे मद्देनजर भी धर्म दी गल करदे रहे, उन्हां नूं पता नहीं सी कि इह असल हो की रहा। कईआं ने उन्हां दा प्रबंध है जिहड़ा उह अडैप्ट कर लिया भी हाँ इहनूं इस तरह भी वेख्या जावे, इस तरह नूं इस तरह कीता जावे। इह वो चलती आई, कारण एक है भी किसे एक धर्म नहीं है, कल जे सिख धर्म की गल करिए दुनिया के विच मॉडर्निज्म ने सारा कुछ जिहड़ा कीता, पर गुरु आसे मुताबिक गुरु ते आसरा रख के कुछ प्रचारकों ने भाई वीर सिंह भाई पूर्ण सिंह
ਪ੍ਰੋਫੈਸਰ ਪੂਰਨ ਸਿੰਘ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗਿਆਂ ਨੇ ਗੁਰੂ ਆਸਥਾ ਤੇ ਰੱਖ ਕੇ ਬਹੁਤ ਚੀਜ਼ਾਂ ਨੂੰ ਸਿੱਧਿਆ ਕਰਨ ਦਾ ਵੀ ਯਤਨ ਕੀਤਾ, ਪਰ ਤਰਕ ਦਾ ਇੱਕ ਸ਼ਬਦ ਸ਼ੁਰੂ ਹੋ ਗਿਆ। ਹੁਣ ਤਰਕ ਕੀ ਹੈ? ਤਰਕ ਪੁਰਾਤਨ ਸਮੇਂ ਦੇ ਉੱਪਰ ਹੁਣ ਦੇ ਸਮੇਂ ਦੇ ਵਿੱਚ ਸਿੱਧ ਕਰਨ ਦੀ ਗੱਲ ਚੱਲ ਪਈ, ਸਿੱਧ ਕਰਕੇ ਦਿਖਾ ਤਾਂ ਮੈਂ ਮੰਨਦਾ, ਨਹੀਂ ਤਾਂ ਇਹ ਗੱਲ ਹੋ ਹੀ ਨਹੀਂ ਸਕਦੀ। ਮੱਕਾ ਕਿਵੇਂ ਘੁੰਮ ਸਕਦਾ, ਰੋਟੀਆਂ ਦੇ ਵਿੱਚੋਂ ਖੂਨ ਤੇ ਦੁੱਧ ਕਿਵੇਂ ਨਿਕਲ ਸਕਦਾ, ਬਿਨਾਂ ਸੀਸ ਤੋਂ ਬਾਬਾ ਦੀਪ ਸਿੰਘ ਕਿਵੇਂ ਲੜ ਸਕਦਾ, ਇਹ ਗੱਲਾਂ ਚੱਲ ਪਈਆਂ ਹੁਣ ਦੇ, ਕਿਉਂਕਿ ਅਸੀਂ ਇਨਸਾਨ ਆਪਣੇ ਤੌਰ ਤੇ ਗੁਰੂ ਕਾਲ ਨੂੰ ਤੇ ਗੁਰੂ ਦੇ ਸਮੇਂ ਦੇ ਉਸ ਸਿੰਘਾਂ ਨੂੰ ਅਸੀਂ ਆਪਣੇ ਤੌਰ ਤੇ ਆਪਣੇ ਹਾਣ ਦਾ ਹੋ ਕੇ ਵੇਖਦੇ। ਜੇ ਸਰਵਸ਼ਕਤੀਮਾਨ ਪਰਮਾਤਮਾ ਦੀ ਆਰਾਧਨਾ ਕਰਦਾ ਬੰਦਾ, ਉਹਦਾ ਰੂਪ ਹੁੰਦਾ, ਜਿਸ ਤਰ੍ਹਾਂ ਖਾਲਸੇ ਦਾ ਕੌਨਸੈਪਟ ਹੀ ਇਹ ਹੈ, ਗੁਰੂ ਕਾਲ ਤੋਂ ਉਹਨਾਂ ਨੇ ਕਿਹਾ ਜਦ ਤੁਸੀਂ ਅਕੀਦੇ ਦੇ ਨਾਲ ਇਸ ਨੂੰ ਫੋਲੋ ਕਰੋਗੇ, ਮੈਂ ਤੁਸੀਂ ਮੇਰਾ ਹੀ ਰੂਪ ਹੋ, ਦਸਮ ਪਾਤਸ਼ਾਹ ਨੇ ਵੀ ਕਿਹਾ। ਪਰ ਸਾਨੂੰ, ਕਿਉਂਕਿ ਅਸੀਂ ਆਪਣੇ ਤੌਰ ਤੇ ਸਦੇ, ਅਸੀਂ ਗੁਰੂ ਨੂੰ ਇੱਕ ਆਮ ਸਮਾਜ ਸੁਧਾਰਕ, ਰਿਫੋਰਮਰ, ਪਰਿਵਰਤਨ ਕਰਨ ਵਾਲਾ, ਦੁਨੀਆਂ ਨੂੰ ਸਿੱਧੇ ਰਾਹ ਪਾਉਣ ਵਾਲਾ ਇੱਕ ਇਨਸਾਨ ਦੇ ਰੂਪ ਦੇ ਵਿੱਚ ਆਪਾਂ ਗੁਰੂ ਸਾਹਿਬ ਨੂੰ ਵੇਖਦੇ ਹਾਂ। ਤੇ ਉਹਦੇ ਵਿੱਚੋਂ ਹੀ ਹੁਣ ਜੇ ਗੁਰੂ ਨਾਨਕ ਪਾਤਸ਼ਾਹ ਦਾ ਵੇਖੀਏ, ਦੁਨੀਆਂ ਤੇ ਅਰਦਾਸੀ ਉਹਨਾਂ ਨੇ ਕੀਤੀ ਹੈ, ਜਿੱਥੇ ਉਹ ਗਏ ਇਰਾਕ ਤੋਂ ਜਾਂ ਕੁਛ ਯੂਰਪੀਅਨ ਕੰਟਰੀਆਂ ਦੇ ਵੀ, ਸ਼੍ਰੀਲੰਕਾ ਤੋਂ, ਜਿੱਥੇ ਵੀ ਉਹ ਗਏ ਉੱਥੇ ਦੀ ਬੋਲੀ ਤਾਂ ਉਹਨਾਂ ਨੂੰ ਬੋਲਣੀ ਪਈ ਨਾ, ਜਾਂ ਰਾਗਾਂ 'ਚ ਜਿਹਨਾਂ 'ਚ ਬਾਣੀ ਆਈ, ਉਹ ਰਾਗ ਕਿੱਥੋਂ ਪੈਦਾ ਹੋਏ, ਉਹ ਰਾਗ ਕਿਹਨੇ ਬਣਾਏ, ਰਾਗ ਦੀ ਸੋਝੀ ਕਿਵੇਂ ਹੋਈ, ਇਹਦਾ ਮਤਲਬ ਕੋਈ ਨਾ ਕੋਈ ਸ਼ਕਤੀ ਸੀ ਜਿਹੜੀ ਨਾਲ ਗੁਰੂ ਸਾਹਿਬ ਦੇ ਨਾਲ ਅਭੇਦ ਹੋ ਕੇ ਉਹ ਕੰਮ ਕਰਦੀ ਸੀ। ਅੱਛਾ, ਠੀਕ, ਇਹ ਵੀ ਗੱਲ ਠੀਕ ਹੈ ਕਿ ਜਦ ਕਿਸੇ ਤੇ ਕਾਬੂ ਕਰਨਾ ਹੈ, ਉਹਦੇ ਧਰਮ ਨੂੰ, ਉਹਦੇ ਸੱਭਿਆਚਾਰ ਤੇ ਕਾਬੂ ਕਰਕੇ, ਉਹਦੇ 'ਚ ਮਿਲਾਵਟ ਹੋਣੀ ਹੋਣੀ। ਹੁਣ ਦੋ ਧਿਰਾਂ ਜਿਹੜੀਆਂ, ਇੱਕ ਕਹਿੰਦੇ ਵੀ ਅਸੀਂ ਤਾਂ ਮੰਨਣਾ ਹੀ ਇਸ ਤਰ੍ਹਾਂ, ਅਸੀਂ ਬਿਲਕੁਲ ਇਸ ਤਰ੍ਹਾਂ ਹੀ ਜਿਵੇਂ ਲਿਖਿਆ ਹੋਇਆ ਇਹੀ ਠੀਕ ਹੈ, ਅਸੀਂ ਇਹਦੇ 'ਤੇ ਕੋਈ ਉਂਗਲ ਨਹੀਂ ਕਰਦੇ। ਦੂਸਰੀ ਧਿਰ ਇਹ ਕਹਿੰਦੀ ਹੈ ਵੀ ਨਾ, ਇਹ ਗੱਲ ਗਲਤ ਹੈ, ਇਹਦੇ 'ਚ ਗੱਲ ਚੀਜ਼ ਹੋ ਹੀ ਨਹੀਂ ਸਕਦੀ, ਫਲਾਣੀ ਕਿਤਾਬ 'ਚ ਆਹ ਲਿਖਿਆ, ਫਲਾਣੀ ਕਿਤਾਬ 'ਚ ਆਹ ਲਿਖਿਆ। ਚੱਲ ਮੈਂ ਹੁਣ ਤੇ ਪ੍ਰਚਾਰਕਾਂ ਦੀ ਗੱਲ ਕਰਾਂ, ਮੈਂ ਤਰਕ ਤੇ ਵਿਵੇਕ ਦੀ ਉਹ ਗੱਲ ਕਰਨੀ ਚਾਹੁੰਦਾ ਅੱਜ। ਹੁਣ ਅੱਜ ਦਾ ਇਨਸਾਨ ਇਹ ਚੈਲੰਜ ਕਰਦਾ ਵੀ ਕਿਵੇਂ ਭਾਈ ਬਚਿੱਤਰ ਸਿੰਘ ਨੇ ਨਾਲੀ ਮਾਰ ਦਿੱਤੀ, ਬਈ ਕਿਵੇਂ ਹਾਥੀ ਸੁੱਟਤਾ ਬਾਬਾ ਦੀਪ ਸਿੰਘ। ਹੁਣ ਉਸ ਨੂੰ ਉਹ ਤਾਂ ਅੱਜ ਦੇ ਸਮੇਂ ਦੇ ਵਿੱਚ ਲਾ ਕੇ ਵੇਖ, ਜੇ ਅੱਜ ਤੋਂ ਹੀ 30 ਸਾਲ ਪਹਿਲਾਂ ਵੇਖ ਲਈਏ, 40 ਸਾਲ ਵੇਖ ਲਈਏ, ਸਾਡੇ ਪਿੰਡਾਂ ਦੇ ਵਿੱਚ ਕਿਹੋ ਜਿਹੇ ਇਨਸਾਨ ਹੋਏ ਨੇ, ਜਿਹਨਾਂ ਦੀਆਂ ਖੁਰਾਕਾਂ ਕਿਹੋ ਜਿਹੀਆਂ ਸੀ, ਉਹਨਾਂ ਦਾ ਰਹਿਣਾ ਸਹਿਣਾ ਕਿਹੋ ਜਿਹਾ ਸੀ, ਉਹ ਕਿਵੇਂ ਕੰਮ ਕਰਦੇ, ਉਹ 12-12, 14-14, ਜਾਂ ਉਹ 1-1 ਕਿੱਲਾ ਕਿਵੇਂ ਕਣਕ ਦਾ ਵੱਢ ਲੈਂਦੇ, ਹੁਣ 70 ਨਹੀਂ ਵੱਢ ਹੁੰਦੀ, ਉਹ ਕਿੰਨਾ ਕਿੰਨਾ ਵਜ਼ਨ ਚੱਕ ਲੈਂਦੇ, ਮਾਵਾਂ ਸਾਡੀਆਂ ਹੱਥੀਂ ਕਿਵੇਂ ਚੱਕੀਆਂ ਰੋਹ ਲੈਂਦੀਆਂ, ਤੇ ਸਾਰਾ ਦਿਨ ਉਹ ਕਿਵੇਂ ਕੰਮ ਕਰਦੀਆਂ, ਤੇ ਹੁਣ ਨਹੀਂ ਹੁੰਦਾ। ਮਤਲਬ ਸਮੇਂ ਦੇ ਨਾਲ ਬਦਲਾਅ ਆ ਗਿਆ। ਇਹ ਤਾਂ 25-30 ਸਾਲਾਂ ਦੀ ਉਹ ਗੱਲ ਹੈ, 40 ਸਾਲਾਂ ਦੀ, ਪੰਜਾਬ ਦੇ ਵਿੱਚ ਬਜ਼ੁਰਗ ਸਾਡੇ, ਉਹਨਾਂ ਦੀਆਂ ਖੁਰਾਕਾਂ, ਉਹਨਾਂ ਦਾ ਕੰਮ ਕਰਨ ਦਾ ਢੰਗ, ਤੇ ਉਦੋਂ ਪਹਿਲਾਂ ਗੁਰੂ ਸਾਹਿਬ ਵੇਲੇ ਜੇ ਅਸੀਂ ਗੁਰੂ ਦੀ ਨੂੰ, ਇੱਕ ਸ਼ਕਤੀ ਨੂੰ, ਉਦੋਂ ਉਹਦਾ ਨਾਂ ਰੱਬ ਦਾ ਧਿਆ ਕੇ, ਜਿਹੜਾ ਅਭੇਦ ਉਹ ਸਰਵਸ਼ਕਤੀਮਾਨ 'ਚ ਹੋ ਗਏ ਨੇ, ਜਿਹਨਾਂ ਨੇ ਬਾਣੀ ਤੇ ਸਰਬੱਤ ਦੇ ਭਲੇ ਲਈ ਸਾਰੇ ਕੰਮ ਕੀਤੇ ਆ, ਉਸ ਦੇ ਸਮੇਂ ਉਹਨਾਂ ਦੇ ਅੰਗ ਸੰਗ ਰਹਿੰਦੇ ਹੋਏ ਭਾਈ ਬਚਿੱਤਰ ਸਿੰਘ ਉਹਨਾਂ ਕੋਲ ਕਿਹੜੀ ਕਮੀ ਹੋ ਸਕਦੀ ਹੈ? ਜਦ ਗੁਰਦਾ ਗੁਰੂ ਦਾ, ਹੁਣ ਗੱਲ ਇਹ ਆ ਵੀ ਜੇ ਤੁਸੀਂ ਇਹ ਇਸ ਦੀ ਹੋਂਦ ਨੂੰ ਮੰਨਦੇ, ਹੁਣ ਲੋਕ ਇਸ ਜਗ੍ਹਾ 'ਚ ਜਿੱਥੇ ਤਰਕ ਤੇ ਵਿਵੇਕ 'ਚ ਫਸੇ ਨੇ, ਉਹ ਇਸ ਗੱਲ ਤੇ ਫਸੇ ਨੇ, ਜਿਹੜੇ ਤਾਂ ਕੁਛ ਰਲਾਵਟ ਹੋਈ ਹੈ ਉਹਨੂੰ ਬਿਲਕੁਲ ਇਹ ਮੰਨਣ ਨੂੰ ਤਿਆਰ ਨਹੀਂ, ਉਹ ਬਿਲਕੁਲ ਰਲਾਵਟ ਨੂੰ ਵਿੱਚੋਂ ਕੱਢਣ ਲਈ ਤਿਆਰ ਨਹੀਂ, ਦੂਜਾ ਜਿਹੜਾ ਉਹ ਬਿਲਕੁਲ ਇਹ ਮੰਨਣ ਨੂੰ ਤਿਆਰ ਨਹੀਂ, ਉਹ ਕਹਿੰਦਾ ਇਹ ਗੱਲ ਹੋ ਹੀ ਨਹੀਂ ਸਕਦੀ। ਇਹਦੇ ਵਿੱਚ ਗੱਲ ਖੜੀ ਹੈ, ਤਰਕ ਤੇ ਵਿਵੇਕ ਹੀ ਹੈ ਹਰ ਚੀਜ਼ ਦੀ ਵਿਆਖਿਆ, ਇੱਕ ਇਨਸਾਨ ਆਪਣੇ ਉੱਤੇ ਕਰ। ਇੱਕ ਦਰਖਤ ਖੜੇ ਨੂੰ ਵੇਖਦਾ, ਸਰ ਇੱਕ ਦਰਖਤ ਖੜਾ ਹੈ 60 ਫੁੱਟ ਤੇ ਬਸ ਦਰਖਤ ਹੈ, ਇੱਕ ਕਹਿੰਦਾ ਵੀ ਨਾ 60 ਫੁੱਟ ਦੇ ਵਿੱਚੋਂ 30 ਫੁੱਟ ਥੱਲੇ ਕੁਛ ਨਹੀਂ, ਫਿਰ ਉਹਦੀਆਂ ਟਾਹਣੀਆਂ ਨਿਕਲਦੀਆਂ ਨੇ, ਟਾਹਣੀਆਂ ਲੰਬੀਆਂ ਨੇ, ਛੋਟੀਆਂ ਨੇ, ਤੀਸਰਾ ਕਹਿੰਦਾ ਨਾ 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 ਇਸ ਤਰ੍ਹਾਂ ਨਹੀਂ ਹੈ, ਮੈਂ ਜੜ ਤੋਂ ਆਉਂਦਾ। ਹਰ ਇੱਕ ਇਨਸਾਨ ਦਾ ਵਕਤ ਦੇ ਹਿਸਾਬ ਨਾਲ ਹਰ ਇੱਕ ਚੀਜ਼ ਨੂੰ ਦ੍ਰਿਸ਼ਮਈ ਕਰਨ ਦਾ ਆਪਣਾ ਢੰਗ ਹੈ। ਇਹ ਕਿਸੇ ਮੁਸ਼ਕਲ ਦਾ ਕਾਰਨ ਨਹੀਂ ਹੋ ਸਕਦਾ, ਕੋਈ ਚੀਜ਼ ਕਿਵੇਂ ਮੰਨਦਾ ਉਹਨੂੰ ਉਸ ਤਰ੍ਹਾਂ, ਜਿਹੜੀ ਮੁਬਾਰਕ ਹੈ ਮੈਂ ਉਹਨੂੰ ਕਿਵੇਂ ਮੰਨਦਾ, ਉਹਨੂੰ
ਉਸ ਤਰ੍ਹਾਂ ਮੁਬਾਰਕ ਹੈ, ਪਰ ਲੜਾਈ ਦਾ ਕਾਰਨ ਨਹੀਂ ਹੋ ਸਕਦਾ। ਲੜਾਈ ਦਾ ਕਾਰਨ ਤਾਂ ਹੁੰਦਾ ਜਦ ਅਸੀਂ ਦੋਨੇ ਇੱਕ ਗੱਲ ਤੇ ਖੜੇ ਹਾਂ, ਅਸੀਂ ਨਹੀਂ ਮੰਨਦੇ, ਔਰ ਉਹਦੇ ਪਿੱਛੇ ਕੋਈ ਨਾ ਕੋਈ ਤਾਕਤ ਖੜੀ ਹੈ ਜਿਹੜੀ ਤੁਹਾਨੂੰ ਮੰਨਣ ਲਈ ਮਜਬੂਰ ਕਰੇ ਵੀ ਮੰਨਣਾ ਨਹੀਂ। ਮੈਂ ਧਰਮ ਵਾਲੇ ਪਾਸੇ ਨਹੀਂ ਇਹਦੇ ਤੇ ਜਾਣਾ ਬਈ ਧਰਮ ਦੇ ਸਮੇਂ ਅੱਜ ਕੀ ਹੋ ਰਿਹਾ, ਮੈਂ ਉਸ ਤੇ ਨਹੀਂ ਜਾਣਾ ਚਾਹੁੰਦਾ, ਕਿਉਂਕਿ ਗਰੁੱਪਿਜ਼ਮ ਨਹੀਂ ਆਪਾਂ ਕਰਨੀ, ਔਰ ਸਦਾ ਹੀ ਜਦ ਆਪਾਂ ਇਹਦੇ ਤੇ ਗੱਲ ਆਪਾਂ ਟਾਕ ਸ਼ੋਅ ਤੇ ਵੀ ਕਰਨੀ, ਆਪਾਂ ਇਸ ਨੂੰ ਛਟਾਉਣਾ ਨਹੀਂ ਹੈ। ਸ਼ਬਦ ਹੀ ਜਿਹੜੇ ਨੇ ਉਹ ਵਧੀਆ ਵਰਤਦੇ ਆਪਾਂ ਗੱਲ ਕਰਨੇ। ਗੱਲ ਇਹ ਹੈ ਕਿ ਪ੍ਰਾਚੀਨ ਸਮਿਆਂ ਤੋਂ ਲੈ ਕੇ ਹੁਣ ਤੱਕ ਦੇ ਸਮੇਂ 'ਚ ਹਰ ਇੱਕ ਜਿਵੇਂ ਇਨਸਾਨ ਹੁਣ ਵੀ ਕਿਸੇ ਬੰਦੇ ਕੋਲ ਕਿੰਨੀ ਜਾਨ ਹੈ, ਕਿਸੇ ਕੋਲ ਹੈ ਨਹੀਂ, ਕੋਈ 10 ਕਿਲੋਮੀਟਰ ਭੱਜਦਾ, ਕੋਈ 10 ਕਦਮ ਨਹੀਂ ਤੁਰ ਸਕਦਾ, ਕਿਸੇ ਕੋਲ ਕੋਈ ਸ਼ਕਤੀ ਹੈ, ਕਿਸੇ ਕੋਲ ਕੋਈ ਗੱਲ ਹੈ, ਕੋਈ ਕਿਸੇ ਕੋਲ ਕੋਈ ਗੁਣਾ, ਸਾਰੇ ਬੰਦੇ ਇਸ ਤਰ੍ਹਾਂ ਹੀ ਨਾ। ਇਸ ਤਰ੍ਹਾਂ ਹੀ ਉਸ ਸਮੇਂ ਦੇ ਵਿੱਚ ਜਦ ਗੁਰੂ ਦੇ ਸਮੇਂ ਕੁਛ ਇਹ ਚੀਜ਼ਾਂ ਵਰਤੀਆਂ, ਜਦ ਗੁਰੂ ਨੂੰ ਰੂਹਾਨੀਅਤ ਤੋਂ ਜਾਂ ਗੁਰੂ ਨੂੰ ਇਸ ਸਰੀਰ ਤੋਂ ਪਰਾਂ ਕਰਕੇ ਉਹਨਾਂ ਨੂੰ ਇੱਕ ਅਲੱਗ ਦੈਵੀ ਗੁਣਾਂ ਨਾਲ ਭਰਪੂਰ ਇੱਕ ਇਨਸਾਨ ਦੇ ਤੌਰ ਤੇ ਵੇਖੋਗੇ, ਹੈ ਤਾਂ ਇਨਸਾਨੀ ਜਾਮੇ ਦੇ ਵਿੱਚ, ਪਰ ਇਹ ਨਹੀਂ ਹੈ ਕਿਉਂਕਿ ਉਹਨਾਂ ਨੇ ਇਸ ਦੁਨੀਆਂ ਦੇ ਵਿੱਚ ਆਉਣਾ ਸੀ, ਤਾਂ ਉਹਨਾਂ ਨੇ ਫਿਰ ਆਉਣਾ ਤਾਂ ਕਿਉਂਕਿ ਇਨਸਾਨ ਬਦਲ ਇਨਸਾਨ ਦੇ ਰੂਪ 'ਚ ਰੂਹ ਨੇ ਆਉਣਾ ਸੀ ਨਾ। ਆਪਾਂ ਉਸਨੂੰ ਜਦ ਬੰਦੇ ਦੇ ਤੌਰ ਤੇ ਵੇਖਦੇ ਹਾਂ ਜਾਂ ਕੁਛ ਕਿਤਾਬਾਂ ਦੇ ਵਿੱਚੋਂ ਕਿਸੇ ਬਾਰੇ ਕੁਛ ਲਿਆ ਕੇ ਉਸ ਕਿਤਾਬ ਦਾ ਹੋਲ ਨਹੀਂ ਵੇਖਣਾ, ਉਹਦੇ 'ਚੋਂ ਕੀ ਗਲਤ ਲਿਖਿਆ ਉਹ ਪ੍ਰਗਟਾ ਕੇ ਜਦ ਅਸੀਂ ਗੜਬੜ ਕਰਨੀ ਆ, ਉਸ ਗੜਬੜ ਦੇ ਵਿੱਚੋਂ ਇਹ ਚੀਜ਼ਾਂ ਨਿਕਲਦੀਆਂ, ਉਹ ਪੂਰਾ ਉਸਨੂੰ ਜੇ ਵੇਖਾਂਗੇ ਫਿਰ ਤਰਕ ਤੇ ਵਿਵੇਕ ਜਿਹੜੀ ਹੈ ਹਰ ਇੱਕ ਚੀਜ਼ ਜਿਹੜੀ ਹੈ ਬਈ ਨਾ ਮੈਨੂੰ ਪ੍ਰੂਫ ਕਰਕੇ ਦਿਖਾਓ, ਪ੍ਰੂਫ ਕਰ ਨਹੀਂ ਸਕਦੇ ਅਸੀਂ ਮੰਨਦੇ ਨਹੀਂ। ਇਹ ਆਧੁਨਿਕਤਾ ਦਾ ਜਿਹੜਾ ਯੁੱਗ ਹੈ, ਇਹ ਆਧੁਨਿਕਤਾ ਦਾ ਯੁੱਗ ਜਿਹਨਾਂ ਯੂਰਪ ਤੋਂ ਅਸੀਂ ਲਿਆ ਉਹਨਾਂ ਦਾ ਕੋਈ ਹੋਰ ਮਨਸੂਬਾ ਸੀ, ਪਰ ਅਸੀਂ ਉਹਨਾਂ ਤੋਂ ਕੁਝ ਹੋਰ ਫੋਲੋ ਕਰ ਲਿਆ। ਬਹੁਤ ਚੀਜ਼ਾਂ ਨੇ ਜਿਹੜੇ ਹੁਣ ਦੇ ਲੇਖਕਾਂ ਨੇ ਲਿਖੀਆਂ ਜਿਹਨਾਂ ਨੂੰ ਆਧਾਰ ਬਣਾ ਕੇ ਸਾਡੇ ਆਪਸ ਵਿੱਚ ਪ੍ਰਚਾਰਕ ਲੜੀ ਜਾਂਦੇ ਨੇ, ਪਰ ਉਸ ਇੱਕ ਕਿਤਾਬ ਦੀ ਕੋਈ ਇੱਕ ਚੀਜ਼, ਕਿਸੇ ਲੇਖਕ ਦੀ ਇੱਕ ਚੀਜ਼, ਲੇਖਕ ਇੱਕ ਇਨਸਾਨ ਹੈ, ਉਸ ਨੂੰ ਗੁਰੂ ਨੂੰ ਵੇਖਣ ਦਾ ਇੱਕ ਨਜ਼ਰੀਆ ਹੋ ਸਕਦਾ, ਦੂਜੇ ਇਨਸਾਨ ਦਾ ਦੂਸਰਾ ਨਜ਼ਰੀਆ ਹੋ ਸਕਦਾ। ਬਹੁਤ ਨੇ ਜਿਹੜੇ ਸਾਸ ਗ੍ਰਾਸ ਹੀ ਵਿਸਰਦੇ ਆ, ਸਵੇਰੇ 3 ਵਜੇ 2 ਵਜੇ ਉੱਠ ਕੇ ਉਸ ਨੂੰ ਜਪਦੇ ਆ, ਕੋਈ ਆਪਣੇ ਵਰਗਾ ਜਿਹੜੇ 9 ਵਜੇ ਉੱਠਦੇ ਆ। ਇਸ ਨੂੰ ਆਪਾਂ ਸਮਝੀਏ ਕਿ ਤਰਕ ਹੈ ਜਿਹੜਾ ਉਹਦੀ ਵੀ ਇੱਕ ਸੀਮਾ, ਵਿਵੇਕ ਆ ਜਿਹੜਾ ਉਹਦੀ ਵੀ ਸੀਮਾ ਹੋ ਸਕਦੀ, ਰਲਗੱਡ ਨਾ ਇਸ ਨੂੰ ਕਰੀਏ। ਔਰ ਹਰ ਇੱਕ ਚੀਜ਼ ਤੇ ਜਦ ਤਰਕ ਹੁੰਦਾ ਉਹਦੇ ਵਿੱਚ ਵਿਵਾਦ ਉੱਠਦੇ, ਬਹੁਤ ਚੀਜ਼ਾਂ ਨੇ ਜਿਹੜੀਆਂ ਸਿੱਧ ਨਹੀਂ ਕੀਤੀਆਂ ਜਾ ਸਕਦੀਆਂ, ਜਿਵੇਂ ਬਹੁਤ ਚੀਜ਼ਾਂ ਨੇ ਜਦ ਜੇ ਨਿੱਜੀ ਬੰਦਾ ਕੋਈ ਕਹੇ ਮੈਨੂੰ ਤੂੰ ਸਿੱਧ ਕਰਕੇ ਦਿਖਾ, ਜੇ ਮੂਹਰੇ ਅਗਲਾ ਉਹਦੀ ਕੋਈ ਉਣਤਾਈ ਕਰਕੇ ਦੱਸੇ ਤਾਂ ਫਿਰ ਉੱਥੇ ਫਿਰ ਰੌਲਾ ਥੋੜਾ ਪੈ ਜਾਂਦਾ। ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੀ ਪਕੜ ਇਸ ਵਿਸ਼ੇ ਤੇ, ਔਖਾ ਤਾਂ ਹੈ ਇਹ, ਪਰ ਤੁਹਾਡੀ ਆਪਣੀ ਆਪਣੀ ਗੱਲ। ਸਰ ਹਰਜੀਤ ਸਿੰਘ ਜੀ, ਤੁਸੀਂ ਤੁਹਾਡੇ ਨਾਲ ਗੱਲ ਕਰਦਾ, ਫਿਰ ਵਪਾਰਕ ਸੰਦੇਸ਼ ਲੈਣਾ। ਲਾਈਨ ਨੰਬਰ 2, ਤਰਕ ਤੇ ਵਿਵੇਕ ਕੀ ਹੈ? ਸਰ ਹਰਜੀਤ ਸਿੰਘ, ਲਾਈਨ ਨੰਬਰ 2। ਹੈਲੋ, ਸਤਿ ਸ੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹਰਜੀਤ ਸਿੰਘ ਜੀ, ਅਸਲ ਚ ਨਾ ਤੁਸੀਂ ਜਿਹੜਾ ਵਿਸ਼ਲੇਸ਼ਣ ਕੀਤਾ ਬਹੁਤ ਵਧੀਆ ਕੀਤਾ, ਮੈਨੂੰ ਲੱਗਦਾ ਕਾਫੀ ਲੋਕਾਂ ਨੂੰ ਇਹਦੇ ਨਾਲ ਥੋੜਾ ਜਿਹਾ ਪਤਾ ਲੱਗਿਆ ਉਹ ਵੀ ਕਿੰਨਾ ਫਰਕ ਆ। ਦੇਖੋ, 40 ਸਾਲ ਪਹਿਲਾਂ ਵੀ ਤੁਸੀਂ ਮਤਲਬ ਜਿਹੜੀ ਉਦਾਹਰਣਾਂ ਦੇ ਕੇ ਦੱਸਿਆ, ਵੇਖੋ ਇਹਦੋਂ ਕਿੰਨਾ ਕੁ ਸਾਫ਼ ਹੋ ਜਾਂਦਾ ਵੀ ਦੇਖੋ ਲੋਕ ਉਹ ਕਿੰਨੇ ਕਿੰਨਾ ਅੱਧਾ ਅੱਧਾ ਕਿਲੋ ਘਿਓ ਡੀਕ ਲਾ ਕੇ ਪੀ ਜਾਂਦੇ ਸੀ। ਮੇਰੀ ਉਮਰ 30-35 ਸਾਲ ਆ, ਮੈਂ ਆਪ ਦੇਖਿਆ ਜੀ 1.5-1.5 ਕਿਲੋ ਜਲੇਬੀਆਂ 70 ਸਾਲ ਦਾ ਬੰਦਾ ਖੜਾ ਹੀ ਖਾ ਜਾਂਦਾ ਸੀਗਾ। ਉਸ ਤੋਂ ਬਾਅਦ ਤੁਸੀਂ ਆਪਾਂ ਦੇਖ ਲਓ ਵੀ ਹੁਣ ਅੱਜ 40 ਸਾਲ ਦੇ ਤਾਂ ਆਪਣੇ ਅੱਖਾਂ ਦੇ ਸਾਹਮਣੇ ਆ, ਹੁਣ ਕੋਈ 2 ਚਮਚੇ ਖਾ ਲੈਂਦਾ ਤੁਹਾਨੂੰ ਕੋਲੈਸਟ੍ਰੋਲ ਹੋ ਜਾਂਦਾ, ਜਲੇਬੀ ਇੱਕ ਨਹੀਂ ਖਾਣ ਦੀ। ਦੂਜੀ ਗੱਲ ਜੇ ਆਪਾਂ ਨਾ ਕਹੀਏ ਵੀ ਤਰਕ, ਇਹ ਤਰਕ ਦੇ ਹਿਸਾਬ ਨਾਲ ਮੈਂ ਕਹਿੰਦਾ ਆਪਾਂ ਦੇਖੀਏ ਤਾਂ ਜਿੰਨੇ ਦੁਨੀਆਂ ਦੇ ਧਰਮ ਨੇ ਸਾਰੇ ਝੂਠੇ ਹੋ ਜਾਣਗੇ, ਇੱਕ ਵੀ ਧਰਮ ਨੇ ਤਰਕ ਤੇ ਨਹੀਂ ਖੜਨਾ, ਕਿਉਂਕਿ ਉਹ ਸਮੇਂ ਦੀ ਗੱਲ ਆ, ਉਸ ਸਮੇਂ ਉਹ ਉਹੋ ਜਿਹਾ ਹੈ ਵੀ ਅੱਜ ਹੈ ਨਹੀਂ ਉਹ। ਦੂਜੀ ਗੱਲ ਆਪਾਂ ਨਾ ਇੱਕ ਹੋਰ ਗੱਲ ਕਰਦੇ ਹਾਂ, ਆਪਾਂ ਇੱਕ ਗੱਲ ਦੇਖੋ ਵੀ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਆ, ਦੇਖੋ ਜਵਾਕ ਆਪਣੇ ਵੀ ਆ 5-7 ਸਾਲ ਦੇ 7 ਸਾਲ ਦੇ, ਉਹ ਸਾਰਿਆਂ ਨੂੰ ਪਤਾ, ਸਾਰੇ ਮਤਲਬ ਮੁਸਲਮਾਨ ਵੀ ਦੱਸਦੇ ਆ, ਸਾਰੇ ਦੱਸਦੇ ਆ ਵੀ ਉਹ ਦੇਖੋ ਕਿਵੇਂ ਸ਼ਹੀਦੀ ਦਿੱਤੀ ਉਹਨਾਂ ਨੇ, ਕਿੱਡੀ ਵੱਡੀ ਕੁਰਬਾਨੀ ਸੀ ਉਹਨਾਂ ਨੇ, ਸ਼ਹੀਦ ਨਹੀਂ ਕੀਤੀ। ਅੱਜ ਦੇ ਆਪਣੇ 5-7 ਸਾਲ ਦੇ ਜਵਾਕ ਨੇ, ਉਹ ਇਕੱਲੇ ਵਾਸ਼ਰੂਮ ਨਹੀਂ ਜਾ ਸਕਦੇ, ਉਹਨੂੰ ਇਕੱਲੇ ਉਹ ਰੂਮ ਦੇ ਵਿੱਚ ਨਹੀਂ ਪੈਂਦੇ, ਮਾੜੀ ਮਾੜੀ ਗੱਲ ਤੇ ਉਹਨਾਂ ਨੂੰ ਮਤਲਬ ਨਾਲ ਜਾਣਾ ਪੈਂਦਾ। ਮਤਲਬ ਉਹ ਕੋਈ ਅਦੁੱਤੀ ਸ਼ਕਤੀ ਸੀ ਉਹਨਾਂ ਦੇ ਵਿੱਚ, ਉਹ ਹੈ ਸੀ ਤਾਂ ਹੀ ਉਹਨਾਂ ਨੇ ਐਂ ਕੀਤਾ, ਅੱਜ ਨੀ ਕੋਈ ਉਵੇਂ ਕਰ ਲੈਂਦਾ। ਮਤਲਬ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਇਹ ਜਿਹੜੇ ਤਰਕਵਾਦੀ ਹੈ ਨਾ, ਇਹ ਸਿਰਫ ਅੱਜ ਦੇ ਹਿਸਾਬ ਨਾਲ ਦੇਖਦੇ ਆ,
ਮਤਲਬ ਜੇ ਤਰਕ ਦੇ ਹਿਸਾਬ ਨਾਲ ਦੇਖੀਏ ਤਾਂ ਸਾਰੇ ਧਰਮ ਝੂਠੇ ਹੋ ਜਾਣ, ਇੱਕ ਵੀ ਧਰਮ ਤਰਕ ਦੇ ਆਧਾਰ ਤੇ ਖੜ ਨਹੀਂ ਸਕਦਾ। ਥੈਂਕ ਯੂ ਜੀ। ਬੈਫਟ ਦਾ ਹੀ ਇਹ ਸ਼ਬਦ ਆ ਜਿਹਨੂੰ ਆਪਾਂ ਮੁੱਢਲੇ ਵਿਗਿਆਨਕ ਨਜ਼ਰੀਆ ਕਹਿੰਦੇ ਨੇ, ਮੈਂ ਤਾਂ ਇਹਨੂੰ ਏਦਾਂ ਮੰਨਦਾ ਕਿਉਂਕਿ ਹਰ ਚੀਜ਼ ਨੂੰ ਵਿਗਿਆਨਕ ਨਜ਼ਰੀਏ ਨਾਲ ਦੇਖਣਾ। ਲਾਈਕ ਤੁਸੀਂ ਆਪਣਾ ਇੱਕ ਸੱਚ ਬਣਾ ਲਿਆ ਵੀ ਆਹ ਸੱਚ ਆ ਸਾਡਾ, ਜੇ ਇਸ ਸੱਚ ਦੇ ਅਕੋਰਡਿੰਗ ਤੁਹਾਡੀ ਚੀਜ਼ ਸਾਨੂੰ ਸਹੀ ਲੱਗਦੀ ਤਾਂ ਉਹ ਸਹੀ ਆ, ਨਹੀਂ ਤਾਂ ਉਹ ਗਲਤ ਆ। ਮਤਲਬ ਇਤਿਹਾਸ ਨੂੰ ਵੀ ਤੁਸੀਂ ਵਿਗਿਆਨਕ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦੇਣਾ। ਜਦਕਿ ਬੀਤੇ ਦੇ ਉੱਤੇ ਬਿਸ਼ਕ ਅੱਜ ਵਿਗਿਆਨ ਵੀ ਸਾਰੀ ਮਿੱਥਾਂ ਤੇ ਖੜੀ ਪਈ ਆ, ਜੋ ਬ੍ਰਹਿਮੰਡ ਬਾਰੇ ਮਿੱਥਾਂ ਕੀਤੀਆਂ ਉਹਨਾਂ ਨੇ, ਜੋ ਹੋ ਰਿਹਾ ਉਹ ਸਾਰੀਆਂ ਮਿੱਥਾਂ ਆ। ਪਰ ਆਪਾਂ ਕਿਉਂਕਿ ਆਪਾਂ ਇਹ ਅਸਲ ਚ ਤਰਕ ਕਰਨ ਵਾਲਿਆਂ ਦਾ ਨੀ ਕਸੂਰ ਹੁੰਦਾ, ਇਹ ਜੇ ਜਿਹੜਾ ਸਾਡੇ ਗਿਆਨ ਦੇ ਸੋਮੇ ਆ, ਜੇ ਅਸੀਂ ਜਿਹੜੀ ਐਜੂਕੇਸ਼ਨ ਆ ਸਾਡੀ, ਅੱਜ ਦੇ ਐਜੂਕੇਸ਼ਨ ਦੇ ਢਾਂਚੇ ਆ, ਉਹ ਸਾਰੇ ਹੀ ਮਾਡਰਨਿਟੀ ਦੇ ਵਿੱਚੋਂ ਨਿਕਲੇ ਆ। ਜਦੋਂ ਤੁਸੀਂ ਦੱਸਿਆ ਵੀ ਉਦੋਂ ਇਹਨਾਂ ਦੀ ਲੋੜ ਸੀਗੀ ਨੀ, ਕਿਉਂਕਿ ਮਨੁੱਖਾਂ ਦੇ ਵਿਸ਼ਵਾਸ ਬਦਲਨੇ ਸੀਗੇ, ਕਿਉਂਕਿ ਉਹਨਾਂ ਦੇ ਧਰਮ ਨੂੰ ਦੂਜੇ ਉਹਨਾਂ ਨੇ ਉਦੋਂ ਈਸਾਈ ਨੂੰ, ਈਸਾਈ ਮਤ ਨੂੰ ਵਰਤ ਲਿਆ ਤੇ ਆਪ ਉਹਨੀ ਮਟੀਰੀਅਲਿਸਟ ਆਪਣਾ ਇਹ ਇੱਦਾਂ ਮੰਨ ਲਓ ਹੈ। ਇਹ ਵੀ ਮਨੁੱਖ ਦਾ ਹਿੱਸਾ ਹੀ ਆ, ਸੋਚਦਾ ਇੱਦਾਂ ਨੀ ਹੈਗਾ ਵੀ ਮਨੁੱਖ ਦਾ, ਪਰ ਸੰਪੂਰਨ ਸੋਚ ਨੀ ਹੈਗੀ। ਜਿਹੜਾ ਵਿਵੇਕ, ਜਦੋਂ ਤੁਸੀਂ ਦੱਸਿਆ ਵਿਵੇਕ ਦਾ, ਆਪਾਂ ਹੁਣ ਵਿਵੇਕਦਾਨ ਅਰਦਾਸ ਮੰਗਦੇ ਵੀ ਹਾਂ, ਵਿਵੇਕ ਹੰਸ ਨੂੰ ਵੀ ਕਿਹਾ ਗਿਆ, ਤੁਸੀਂ ਅੱਗੇ ਆਪ ਵੀ ਦੱਸ ਦਿੰਦੇ ਵੀ ਉਹ ਪਾਣੀ ਜਿੱਦਾਂ ਦੁੱਧ ਦੇ ਵਿੱਚ ਜਦੋਂ ਚੁੰਝ ਮਾਰਦਾ ਤੇ ਉਹ ਦੁੱਧ ਦੇ ਵਿੱਚੋਂ ਪਾਣੀ ਨੂੰ ਅਲੱਗ ਕਰ ਦਿੰਦਾ, ਦੁੱਧ ਪੀ ਲੈਂਦਾ। ਕਹਿਣ ਤੋਂ ਭਾਵ ਹੈ ਵੀ ਜਿਹੜੀਆਂ ਤੁਹਾਨੂੰ ਕਿਸੇ ਤੇ ਸਵਾਲ ਖੜੇ ਕਰਨ ਦੀ ਬਜਾਏ ਕਿਸੇ ਸਿਸਟਮ ਜਾਂ ਢਾਂਚੇ, ਮੰਨ ਲਓ ਕਿਸੇ ਚੀਜ਼ ਤੇ, ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਅਡੋਪਟ ਕਰ ਲਓ, ਜਿਹੜੀ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਮਾੜੀਆਂ ਪਰੇ ਕਰ ਦਿਓ। ਦਿਓਲ ਸਾਹਿਬ ਲਾਈਨ ਨੰਬਰ 3। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਗੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਦਿਓਲ ਸਾਹਿਬ ਤੁਹਾਡੀ ਲਾਈਨ ਕੱਟੀ ਗਈ ਗਲਤੀ ਨਾਲ, ਮੈਨੂੰ ਲੱਗਦਾ ਪਲੀਜ਼ ਕਾਲ ਇਨ ਕਰਿਓ ਫੇਰ ਦੁਬਾਰਾ। ਹਾਂਜੀ ਸ਼ਾਮ ਮੋਹਨ ਸਿੰਘ ਜੀ ਲਾਈਨ ਨੰਬਰ 4। ਹਾਂਜੀ ਸਤਿ ਸ੍ਰੀ ਅਕਾਲ ਜੀ। ਗੱਲ ਸਾਹਿਬ ਦੇਖੋ, ਜੇ ਨਾ ਮੈਂ ਅੱਗੇ ਵੀ ਕਹਿੰਦਾ ਵੀ ਜੇ ਬੰਦਾ ਨਾ ਹੁਸ਼ਿਆਰ ਆ ਤਾਂ ਉਹਨੂੰ ਕੋਈ ਲੁੱਟ ਨਹੀਂ ਸਕਦਾ। ਲੁੱਟ ਵਿੱਚ ਬੰਦਾ ਉਹੀ ਆਉਂਦਾ ਜਿਹੜਾ ਭੋਲਾ ਹੁੰਦਾ, ਅਨਭੋਲ ਹੁੰਦਾ ਆ। ਜਿਹਨੇ ਗੁਰੂ ਦੀ ਮੱਤ ਲਈ ਹੋਊਗੀ ਉਹਨੇ ਕਿਸੇ ਦੇ ਪਿੱਛੇ ਨਹੀਂ ਲੱਗਣਾ। ਜਿਹੜਾ ਮੇਰੇ ਵਰਗਾ ਜਿਹਨੇ ਨਹੀਂ ਸੁਣਿਆ, ਨਹੀਂ ਦੇਖਿਆ, ਕੁਛ ਕੀਤਾ ਤੇ ਉਹ ਮਿਹਨਤ ਕੋਈ ਨਹੀਂ ਕੀਤੀ ਹੈਗੀ, ਉਹਨੇ ਫਸ ਜਾਣ ਉਹ ਜਾਲ ਦੇ ਵਿੱਚ। ਹੁਣ ਤੁਸੀਂ ਇਹ ਗੱਲ ਕੀਤੀ ਸੀ ਰਾਗਾਂ ਦੀ, ਮੈਂ ਤੁਹਾਨੂੰ ਗੱਲ ਦੱਸਾਂ ਰਾਗਾਂ ਦੀ ਮਾੜੀ ਜਿਹੀ। ਇਹਦੇ ਰਾਗ ਸੀ ਬਹੁਤ ਪੁਰਾਣਾ ਜ਼ਮਾਨਾ ਸੀਗਾ, ਜਦੋਂ ਲੋਕੀ ਪੁੱਠੇ ਸਿੱਧੇ ਕੰਮ ਵੀ ਕਰਦੇ, ਰਾਗ ਸੁਣਾ ਕੇ ਲੋਕਾਂ ਨੂੰ ਫਸਾਉਂਦੇ ਵੀ ਕੁੜੀਆਂ ਨੂੰ ਪੱਟ ਲੈਣਾ ਸੀ, ਜਿੱਦਾਂ ਅੱਜ ਕੱਲ੍ਹ ਦੇ ਗਾਣੇ ਆ। ਸਾਡੇ ਗੁਰੂ ਸਾਹਿਬਾਂ ਸਿਰਫ ਉਹੀ ਰਾਗ ਰੱਖੇ ਆ ਜਿਹਨਾਂ ਵਿੱਚ ਚਾਂਚਲਤਾ ਹੈ ਨੀ ਗੀ। ਬਾਰਾਂ ਦੇ ਨਾਲ ਸਲੋਕਿਆ ਕੋਈ ਐਸਾ ਰਾਗ ਬਾਰ ਨੀ ਹੋਣੀ ਜਿਹਦੇ ਵਿੱਚ ਤੀਜੇ ਪਾਤਸ਼ਾਹ ਨੇ ਦੱਸਿਆ ਨੀ ਕਿ ਰਾਗ ਕੀ ਹੁੰਦਾ, ਰਾਗ ਨਾਲ ਕਰਨਾ ਕੀ ਆ। ਉਹ ਕਹਿੰਦੇ ਜੇ ਤੁਸੀਂ ਰਾਗ ਗਾਉਣਾ ਤਾਂ ਗੁਰਬਾਣੀ ਗਾਓ, ਨਾ ਕਿ ਤੁਸੀਂ ਪੁੱਠੇ ਸਿੱਧੇ ਕੰਮ ਲੈਣਾ, ਰਾਗ ਗਾਵੋ। ਜੇ ਰਾਗ ਤਾਂ ਹੀ ਚੰਗਾ ਜੇ ਤੁਸੀਂ ਗੁਰਬਾਣੀ ਗਾਵੋਗੇ। ਹੁਣ ਜੇ ਕੋਈ ਬੰਦਾ ਕਹਿੰਦਾ ਰਾਗ ਤਾਂ ਇੱਥੇ ਲਿਖੇ ਆ ਤੇ ਮੈਂ ਤਾਂ ਰਾਗ ਗਾਉਣੇ ਆ, ਪਰ ਕੰਮ ਉਹ ਪੁੱਠੇ ਕਰਦਾ ਆ, ਉਹਦੇ ਵਾਸਤੇ ਉਹ ਸਹੀ ਨੀ ਹੈਗਾ। ਸੋ ਇਸ ਕਰਕੇ ਮੈਂ ਤਾਂ ਹਰ ਇੱਕ ਬੰਦੇ ਨੂੰ ਇਹੀ ਕਹਿੰਦਾ, ਤੁਸੀਂ ਆਪ ਹੁਸ਼ਿਆਰ ਹੋਵੋ, ਤੁਹਾਨੂੰ ਕੋਈ ਲੁੱਟ ਨਹੀਂ ਸਕਦਾ, ਤੁਹਾਨੂੰ ਕੋਈ ਝੂਠੇ ਨਹੀਂ ਕਰ ਸਕਦਾ। ਜੇ ਤੁਸੀਂ ਆਪ ਹੁਸ਼ਿਆਰ ਹੈ ਨਹੀਂ ਗੇ, ਕਿਸੇ ਦੀਆਂ ਗੱਲਾਂ ਸੁਣ ਲਈਆਂ ਉਹ ਗੱਲਾਂ ਨਾ ਸੱਚੀਆਂ ਹੋਈਆਂ ਤੇ ਸਾਨੂੰ ਝੂਠੇ ਪੈਣਾ ਪੈ ਸਕਦਾ ਆ। ਸੋ ਮੈਂ ਤਾਂ ਇਹੀ ਬੰਦੇ ਹਰ ਇੱਕ ਬੰਦੇ ਨੂੰ ਕਹੂੰਗਾ, ਆਪ ਹੁਸ਼ਿਆਰ ਹੋਵੋ, ਦੇਖੋ ਕੀ ਹੋ ਰਿਹਾ ਕੀ ਨਹੀਂ ਹੋਇਆ। ਹੁਣ ਕਈ ਬੰਦੇ ਆ ਉਹ ਇੱਕ ਦੀ ਸੈਂਚੀ ਲਿਆਉਂਦੀ ਉਹੀ ਪੜ੍ਹਨੀ ਨਹੀਂ। ਜੇ ਤੁਸੀਂ ਦੋ ਚੋਂ ਬੰਦਿਆਂ ਦੀਆਂ ਸੈਂਚੀਆਂ ਲਿਆ ਕੇ ਨਾ ਮਿਲਾ ਕੇ ਪੜੋਗੇ, ਫਿਰ ਤੁਹਾਨੂੰ ਪਤਾ ਲੱਗਣਾ ਵੀ ਸਹੀ ਕੀ ਆ ਤੇ ਗਲਤ ਕੀ ਆ। ਸਰਬੰਸ ਸਿੰਘ ਪਟਿਆਲੇ ਵਾਲਿਆਂ ਨੇ ਟੀਕਾ ਕੀਤਾ, ਉਹਦਾ ਅਲੱਗ ਫਰਕ ਹੈ। ਹੁਣ ਅੱਗੇ ਕਰ ਰਹੇ ਨੇ, ਜਿਹੜੀ ਮੇਰੀ ਸੋਚ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਦਰਖਤ ਮੈਨੂੰ ਇਸ ਤਰ੍ਹਾਂ ਦਿਖਦਾ, ਉਹ ਮੇਰੀ ਸੋਚ ਫਾਈਨਲ ਥੋੜਾ ਜਿਹੜੀ ਮੈਂ ਦੇਖ ਲਈ। ਪਰ ਗੁਰੂ ਨੂੰ ਇੱਕ ਇਨਸਾਨ ਦੇ ਰੂਪ ਚ ਉਹਦੀ ਦੈਵੀ ਸ਼ਕਤੀ ਤੋਂ, ਦੈਵੀ ਗੁਣਾਂ ਤੋਂ ਪਰਾਂ ਕਰਕੇ, ਸ਼ਕਤੀ ਵੀ ਨਾ ਮੈਂ ਕਹਾਂ, ਦੈਵੀ ਗੁਣਾਂ ਤੋਂ ਪਰਾਂ ਕਰਕੇ ਵੇਖਣਾ ਆਪਣੇ ਤੌਰ ਤੇ, ਉਹ ਵੀ ਬੜਾ ਘਾਤਕ ਹੈ। ਸਰਾਤਰ ਸਿੰਘ ਧਾਲੀਵਾਲ ਜੀ ਲਾਈਨ ਨੰਬਰ 5। ਹੈਲੋ ਜੀ, ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ ਠਾਕੁਰ ਸਿੰਘ ਜੀ। ਹਾਂਜੀ, ਉਹ ਚਲੋ ਨਾਂ ਦਾ ਕੋਈ ਨੀ। ਇਹ ਗਿੱਲ ਸਾਹਿਬ ਗੱਲ ਇਉਂ ਆ ਵੀ ਜਿਵੇਂ ਹੁਣ ਆਪਾਂ ਆਪਣੇ ਕੋਲੇ 5 ਹਜੇ ਨਿਸ਼ਾਨੀਆਂ
ਬਾਬਾ ਦੀਪ ਸਿੰਘ ਦਾ ਖੰਡਾ ਕਾਲ ਤਖ਼ਤ ਸਾਹਿਬ ਤੇ ਪਿਆ। ਅਸੀਂ ਆਪ ਉੱਥੇ ਦਰਸ਼ਨ ਕੀਤੇ, ਇੱਕ ਬੰਦਾ ਮੰਨੇ ਨਾ ਸਾਡੇ ਨਾਲ, ਕਹਿੰਦਾ ਵੀ 10 ਕਿਲੋ ਦਾ 20 ਕਿਲੋ ਦਾ ਕਸੇਰ ਦਾ ਅਸੀਂ ਨੇੜੇ ਹੋ ਕੇ ਉਹਨੂੰ ਪੁੱਛਿਆ, ਸੇਵਾਦਾਰ ਜਿਹੜੇ ਦਰਸ਼ਨ ਕਰਾਉਂਦੇ ਸੀ ਉਹ ਕਹਿੰਦੇ ਭਾਈ ਸਾਹਿਬ 18 ਸੇਰ ਤੋਂ ਵੀ ਉੱਤੇ ਆ, ਥੋੜਾ ਜਿਹਾ 18.5 ਸੇਰ ਦਾ ਹੋਊਗਾ, ਬਈ ਜੇ ਤੁਸੀਂ ਇਹਨੂੰ ਕਿਲੋ ਚ ਲਿਜਾਵੋ 1.25 ਕਿਲੋ ਬਣਦਾ ਇੱਕ ਸੇਰ ਦਾ। ਤੇ ਉਹ ਬੰਦਾ ਕਹਿੰਦਾ ਜੀ ਬਈ ਭਾਰਾ ਹੋਊਗਾ ਇੰਨਾ, ਉਹ ਕਹਿੰਦੇ ਚੰਗਾ ਹੱਥ ਸੁੱਚੇ ਕਰਕੇ ਆ, ਹੱਥ ਸੁੱਚੇ ਕਰਕੇ ਉਹਨਾਂ ਨੂੰ ਕੋਲੋਂ ਉਹਨਾਂ ਨੇ ਤਰ ਮਾਲਾ ਉਹਦੇ ਦੋਹਾਂ ਹੱਥਾਂ ਦੇ ਰੱਖਤਾ। ਮੈਂ ਕਿਹਾ ਬਈ ਕਿਉਂ ਬਈ? ਕਹਿੰਦਾ ਬਾਈ ਲੱਗਦਾ ਤਾਂ ਭਾਰਾ ਬਈ ਬਹੁਤ ਆ, ਮੈਨੂੰ ਤਾਂ 20 ਸੇਰ ਦੇ ਨੇੜੇ ਲੱਗਦਾ। ਉਹ ਚੀਜ਼ਾਂ ਆਪਣੇ ਕੋਲ ਪਈਆਂ, ਇਹ ਸਾਰੇ ਜੀ ਮੈਂ ਤਾਂ ਕਹਿੰਦਾ ਰਾਮ ਘਚੋਲਾ ਪਾਉਂਦੇ ਆ ਜਿਹੜੇ ਕਹਿੰਦੇ ਜੀ ਹਾਥੀ ਨਾਲ ਕਿਵੇਂ ਲੜ ਪਊਗਾ, ਹਾਥੀ ਨਾਲ ਲੜ ਸਕਦਾ ਬੰਦਾ ਜਿਹਦੇ ਚ ਤਾਕਤ ਆ? ਹੁਣ ਮੈਂ ਤੁਹਾਨੂੰ ਬਾਹਲੀ ਪੁਰਾਣੀ ਨੀ ਗੱਲ ਦੱਸਦਾ, 75-80 ਦੱਸਦਾ ਬਈ, ਖੰਡ ਵਾਲੀ ਬੋਰੀ ਕਣਕ ਦੀ ਭਰ ਕੇ ਮੂੰਹ ਸਿਆਉਣਾ, ਇੱਕ ਕੁਇੰਟਲ ਤੇ 5 ਕਿਲੋ ਕਣਕ ਉਹਦੇ ਚ ਪੈਂਦੀ ਆ, ਉਹ ਕਹਿੰਦਾ ਜੱਫਾ ਭਰ ਕੇ ਗੱਡੇ ਤੋਂ ਚੱਕ ਕੇ ਤੁਰ ਕੇ ਜਾਣਾ 10 ਕਰਮਾਂ ਤੂੜੀ ਦੇ ਵਿੱਚ ਵੀ ਜਾਣਾ ਤਾਂ ਸਿੱਟਣੀ ਆ। ਹੁਣ ਵਾਲੇ ਨੇ ਮੰਨਣਾ ਹੀ ਨੀ, ਹੁਣ ਪਾਣੀ ਹੁਣ ਦੁੱਧ ਵਾਲੀ ਕਿੰਨੀ ਔਖੀ ਲੱਗਦੀ ਆ ਜੀ ਚੱਕਣੀ, ਇਹ ਗੱਲਾਂ ਸਾਰੀਆਂ ਠੀਕ ਆ, ਇਹ ਹੁਣ ਦੁੱਧ ਵਾਲੀ ਕਿੰਨੀ ਮੈਨੂੰ ਔਖੀ ਲੱਗਦੀ ਆ ਚੱਕਣੀ। ਮੈਂ 60-65 ਚ 2.5-2.5 ਸੇਰ ਪ੍ਰਸ਼ਾਦ ਆਪ ਬੰਦੇ ਛਕਦੇ ਦੇਖਿਆ, ਜਦੋਂ 2.5 ਸੇਰ ਪ੍ਰਸ਼ਾਦ ਰੋਟੀ ਦਾਲ ਅੱਡ ਖਾਣੀ ਵਿਹਲੇ ਟਾਈਮ, ਤੁਹਾਨੂੰ ਸੁਣਾਉ ਕਿਤੇ ਗੱਲ, ਉਹਨਾਂ ਬੰਦਿਆਂ ਨੇ ਕੰਮ ਵੀ ਕਰਨਾ। ਹੁਣ ਜੇ ਆਪਾਂ ਕਹੇ 24 ਘੰਟੇ ਕੋਈ ਥਰੈਸਰ ਤੇ ਰੁੱਗ ਲਾ ਦੂਗਾ, ਨਹੀਂ ਲੈ ਸਕਦਾ ਅੱਜ ਵਾਲਾ ਮੁੰਡਾ। ਉਦੋਂ ਲੋਕਾਂ ਰਾਤਾਂ ਵੀ ਲਾਈਆਂ ਤੇ ਦਿਨ ਵੀ ਲਾਇਆ, ਸਾਰੀ ਪਾਣੀ ਧਾਣੀ ਪੀਣਾ ਫੇਰ ਖੜ ਜਾਣਾ ਉੱਥੇ। ਇਹੋ ਜਿਹੇ ਕੰਮ ਆਪਾਂ ਤਾਂ, ਇਹ ਤਾਂ ਥੋੜਾ ਚਿਰ ਹੋਇਆ, ਚੱਲ ਉਹ ਤਾਂ ਇਦੋਂ ਵੀ ਪੁਰਾਣੀਆਂ ਗੱਲਾਂ ਬਹੁਤ ਜ਼ਿਆਦਾ, ਹੁਣ ਵੀ ਤੇ ਸਾਰੀ ਸਾਰੀ ਦਿਹਾੜੀ ਕੰਮ ਕਰਨਾ, ਕਿੰਨੀਆਂ ਲੱਸੀਆਂ ਪੀ ਜਾਣੀਆਂ ਲੋਕਾਂ ਨੇ, ਤੇ ਸ਼ਸਤਰ ਆਪਣੇ ਕੋਲੇ ਪਿਆ, ਇਹਨਾਂ ਦੀ ਗੱਲ ਨਾ ਸੁਣੋ, ਤੁਸੀਂ ਆਪਦਾ ਯਕੀਨ ਰੱਖੋ ਗੁਰੂ ਸਾਹਿਬ ਤੇ। ਸਾਰੀ ਪਾਵਰ ਵੀ ਸੀਗੀ ਉਹਨਾਂ ਕੋਲੇ, ਅਕਾਲ ਪੁਰਖ ਦੀ ਵੀ ਕਿਰਪਾ ਸੀਗੀ ਤੇ ਜਿਸਮਾਨੀ ਤਾਕਤ ਗੱਲ ਸਾਹਿਬ ਉਹ ਤਾਂ ਬਹੁਤ ਸੀਗੀ, ਗਲਤ ਪਾਸੇ ਨਹੀਂ ਕੋਈ ਜਾਂਦਾ ਬੰਦਾ, ਉਹ ਕਹਿੰਦਾ ਜ਼ੋਰ ਤੰਮਾਂ ਤੇ ਲਾਉਂਦੇ ਸੀਗੇ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਗੱਲ ਤਰਕ ਤੇ ਵਿਵੇਕ ਦੀ ਗੱਲ ਚੱਲ ਰਹੀ ਹੈ। ਸ਼ਾਹ ਮਹਿੰਦਰ ਸਿੰਘ ਜੀ ਲਾਈਨ ਨੰਬਰ 2, ਤੁਸੀਂ ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਕੀ ਫਤਿਹ ਸਰਦਾਰ ਸਾਹਿਬ। ਹਾਂਜੀ, ਗੱਲ ਇਹ ਬੜੀ ਗਹਿਰੀ ਹੈ, ਇਹ ਕਦੇ ਮੁੱਕਣੀ ਨਹੀਂ ਤੇ ਨਾ ਮੁੱਕੀ ਹੈ। ਦੇਖੋ, ਜੇ ਅਸੀਂ ਮਿਸਟਿਸਿਜ਼ਮ ਨੂੰ ਪੜ੍ਹੀਏ, ਸਾਰੇ ਦਾ ਸਾਰਾ ਰਹੱਸਵਾਦ, ਇਸੇ ਤਰ੍ਹਾਂ ਜਿਹੜਾ ਅਕਲਟਿਜ਼ਮ ਹੈ ਉਹ ਸਾਰੇ ਦਾ ਸਾਰਾ ਪੜ੍ਹ ਲਓ, ਤਾਂ ਉਹਦੇ ਵਿੱਚ ਬਿਲਕੁਲ ਗੱਲ ਇਹ ਸਪਸ਼ਟ ਹੋ ਜਾਂਦੀ ਹੈ ਕਿ ਤਰਕ ਜਿਹੜਾ ਲੌਜਿਕ ਦਾ ਇੱਕ ਹਿੱਸਾ ਹੈ ਤੇ ਵਿਵੇਕ ਲੌਜਿਕ ਦਾ ਦੂਸਰਾ ਹਿੱਸਾ ਹੈ। ਗੁਰਬਾਣੀ ਵਿੱਚ ਹਮੇਸ਼ਾ ਹੀ ਮੰਗਿਆ ਦੀਜੇ ਬੁੱਧ ਵਿਵੇਕਾ। ਹੁਣ ਇਸ ਗੱਲ ਨੂੰ ਜੇ ਅਸੀਂ ਗਹਿਰਾਈ ਨਾਲ, ਜਿੰਨਾ ਕੁਝ ਸਾਰੇ ਧਰਮਾਂ ਨੂੰ ਪੜ੍ਹ ਲਓ, ਦੁਨੀਆਂ ਦੇ 8 ਪ੍ਰਮੁੱਖ ਧਰਮ ਆ ਉਹ ਪੜ੍ਹ ਲਓ, ਕੁਛ ਧਰਮ ਇਹੋ ਜਿਹੜੇ ਅਲੋਪ ਹੋ ਗਏ ਉਹ ਸਾਰੇ ਪੜ੍ਹ ਲਓ, ਉਹਨਾਂ ਦੇ ਵਿੱਚੋਂ ਸਾਨੂੰ ਇੱਕੋ ਗੱਲ ਸਾਹਮਣੇ ਆਉਂਦੀ ਹੈ ਕਿ ਤਰਕ ਹੈ ਜਿਹੜੀ ਉਹ ਤੁਹਾਡਾ ਆਪਣਾ ਜਿਹੜਾ ਮਤਵ ਹੈ ਜਾਂ ਆਪਣਾ ਮਤ, ਆਪਣਾ ਵਿਊ ਪੁਆਇੰਟ ਹੈ, ਉਹਨੂੰ ਸਿੱਧ ਕਰਨ ਵਾਸਤੇ ਦਲੀਲਾਂ ਉਹ ਸਾਹਮਣੇ ਤੋਂ ਜੋ ਕੋਈ ਤੁਹਾਡੇ ਕੋਲੇ ਦੇ ਸਕਦਾ ਉੱਥੋਂ ਤੱਕ ਹੀ ਆਉਂਦੀਆਂ। ਪਰ ਜਿਹੜਾ ਵਿਵੇਕ ਹੈ ਲੌਜਿਕ ਦਾ ਦੂਸਰਾ ਹਿੱਸਾ, ਉਹ ਉਸ ਦੇ ਤਹਿ ਤੱਕ ਜਾਂਦਾ, ਉਹਦੇ ਸੱਚ ਲੱਭਣ ਨੂੰ ਜਾਂਦਾ। ਇਸੇ ਕਰਕੇ ਹੀ ਹਰ ਧਰਮ ਹੈ ਜਿਹੜਾ ਉਹ ਬੁੱਧ ਵਿਵੇਕ ਮੰਗਦਾ। ਹੁਣ ਤੁਸੀਂ ਕੁਛ ਉਦਾਹਰਨਾਂ ਸੱਜਣਾ ਨੇ ਦਿੱਤੀਆਂ ਹਥਿਆਰਾਂ ਦੀਆਂ, ਕੁਛ ਉਦਾਹਰਨਾਂ ਬੰਦਿਆਂ ਦੇ ਕੱਦ ਘੱਟ ਦੀਆਂ ਤੇ ਉਹਨਾਂ ਦੇ ਖਾਣ ਪੀਣ ਦੀਆਂ ਦਿੱਤੀਆਂ, ਬਿਲਕੁਲ ਸਹੀ ਹੈ। ਮੈਂ ਆਪਣੇ ਬਜ਼ੁਰਗਾਂ ਦੇ, ਆਪਣੇ ਗੁਆਂਢ ਦੇ ਬਜ਼ੁਰਗਾਂ ਦੇ ਖਾਣ ਪੀਣ ਦਾ ਤੇ ਸਾਰਾ ਕੁਛ ਵੇਖਿਆ, ਵਜ਼ਨ ਕਿੰਨਾ ਚੱਕ ਸਕਦੇ ਸੀ ਉਹ ਵੇਖਿਆ। ਅੱਜ ਉਹ ਕਹੀਏ ਤੇ ਤਰਕਸ਼ੀਲ ਬਿਲਕੁਲ ਨਹੀਂ ਮੰਨਦੇ। ਦੂਸਰੀ ਗੱਲ ਜਿਹੜੀ ਬਹੁਤ ਵੱਡੀ ਹੈ, ਜਿਹੜੀ ਮੈਨੂੰ ਲੱਗਦਾ ਵੀ ਇਹ ਪੜ੍ਹਦੇ ਨਹੀਂ, ਇਸ ਜਿਹੜੇ ਅਖੌਤੀ ਤਰਕਸ਼ੀਲ ਹੈ ਨਾ, ਉਹ ਸਿਰਫ ਧਰਮ ਦਾ ਵਿਰੋਧ ਕਰਨ ਤੇ ਤੁਲੇ ਹੋਏ ਅੱਜ ਦੁਨੀਆਂ ਦੇ। ਤੁਸੀਂ ਸਾਰੀ ਗ੍ਰੀਕ ਫਿਲਾਸਫੀ ਪੜ੍ਹੋ, ਇੱਕ ਇੰਗਲਿਸ਼ ਫਿਲਾਸਫਰ ਹੈ, ਮੈਂ ਨਾਂ ਤਾਂ ਸ਼ਾਇਦ ਭੁੱਲ ਗਿਆ, ਉਹਨੇ ਲਿਖਿਆ ਫਿਲਾਸਫੀ ਇਜ਼ ਦੀ ਮਦਰ ਆਫ ਆਲ ਸਾਇੰਸਿਸ। ਅੱਜ ਤੱਕ ਤਰਕਸ਼ੀਲ ਇਸ ਗੱਲ ਨੂੰ ਰਿਫਿਊਟ ਨਹੀਂ ਕਰ ਸਕੇ ਤੇ ਨਾ ਕਰ ਸਕਣਗੇ, ਕਿਉਂਕਿ ਕਿਉਂਕਿ ਮੈਂ ਇਹਨਾਂ ਨਾਲ ਕਈ ਵਾਰ ਬਹੁਤ ਵਾਰ ਗੱਲ ਹੋਈ ਹੈ ਮੇਰੀ ਉੱਥੇ ਫਰੀਦਕੋਟ ਵੀ। ਹੋਲਡ ਕਰਿਓ, ਹੋਲਡ ਕਰਿਓ। ਹਾਂਜੀ 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 ਸਰ ਜੀ, ਅੱਗੇ ਚੱਲੋ। ਹਾਂਜੀ, ਉਹ ਗੱਲ ਇਹ ਚੱਲਦੀ ਜੀ, ਉਹਨਾਂ ਨਾਲ ਬਹੁਤ ਵਾਰੀ ਗੱਲ ਚੱਲੀ, ਬੜੀ ਵਾਰ ਬਹਿਸ ਕਰਦੇ ਆ ਜੀ, ਸਾਡੇ ਪ੍ਰਾਈਜ਼ ਹੈ ਜੀ, ਸਾਡਾ ਆਹਾ ਜੀ, ਤੇ ਅਖੀਰ ਮੈਂ ਉਹਨਾਂ ਨੂੰ ਇੱਕ ਵਾਰ, ਅੱਜ ਜਿਉਂਦੇ ਆ ਬੰਦੇ ਉਹ ਬੈਠੇ ਤਰਕਸ਼ੀਲ, ਇੱਕ ਤਾਂ ਕੋਈ ਤਕੜੇ ਅਹੁਦੇ ਤੇ ਵੀ ਬਣਿਆ ਬੈਠਾ, ਮੈਂ ਕਿਹਾ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਵਿਗਿਆਨ ਦੀ ਪਰਿਭਾਸ਼ਾ ਦੇ ਦਿਓ ਕੀ ਹੈ।
ਉਹ ਆਪਦੀਆਂ ਸਾਰੀਆਂ ਪਰਿਭਾਸ਼ਾ ਦੇਈ ਗਏ ਤੇ ਮੈਂ ਉਹਦੇ ਚੋਂ ਇੱਕੋ ਗੱਲ ਨੂੰ ਕਹਿਤੀ, ਮੈਂ ਕਿਹਾ ਵੀ ਵਿਗਿਆਨ ਤੁਹਾਡੇ ਗਿਆਨ ਦੀ ਸਾਹਮਣੇ ਵਿਆਖਿਆ ਕਰਦਾ, ਉਹ ਪ੍ਰੈਕਟੀਕਲ ਕਰਕੇ ਦਿਖਾਉਂਦਾ, ਇਹ ਵਿਗਿਆਨ ਹੈ। ਵਿਗਿਆਨ ਜਿੱਥੇ ਫੇਲ ਹੋ ਜਾਂਦਾ ਹੈ ਉੱਥੇ ਫਿਰ ਤੁਸੀਂ ਫਿਲੋਸਫੀ ਦਾ ਸਹਾਇਤਾ ਲੈਂਦੇ ਹੋ, ਫਿਲੋਸਫੀ ਦੀ ਮਦਦ ਲੈਂਦੇ ਹੋ ਕਿ ਫਿਲੋਸਫੀ ਦੀ ਮਦਰ ਆਫ ਆਲ ਸਾਇੰਸਿਸ, ਤੇ ਜਿੱਥੇ ਤੁਹਾਡੀ ਫਿਲੋਸਫੀ ਵੀ ਫੇਲ ਹੋ ਗਈ। ਮੈਂ ਉਹਨਾਂ ਨੂੰ, ਕਿਉਂਕਿ ਮੈਂ ਸਾਇੰਸ ਸਟੂਡੈਂਟ ਹਾਂ, ਮੈਂ ਕੈਲਕੂਲੇ ਦੀ ਬੈਨਜ਼ੀਨ ਰਿੰਗ ਦੀ ਉਦਾਹਰਨ ਉਹਨਾਂ ਦੇ ਸਾਹਮਣੇ ਰੱਖਤੀ, ਵਰਤੀ ਤਾਂ ਮੈਂ ਵੀ ਉੱਥੇ ਤਰਕ, ਪਰ ਮੇਰੀ ਤਰਕ ਜਿਹੜਾ ਲੌਜਿਕ ਦਾ ਦੂਜਾ ਹਿੱਸਾ ਸੀ। ਮੈਂ ਕਿਹਾ ਵੀ ਉਸ ਬੰਦੇ ਨੂੰ C6H6 ਫਾਰਮੂਲਾ ਉਹ ਕਹਿੰਦਾ ਕਿਵੇਂ ਬਣ ਗਿਆ, ਤੇ ਉਹ ਆਪਦੇ ਉਸ ਲਗਨ ਦੇ ਵਿੱਚ ਲੱਗਾ, ਦੈਟ ਇਜ਼ ਇੰਟਿਊਸ਼ਨ, ਤੇ ਉਹਨੂੰ ਸੁਪਨੇ ਚ ਸੱਪ ਪੂਛ ਭੜੀ ਦਿਸ ਗਿਆ ਤੇ ਉਹਨੇ ਬਣਾ ਕੇ ਰਿੰਗ ਰੱਖਤੀ। ਉਦੋਂ ਅੱਗੇ ਮੈਂ ਕਿਹਾ ਵੀ ਇਸ ਤੱਕ ਤੁਹਾਡੀ ਤਰਕ ਫੇਲ ਹੋ ਗਈ, ਇੱਥੇ ਆ ਕੇ ਤੁਹਾਡੀ ਤਰਕ ਫੇਲ ਹੋ ਗਈ, ਉਹਨੇ ਇੰਟਿਊਸ਼ਨ ਨਾਲ ਜਿੱਤ ਲਿਆ। ਪਰ ਮੈਂ ਜਿਹੜਾ ਵਿਵੇਕ ਹੈ ਉਹ ਫੇਥ ਹੈ, ਉਸ ਫੇਥ ਨਾਲ ਦੁਨੀਆਂ ਦੇ ਸਾਰੀਆਂ ਜਿਹੜੀਆਂ ਦੁਨੀਆਂ ਦੀਆਂ ਵੱਡੀਆਂ ਤੋਂ ਵੱਡੀਆਂ ਅਸਾਮੀਆਂ ਜੰਗਾਂ ਉਹ ਫੇਥ ਨਾਲ ਤੇ ਵਿਵੇਕ ਨਾਲ ਜਿੱਤੀਆਂ ਗਈਆਂ, ਕਿਉਂਕਿ ਜੇ ਵਿਵੇਕ ਸੀ ਤੇ ਉਹਨਾਂ ਦੇ ਵਿੱਚ ਫੇਥ ਸੀ। ਇਹ ਗੱਲਾਂ ਜਿਹੜੀਆਂ ਹੁਣ ਜੇ ਮਾਡਰਨ ਅੱਜ ਦੇ ਕੁਛ ਸਾਲ ਪਹਿਲਾਂ ਹੋਏ ਅਸੀਂ ਬੰਦਿਆਂ ਤੇ ਲੈ ਲਈਏ, ਇੱਕ ਮੇਰੀ ਪੁਰਾਣੀ ਕਹਾਣੀ ਮੈਂ ਪੜ੍ਹੀ ਕਿਤੇ ਰੁਸਤਮ ਤੇ ਸੌਰਾਬ ਦੀ, ਰੁਸਤਮ ਜਦੋਂ ਵੀ ਗੱਲ ਕਰਦਾ ਸੀ ਉਹ ਇੱਕੋ ਆਪਦੀ ਭਾਸ਼ਾ ਵਿੱਚ ਇਹ ਕਹਿੰਦਾ ਸੀ, ਅੱਲਾ ਮੁਰੇ ਫਤਿਹ ਦੇ, ਅੱਲਾ ਮੁਰੇ ਫਤਿਹ ਦੇ, ਉਹ ਆਪਦੀ ਭਾਸ਼ਾ ਦੇ ਵਿੱਚ ਹੀ ਇਹ ਕਹਿੰਦਾ ਸੀ। ਤੇ ਅਖੀਰ ਤੇ ਇਹ ਹੋਇਆ, ਉਹਦੇ ਪੁੱਤ ਨੇ ਸੌਰਾਬ ਨੇ ਪਛਾਣਿਆ ਵੀ ਮੂਹਰੇ ਜਦੋਂ ਲੜਦਾ ਲੜਦਾ ਇਹ ਬੋਲੀ ਬੋਲਣ ਲੱਗਾ ਤੇ ਸੌਰਾਬ ਪਿੱਛੇ ਆ ਗਿਆ, ਉਹਨੇ ਮਾਰੀ ਬਰਛੀ ਤੇ ਆਪਦਾ ਪੁੱਤ ਮਾਰਤਾ, ਜਦੋਂ ਉਹਨੂੰ ਪਤਾ ਲੱਗਾ ਤਵੀਤ ਵੇਖਿਆ। ਮਤਲਬ ਉਹ ਇਸ ਤੋਂ ਅੱਗੇ ਜੇ ਅੱਜ ਅਸੀਂ ਲਈਏ ਸਾਰੀ ਗੱਲ, ਮਾਡਰਨ ਕੇਸ਼ੀਅਸ ਕਲੇ ਜਿਹੜਾ 1956 ਦਾ ਓਲੰਪਿਕ ਚੈਂਪੀਅਨ ਹੈ, ਮੁਹੰਮਦ ਅਲੀ ਬਣਿਆ ਵਰਲਡ ਦਾ ਸਾਰਾ ਤਕੜਾ ਬਾਕਸਰ, ਉਹ ਦੂਜੇ ਦੇ ਸਾਹਮਣੇ ਅਗਰੈਸਿਵ ਲੈਂਗੁਏਜ ਵਰਤਦਾ ਸੀਗਾ, ਆਈ ਐਮ ਵਿਨਰ। ਉਹ ਜੇ ਉਸ ਨੂੰ ਅਸੀਂ ਤੁਸੀਂ ਕੀ ਕਹੋਗੇ, ਉਹਨੂੰ ਤੁਸੀਂ ਤਰਕ ਦੇ ਆਧਾਰ ਤੇ ਪਰਖ ਹੀ ਨਹੀਂ ਸਕਦੇ ਉਹਦੀ ਜਿਹੜੀ ਮੈਂਟਲ ਪਾਵਰ ਹੈ। ਬਾਬਾ ਦੀਪ ਸਿੰਘ 80 ਸਾਲ ਦਾ, 81 ਸਾਲ ਦਾ ਵੀ ਕਹਿੰਦੇ ਆ, ਉਹ ਬਾਬਾ ਦੀਪ ਸਿੰਘ 18 ਸੇਰ ਦਾ ਖੰਡਾ ਵਾਹ ਸਕਦੇ ਆ। ਤੇ ਉਹ ਇਹ ਦੂਸਰਾ ਇਹ ਭਰੋਸਾ ਹੈ, ਤੇ ਭਰੋਸਾ ਜਿਹੜਾ ਉਹ ਹਮੇਸ਼ਾ ਵਿਵੇਕ ਚੋਂ ਨਿਕਲਦਾ। ਬਾਕੀ ਜਿਹੜੀ ਰਹੀ ਗੱਲ ਵੀ ਕੀ ਇਹਨਾਂ ਦਾ ਤਰਕ ਤੇ ਵਿਵੇਕ ਦਾ ਜਿਹੜਾ ਹੈਗਾ ਨਤਾਰਾ ਹੋ ਜਾਊਗਾ, ਇਹ ਨਤਾਰਾ ਤਾਂ ਹੋਣਾ ਨੀ ਜੀ, ਕਿਉਂਕਿ ਵਿਵੇਕ ਨੇ ਜਿਹੜਾ ਲੌਜਿਕ ਦਾ ਇਧਰਲਾ ਪੱਖ ਹੈ, ਵਿਵੇਕ ਵਾਲਾ ਜਿਹੜਾ ਸੱਚ ਤੇ ਜਾਣ ਤੱਕ ਜਾਂਦਾ, ਉਹਨੇ ਉਸ ਦੀ ਸੱਚ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ, ਤੇ ਉਹਦੇ ਵਿੱਚ ਇੰਟਿਊਸ਼ਨ ਵੀ ਆਉਣੀ ਹੈ, ਉਹਦੇ ਵਿੱਚ ਫੇਥ ਵੀ ਆਉਣੀ ਹੈ। ਪਰ ਤਰਕ ਹੈ ਜਿਹੜੀ, ਉਹ ਤਾਂ ਸਿਰਫ ਵਕੀਲਾਂ ਦੀਆਂ ਸਾਈਟੇਸ਼ਨਸ ਤੇ ਦੂਸਰਾ ਇਹੀ ਹੈ ਸਾਰੀਆਂ। ਇਸ ਕਰਕੇ ਇਹਦਾ ਨਿਬੇੜਾ ਹੋਣਾ ਮੁਸ਼ਕਲ ਹੈ। ਚੰਗੀ ਗੱਲ ਇਹੀ ਹੈ ਵੀ ਜਿਹੜੇ ਵਿਵੇਕਸ਼ੀਲ ਬੰਦੇ ਹੈ ਉਹ ਆਪਣੀ ਜਿਹੜੀ ਸਹਿਣਸ਼ੀਲਤਾ ਨੂੰ ਕਾਇਮ ਰੱਖਣ, ਤੇ ਉਹ ਆਪਣੇ ਵਿਵੇਕ ਰਾਹੀਂ ਤਰਕ ਤੇ ਆਪਦਾ ਜਿਹੜੀ ਐਨਰਜੀ ਵੇਸਟ ਨਾ ਕਰਨ। ਤਰਕ ਤੇ ਐਨਰਜੀ ਮੈਕਸੀਮਮ ਵੇਸਟ ਹੁੰਦੀ ਹੈ, ਵਿਵੇਕ ਤੇ ਐਨਰਜੀ ਨਹੀਂ ਵੇਸਟ ਹੁੰਦੀ। ਇਹ ਜਿਹੜੀਆਂ ਫਿਲੋਸਫਿਕ ਗੱਲਾਂ ਇਹਨਾਂ ਨੇ ਸਮਝਣੀਆਂ ਨਹੀਂ, ਤੇ ਠੀਕ ਹੈ ਵੀ ਸਾਡੇ ਲਈ ਇਹ ਵਿਸ਼ਾ ਫੇਰ ਉਹੀ ਆ ਗਿਆ, ਬਹਿਸ ਦਾ ਵਿਸ਼ਾ ਬਣ ਗਿਆ। ਪਰ ਤਰਕ ਤੇ ਵਿਵੇਕ ਦੇ ਵਿੱਚੋਂ ਤਰਕ ਜਿਹੜਾ ਉਹ ਹਮੇਸ਼ਾ ਹਾਰੂਗਾ ਤੇ ਵਿਵੇਕ ਨੇ ਹਮੇਸ਼ਾ ਜਿੱਤਣਾ ਹੈ। ਕੂੜ ਦੇ ਖੁੱਟੇ ਨਾਨਕਾ ਓੜਕ ਸੱਚ ਰਹੀ ਗੱਲ ਇੱਥੇ ਆ ਕੇ ਮੁੱਕਦੀ ਹੈ ਜੀ। ਮਿਹਰਬਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੁਹੰਮਦ ਅਲੀ ਉਹਨਾਂ ਦੀ ਗੱਲ ਕੀਤੀ ਹੈ, ਧਿਆਨ ਸਿੰਘ ਜਿਹਨੂੰ ਚੰਦ ਬਣਾਤਾ, ਚੰਦ ਦੀ ਚਾਨਣੀ ਚ ਹਾਕੀ ਦੀ ਪ੍ਰੈਕਟਿਸ ਕਰਦਾ ਜੀ, ਉਦੋਂ ਦੇਖ ਲਓ ਹੁਣ ਲਿਆ ਕੇ ਦਿਖਾਵੇ ਤਾਂ ਕੋਈ ਸਟਿੱਕ ਦੇ ਨਾਲ ਬਾਲ ਚ ਮੇੜ ਕੇ ਤੇ ਸਿੱਧਾ ਗੋਲ ਕਰਕੇ, 3 ਓਲੰਪਿਕ 28, 32, 36 ਵਾਲੀਆਂ ਜਿੱਤੀਆਂ ਨਾ, ਉਹਦੀ ਤੋੜ ਕੇ ਵੀ ਸਟਿੱਕ ਵੇਖੀ ਵੀ ਇਹਦੇ ਚੁੰਬਕ ਹੈ, ਉਹਦੀ ਪ੍ਰੈਕਟਿਸ ਸੀ, ਵਿਵੇਕ ਤੇ ਤਰਕ ਹੈ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਵੀਰ ਜੀ। ਸਰਦਾਰ ਸਾਹਿਬ, ਮੈਂ ਤੇ ਟੂ ਦੀ ਪੁਆਇੰਟ ਦੀ ਗੱਲ ਕਰਾਂਗਾ। ਵੇਖੋ, ਜਿਹੜਾ ਤੁਸੀਂ ਇਤਿਹਾਸ ਸੁਣਾਇਆ ਜਾਂ ਬਾਅਦ ਦੀ ਗੱਲਬਾਤ ਸੁਣਾਈ, ਇਹਦੇ ਵਿੱਚ ਇੱਕ ਗੱਲ ਮੈਂ ਇਹ ਸਮਝਿਆ ਵੀ ਇਹ ਗੱਲ ਸਾਨੂੰ ਮੰਨਣੀ ਪੈਣੀ ਵੀ ਸਾਡੇ ਸਿਧਾਂਤ ਚ ਤੇ ਸਾਡੇ ਇਤਿਹਾਸ ਚ ਮਿਲਾਵਟ ਕੀਤੀ ਗਈ ਹੈ, ਸ਼ਰੇਆਮ ਦਿਸ ਰਹੀ ਹੈ। ਹੁਣ ਪ੍ਰੋਬਲਮ ਇਹ ਵੀ ਇਹ ਸਾਰੀ ਪ੍ਰੋਬਲਮ ਜਿਹੜੀ ਇਹਨੂੰ ਸੋਲਵ ਕੀਤਾ ਜਾ ਸਕਦਾ, ਇਹਦੇ ਉੱਤੇ ਜਾਣ ਕੇ ਆਪਣੇ ਇਤਿਹਾਸਕਾਰਾਂ ਦੀ, ਜਿਹੜੇ ਚੰਗੇ ਆਪਣੇ ਗੁਰਦਰਸ਼ਨ ਸਿੰਘ ਢੱਲੋਂ ਵਰਗੇ ਨੇ, ਦੂਜੇ ਇਹਨਾਂ ਦੇ ਵਿਦਵਾਨਾਂ ਦੀ ਇੱਕ ਟੀਮ ਬਣਾ ਦਿੱਤੀ ਜਾਏ ਤੇ ਉਹ ਸਾਰਾ ਕੁਛ ਇਹਨਾਂ ਦੇ ਅੱਗੇ ਸਾਰਾ ਕੇਸ ਧਰ ਦਿੱਤਾ ਜਾਏ ਤੇ ਜੋ ਫੈਸਲਾ ਕਰਨਗੇ ਆਪਣੇ ਵਿਦਵਾਨ ਤੇ ਨਖੇੜਾ ਕਰ ਸਕਦੇ, ਸਿੱਖ ਕੌਮ ਦੀ ਭਲੀ ਹੋ ਸਕਦੀ ਹੈ। 1944 ਦੇ ਵਿੱਚ, 40 ਤੇ 44 ਦੇ ਵਿੱਚ ਵੀ ਸਮੱਸਿਆ ਸੀਗੀ, ਉਦੋਂ ਵੀ ਸਿੱਖ ਦਵਾਨਾਂ ਨੇ ਸਿਰ ਜੋੜ ਕੇ ਕੰਮ ਕੀਤਾ ਸੀ, ਕਈ ਸਾਲ ਉਹਨਾਂ ਨੇ ਵਿਚਾਰ ਚਰਚਾ ਕਰਨ ਮਗਰੋਂ ਇਹ ਸਾਰੇ ਦੇ ਸਾਰੇ ਮੁੱਦੇ ਹੱਲ ਕਰ ਦਿੱਤੇ ਹੋਏ ਨੇ, ਰਾਗਮਾਲਾ ਦਾ, ਮੀਟ ਦਾ, ਦੂਜਾ ਗੁਰੂ ਗ੍ਰੰਥ ਸਾਹਿਬ ਦਾ,
ਤੇ ਆਪਣੇ ਦਸਮ ਗ੍ਰੰਥ ਮਸਲੇ ਆਲਰੇਡੀ ਹੱਲ ਚੁੱਕੇ ਨੇ। ਪ੍ਰੋਬਲਮ ਇਹ ਵੀ ਸਾਡੇ ਜਿਹੜੇ ਪ੍ਰਚਾਰਕ ਨੇ ਇਹਨਾਂ ਦੇ ਵਿੱਚ ਪਰਸਨੈਲਿਟੀ ਕ੍ਰੈਸ਼ ਇੰਨਾ ਜ਼ਿਆਦਾ ਹੋਮੇ ਤੇ ਉਹਦੇ ਕਰਕੇ ਕੌਮ ਦਾ ਬੇੜਾ ਕਰ ਰਹੇ ਨੇ। ਹੁਣ ਵੀ ਤੁਸੀਂ ਲਾ ਲਓ ਆ ਧੂਮਾ ਲਾ ਲਓ ਤੇ ਆਪਣਾ ਅਜਨਾਲਾ ਲਾ ਲਓ, ਢੱਡੀਆਂ ਵਾਲਾ ਲਾ ਲਓ, ਇਹ ਸਾਰੇ ਤਿੰਨੇ ਦੇ ਤਿੰਨੇ ਜਿਹੜੇ ਨੇ ਸਰਕਾਰ ਦੇ ਏਜੰਡੇ ਤੇ ਕੰਮ ਕਰ ਰਹੇ ਨੇ। ਜਾਣੀ ਕਿ ਤਿੰਨੇ ਦੇ ਤਿੰਨੇ ਸੰਤ ਜਰਨੈਲ ਸਿੰਘ ਨੂੰ ਮੰਨਦੇ ਨੇ ਵੀ ਸਾਡਾ ਸ਼ਹੀਦ ਹੈ। ਹੁਣ ਸੰਤ ਜਰਨੈਲ ਸਿੰਘ ਜਿੰਨੀ ਦੇਰ ਦਰਬਾਰ ਸਾਹਿਬ 'ਚ ਰਹੇ ਨੇ ਉਹਨੇ ਮਰਿਆਦਾ ਆਪਣੀ ਟਕਸਾਲ ਦੀ ਮਰਿਆਦਾ ਲਾਗੂ ਨਹੀਂ ਕੀਤੀ, ਸਗੋਂ ਉਹਨਾਂ ਨੇ ਵਰਜਿਆ ਹੋਇਆ ਸੀ ਕਿਸੇ ਨੇ ਮਰਿਆਦਾ ਟਕਸਾਲ ਦੀ ਲਾਗੂ ਨਹੀਂ ਕਰਨੀ। ਸੰਤ ਜਰਨੈਲ ਸਿੰਘ ਦਾ ਇੱਕੋ ਇੱਕ ਏਜੰਡਾ ਸੀ ਕੌਮ ਦੇ ਗਲੋਂ ਗੁਲਾਮੀ ਲਾਣੀ, ਗੁਲਾਮੀ ਲਾਣੀ। ਹੁਣ ਇਹਨਾਂ ਨੂੰ ਬੰਦਾ ਪੁੱਛੇ ਵੀ ਛੱਡੋ ਮਰਿਆਦਾ, ਸਾਨੂੰ ਕੋਈ ਨਹੀਂ ਚਾਹੀਦੀ, ਕੋਈ ਏਜੰਡਾ ਨਹੀਂ ਚਾਹੀਦਾ, ਸਾਨੂੰ ਸਿਰਫ ਤੇ ਸਿਰਫ ਇੱਕ ਏਜੰਡਾ ਚਾਹੀਦਾ ਬਾਬਾ ਜਰਨੈਲ ਸਿੰਘ, ਕੌਮ ਦੇ ਗਲੋਂ ਗੁਲਾਮੀ ਲਾਣੀ। ਜੇ ਤੁਸੀਂ ਲਾ ਸਕਦੇ ਹੋ ਤੇ ਪ੍ਰਚਾਰ ਕਰੋ, ਨਹੀਂ ਤੇ ਘਰਾਂ ਚ ਬਹਿ ਜਾਓ। ਬਾਕੀ ਸਾਨੂੰ ਸਿੱਖ ਇਤਿਹਾਸ ਦਾ, ਗੁਰਬਾਣੀ ਦਾ, ਆਲਰੇਡੀ ਆਮ ਸਿੱਖਾਂ ਨੂੰ ਪਤਾ ਇਹਨਾਂ ਦਾ ਕੰਮ ਕੋਈ ਨੀ ਇਹਨਾਂ ਦਾ, ਇਹ ਤੇ ਸਰਕਾਰ ਦੀ ਏਜੰਸੀਆਂ ਦੇ ਬੰਦੇ ਨੇ ਜੀ। ਮਹਾਰਾਜ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਦਿਓਲ ਸਾਹਿਬ, ਤੁਹਾਡੀ ਕਾਲ ਕੱਟੀ ਗਈ, ਸੋਰੀ। ਫੇਰ ਏਅਰ ਤੇ ਲਾਈਨ ਨੰਬਰ 4। ਹਾਂਜੀ ਧੰਨਵਾਦ ਜੀ। ਹਾਂਜੀ 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 ਹੁਣ ਠੀਕ ਹੈ ਜੀ। ਓਕੇ ਜੀ ਹਾਂਜੀ। ਮਤਲਬ ਉਹਨੂੰ ਆਪਾਂ ਆਪਣੇ ਨਾਲ ਲਈਏ ਤਾਂ ਵਿਸ਼ਾ ਸਾਰੀ ਦੁਨੀਆਂ ਦੇ ਵਿੱਚ ਹੈਗਾ, ਤੇ ਤਰਕ ਦਾ ਅਸਲ ਦੇ ਵਿੱਚ ਜਲਸਾ ਸਮੱਸਿਆ ਇਹ ਆ ਵੀ ਜਦੋਂ ਤਰਕ ਮਨੁੱਖ ਤੇ ਜ਼ਿਆਦਾ ਹਾਵੀ ਹੋ ਜਾਂਦਾ ਇਹ ਹਿੰਸਕ ਰੂਪ ਧਾਰ ਕਰ ਲੈਂਦਾ। ਜਿੰਨੀਆਂ ਆਪਣੀਆਂ ਲੜਾਈਆਂ ਹੁੰਦੀਆਂ ਭਾਵੇਂ ਘਰ ਦੇ ਵਿੱਚ ਹੋਣ, ਭਾਵੇਂ ਜਿੱਥੋਂ ਵਿਸ਼ਵਾਸ ਖਤਮ ਹੋ ਜਾਂਦਾ ਜਾਂ ਵਿਵੇਕ ਬੁੱਧੀ ਜਿਹਦੇ ਨਹੀਂ ਹੁੰਦੀ ਆ, ਆਪਾਂ ਕਹਿ ਦਿੰਦੇ ਹਾਂ ਆਮ ਤੌਰ ਤੇ ਬਦਨਾਮ ਕੀਤਾ ਜਾਂਦਾ ਹੈ ਵੀ ਇਹ ਹਥਿਆਰਾਂ ਦੇ ਨਾਲ ਹਿੰਸਾ ਜੀ ਮਾੜੀ। ਅਸਲ ਦੇ ਜਿਹੜੀ ਹਿੰਸਾ ਉਹ ਸ਼ਾਬਦਿਕ ਰੂਪ ਵਿੱਚ ਤਰਕ ਰਾਹੀਂ ਹੀ ਨਿਕਲਦੀ ਆ, ਕਿਉਂਕਿ ਜਦੋਂ ਤੁਸੀਂ ਜਿਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਉਹਨਾਂ ਚੀਜ਼ਾਂ ਤੇ ਵੀ ਸਵਾਲ ਖੜੀ ਕਰੀ ਜਾਣੇ ਆ। ਅੱਜ ਜਿੰਨੀ ਹਿੰਸਾ ਆ, ਮੰਨ ਲਓ ਸਟੇਟ ਵੱਲੋਂ ਆਪਾਂ ਉਹ ਕਹਿੰਦੇ ਵੀ ਉਹ ਪਹਿਲਾਂ ਸ਼ਾਬ ਜਿਹੜੇ, ਮੰਨ ਲਓ ਮੈਂ ਜਿਸ ਚੀਜ਼ 'ਚ ਬਿਲੀਵ ਕਰਦਾ ਉਹ ਚੀਜ਼ 'ਚ ਤੁਸੀਂ ਬਿਨਾਂ ਗੱਲੋਂ ਹੀ ਸਵਾਲ ਖੜੇ ਕਰੀ ਜਾਣੇ, ਉਹ ਹਿੰਸਾ ਨੂੰ ਰੂਪ ਧਾਰਨ ਕਰਦੇ ਆ, ਉਹ ਵਾਰੀ ਗਲੋਚ ਨਾਲੋਂ ਵੀ ਜ਼ਿਆਦਾ ਵੱਡੇ ਹੋ ਜਾਂਦੇ ਆ। ਤੇ ਮੇਰੇ ਖਿਆਲ ਦੇ ਨਾਲ ਜੇ ਆ ਸ਼ਬਦ ਵਿੱਚ ਹਿੰਸਾ ਨਾ ਹੋਵੇ, ਤਰਕ ਵਾਲੀ ਹਿੰਸਾ ਨਾ ਹੋਵੇ, ਫੇਰ ਨਹੀਂ ਕੋਈ ਸਮੱਸਿਆ ਖੜੀ ਹੁੰਦੀ। ਇੱਕ ਛੋਟੀ ਜਿਹੀ ਮੈਂ ਸਾਖੀ ਵਾਲਾ ਟਾਈਮ ਨਹੀਂ ਲੈਣਾ ਵੀ ਦੱਸਦਾ ਵੀ ਗੁਰੂ ਪਾਤਸ਼ਾਹ ਨੇ ਦੱਸਿਆ ਜਿੱਦਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ ਤਰਕਸ਼ੀਲ ਕਹਿਣ ਲੱਗ ਪੈਂਦੇ ਆ, ਜਦ ਕਿ ਉਹਨਾਂ ਨੇ ਆਪਾਂ ਨੂੰ ਪਤਾ ਵੀ ਗੋਸ਼ਟ ਕੀਤੀ ਆ ਜਿਹਨੂੰ ਅਸੀਂ ਸੰਵਾਦ ਕਹਿੰਦੇ ਆ। ਹੁਣ ਹਰਗੋਬਿੰਦ ਪਾਤਸ਼ਾਹ ਦੇ ਕੋਲ ਸਿੱਖ ਜਾਂਦੇ ਆ ਵੀ ਅਸੀਂ ਗੁਰਬਾਣੀ ਨੂੰ ਕਿੱਦਾਂ ਸਮਝਣ ਆਇਆ, ਅਸੀਂ ਆਪਣੇ ਇਤਿਹਾਸ ਨੂੰ ਵੀ ਕਿੱਦਾਂ ਇਹਦੀ ਵਿਆਖਿਆ ਕਰਨੀ ਆ। ਉਹਨਾਂ ਨੇ ਦੱਸਿਆ ਵੀ ਗੁਰੂ ਅਰਜਨ ਪਾਤਸ਼ਾਹ ਕੋਲ ਵੀ ਗਏ ਸੀਗੇ ਵੀ ਇਹਦੇ ਇਹੀ ਤਰੀਕਾ ਆ ਵੀ ਤੁਸੀਂ ਜਿਹਦਾ ਤੁਹਾਨੂੰ ਨਹੀਂ ਪਤਾ ਜਿਹਨੂੰ ਅਸੀਂ ਤਰਕ ਕਹਿੰਦੇ, ਜੇ ਨਹੀਂ ਪਤਾ ਤੇ ਤੁਸੀਂ ਸਵਾਲ ਕਰੋ, ਜਿਹਨੂੰ ਪਤਾ ਆ ਜਿਹੜਾ ਗੁਣੀ ਗਿਆਨੀ ਤੁਹਾਨੂੰ ਲੱਗਦਾ ਤੁਹਾਡੀ ਬੁੱਧੀ ਮੁਤਾਬਕ ਉਹ ਤੁਹਾਨੂੰ ਇਹਦੇ ਬਾਰੇ ਸਮਝਾਊਗਾ। ਉਹ ਪਹਿਲਾ ਢੰਗ ਇਹ ਆ। ਦੂਜਾ ਢੰਗ ਇਹ ਆ ਵੀ ਜੇ ਤੁਹਾਨੂੰ ਵੀ ਪਤਾ ਆ, ਦੂਜੇ ਨੂੰ ਵੀ ਪਤਾ ਆ, ਕੁਛ ਕਹੀਏ ਕੁਛ ਸੁਣੀ ਆਗੂ ਵੀ ਅਸੀਂ ਉਹਦੀ ਵੀ ਗੱਲ ਸੁਣੀਏ, ਆਪਣੀ ਵੀ ਸੁਣੀਏ, ਉਹਦੇ ਵਿੱਚ ਇੱਕ ਸਹਿਮਤੀ ਪੈਦਾ ਕਰੀਏ। ਪਰ ਉਹ ਕਹਿੰਦੇ ਦੋ ਗੱਲਾਂ ਕਰਨੀਆਂ, ਦੋ ਗੱਲਾਂ ਨਹੀਂ ਕਰਨੀਆਂ, ਉਹ ਕਿਹੜੀਆਂ ਨਹੀਂ ਕਰਨੀਆਂ। ਉਹ ਤੀਜੀ ਗੱਲ ਇਹ ਆ ਵੀ ਤੁਸੀਂ ਆਪਣਾ ਸੱਚ ਲੈਣ ਦਾ ਵੀ ਉਹਦੀ ਤਰਜ਼ ਦੇ ਉੱਤੇ ਕਿਸੇ ਨੂੰ ਕਹੋ ਵੀ ਸਾਬਤ ਕਰਕੇ ਦਿਖਾਲ, ਜਿੱਦਾਂ ਵਿਗਿਆਨ ਦੀ ਤਰਜ਼ ਤੇ ਸਾਬਤ ਕਰਕੇ ਦਿਖਾਲ, ਜਾਂ ਅਸੀਂ ਕਹਿ ਦਈਏ ਵੀ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਇਹ ਸੀ ਵੀ ਉਹ ਤੇ ਜੇ ਤਾਂ ਸਾਡੇ ਉਹ ਤੇ ਤੇਰਾ ਖਰਾ ਉੱਤਰ ਤਾਂ ਫਿਰ ਠੀਕ ਆ ਵੀ ਨਹੀਂ ਤਾਂ ਤੂੰ ਝੂਠ ਆ। ਉਹ ਕਹਿੰਦੇ ਕਰਨੀ ਨੀ ਬਿਲਕੁਲ, ਉਸ ਤਰ੍ਹਾਂ ਦੀ ਵਿਆਖਿਆ ਜਾਂ ਉਸਦਾ ਦੇ ਅਰਥ ਬਿਲਕੁਲ ਨਹੀਂ ਕੱਢਣੇ। ਤੇ ਚੌਥਾ ਇਹ ਹੁੰਦਾ ਵੀ ਜੇ ਇਸ ਬੰਦੇ ਦਾ ਕੋਈ ਸਟੈਂਡ ਹੀ ਨਹੀਂ ਹੁੰਦਾ, ਮਤਲਬ ਚਫੇਰ ਗੜੀ ਆ, ਉਹਨੇ ਆਪਣਾ ਸਟੈਂਡ ਦੱਸਣਾ ਹੀ ਹਰੇਕ ਦੇ ਚੋਹਾਂ ਪੰਜਾਂ ਬੰਦਿਆਂ ਤੇ ਸਵਾਲ ਕਰੀ ਜਾਣੇ, ਹਰੇਕ ਬੰਦੇ ਤੇ ਸਵਾਲ ਕਰੀ ਜਾਣੇ, ਤੂੰ ਇਹਦਾ ਪਰੂਫ ਦੇ, ਇਹਦਾ ਪਰੂਫ ਦੇ, ਆਪਣਾ ਉਹਦੇ ਕੋਲ ਕੋਈ ਵਿਸ਼ਵਾਸ ਨਹੀਂ ਹੁੰਦਾ। ਤੇ ਪਹਿਲੀਆਂ ਦੋ ਚੀਜ਼ਾਂ ਲਾਹੇਵੰਦ ਹੁੰਦੀਆਂ ਵੀ ਕਿਸੇ ਤੋਂ ਜਾਣਕਾਰੀ ਲੈ ਲੈਣੀ ਆ, ਗਿਆਨ ਉਹਦੇ ਗ੍ਰਹਿਣ ਕਰ ਲੈਣਾ, ਦੂਜਾ ਇੱਕ ਮਿਲ ਬੈਠ ਕੇ ਕਰ ਲੈਣਾ, ਦੂਜੀਆਂ ਖਤਰਨਾਕ ਹੁੰਦੀਆਂ। ਤੇ ਮੇਰੇ ਖਿਆਲ ਨਾਲ ਇੱਥੇ ਨਿਬੜ ਜਾਂਦਾ ਵੀ ਤਰਕ ਦੀ ਹਿੰਸਾ ਤੋਂ ਬਚੀਏ। ਜਿਹੜੀ ਤਰਕ ਦੀ ਹਿੰਸਾ ਇਹ ਸਭ ਤੋਂ ਮਾੜੀ ਹਿੰਸਾ ਆ, ਇਹ ਗਿਆਨ ਦਾ ਹੋਮੇ ਆ, ਇੱਕ ਕਿਸਮ ਦਾ ਗਿਆਨ ਦਾ ਹੋਮੇ ਵੀ ਨਹੀਂ। ਬਿਨਾਂ ਗਿਆਨ ਦਾ ਵੀ ਜਾਣਕਾਰੀ ਸਵਾਲ ਹੀ ਖੜੇ ਕਰੀ ਜਾਣੇ, ਅਸੀਂ ਆਪਣੇ ਘਰਾਂ ਦੇ ਇਹੀ ਅੱਧੇ ਤੇ ਸਾਡੇ ਘਰਾਂ ਚ ਇਹੀ ਪੰਗੇ ਪਏ, ਉਹ ਆਪਣੇ ਪਰਿਵਾਰਾਂ ਦੇ ਬੱਚਿਆਂ ਦੇ ਆਪਣੇ ਮੰਨ ਲਓ ਰਿਸ਼ਤੇਦਾਰਾਂ ਚ, ਤੂੰ ਵਿਸ਼ਵਾਸ ਨਾਲ ਹੀ ਸਾਰਾ ਕੁਛ ਚੱਲਦਾ। ਜੇ ਵਿਸ਼ਵਾਸ ਹੈ ਨੀ ਫਿਰ ਜੇ ਤਰਕ ਨੂੰ ਖਤਮ ਹੋ ਜੀ, ਦੋਸਤੀ ਦੀ ਕਦੀ ਕੋਈ ਸਰਟੀਫਿਕੇਟ ਦੇ ਦੂਗਾ ਜੇ ਆਪਾਂ ਇੱਕ ਦੂਜੇ ਨਾਲ ਗੱਲ ਵੀ ਕਰਦੇ ਹਾਂ। ਤੇ ਮੈਨੂੰ ਲੱਗਦਾ ਵੀ ਇਹਨੂੰ ਹਿੰਸਕ ਰੂਪ ਨਾ ਧਾਰਦੇ, ਜੇ ਤਰਕ ਸਵਾਲ ਹੈਗਾ ਉਹਨੂੰ ਸਵਾਲ ਵਾਂਗੂ ਕੀਤਾ ਜਾਵੇ ਵੀ ਸਾਨੂੰ ਇਹਦੇ ਬਾਰੇ ਨਹੀਂ ਪਤਾ। ਥੈਂਕ ਯੂ ਜੀ। ਬਿਲਕੁਲ ਧੰਨਵਾਦ ਜੀ। ਪੱਚੀ ਤੀਹ ਸਾਲਾਂ ਚ ਦੇਖੋ, 40 ਸਾਲ ਪਹਿਲਾਂ ਪੰਜਾਬ ਚ ਕਿਸ ਤਰ੍ਹਾਂ ਕਣਕਾਂ ਤੋਰ ਕੇ ਜਾਂਦੇ, ਮੱਸੇ ਰੰਗੜ ਦਾ ਸਿਰ ਵੱਢ ਕੇ ਸਿੰਘ ਗਏ, ਉਹ ਕਹਿੰਦੇ ਬੁੱਢੇ ਜੋੜ ਜਾ ਕੇ ਖੜੇ ਨੇ। ਹੁਣ ਕਾਰ ਚ ਬੈਠ ਕੇ ਬੁੱਢੇ ਜੋੜ ਨਹੀਂ ਜਾ ਸਕਦਾ, ਰਾਹ ਚ ਦਾਲ ਰੋਕਾਂਗੇ, ਰੋਟੀ ਖਾ ਲਓ, ਚਾਹ ਪੀ ਲਓ, ਇਹ ਬੜਾ ਬੜਾ ਅਲੱਗ ਹੈ। ਜਾਂ ਊ ਵੀ ਮੰਨ ਲਓ ਵੀ ਜੇ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਦੇ ਵਿੱਚ ਸੁਣਾਉਂਦੇ ਹਾਂ ਵੀ ਕਿਸ ਤਰ੍ਹਾਂ ਇੱਟਾਂ ਚਿਣੀਆਂ, ਸ਼ਾਸ਼ਲ ਬੇਗ ਨੇ, ਬਾਸ਼ਲ ਬੇਗ ਨੇ ਕਿਵੇਂ ਇੱਟਾਂ ਫੜਾਈਆਂ, ਉਹ ਸਾਨੂੰ ਵਧੀਆ ਲੱਗਦਾ। ਇਸ ਸਮੇਂ ਸਾਡੇ ਮੂਹਰੇ ਬੈਠੇ ਬੰਦੇ ਨੂੰ ਅਸੀਂ ਰਵਾਉਣ ਤੱਕ ਵੀ ਹੁਣ ਅਸੀਂ ਬਹੁਤ ਜਿਹੜਾ ਬਜਟ ਦੇ ਵਿੱਚ ਆ, ਬਹੁਤ
ਜਿਹੜਾ ਸਾਨੂੰ ਸਹੀ ਆ ਜਿੱਥੇ ਅਸੀਂ ਇਕੱਠ ਕਰਨਾ ਹੈ, ਚਾਰ ਦਮੜੇ ਆਉਣੇ ਨੇ, ਉਸ ਦਿਨ ਵੀ ਅਸੀਂ ਉਸੇ ਗੁਰਬਾਣੀ ਚੋਂ ਗੱਲ ਕਰਦੇ ਹਾਂ, ਉਹੀ ਗੁਰੂ ਦੀਆਂ ਬਾਣੀਆਂ ਕਹਾਣੀਆਂ ਦੇ ਵਿੱਚੋਂ ਗੱਲ ਕਰ ਰਹੇ ਹਾਂ। ਪਰ ਮੈਨੂੰ ਲੱਗਦਾ ਕਈ ਵਾਰ ਜਿਹੜੇ ਤਰਕ ਕਰ ਰਹੇ ਹੁੰਦੇ ਉਹਨਾਂ ਨੂੰ ਆਪ ਵੀ ਨੀ ਪਤਾ ਹੁੰਦਾ, ਕਿਸੇ ਦੇ ਪਿੱਛੇ ਲੱਗ ਕੇ ਜਾਂ ਕੁਛ ਕਿਤਾਬਾਂ ਪੜ੍ਹ ਕੇ ਉਹਨਾਂ ਨੂੰ ਲੱਗਦਾ ਆਹ ਤਾਂ ਗੱਲ ਠੀਕ ਨੀ। ਵਪਾਰਕ ਸੰਦੇਸ਼ ਲੈ ਲਈਏ ਫਿਰ, ਮੱਖਣ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਰਣਜੋਤ ਸਿੰਘ ਜੀ, ਅਡੀਕਿਓ ਹੁਣੇ ਆਉਣਾ। ਮੱਖਣ ਸਿੰਘ ਜੀ ਲਾਈਨ, ਮੱਖਣ ਸਿੰਘ ਜੀ ਲਾਈਨ ਨੰਬਰ 2। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹਾਲ ਚਾਲ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਾਈ ਜੀ, ਮੈਂ ਬਾਹਲੀ ਤਾਂ ਕਦੇ ਗੱਲ ਕੀਤੀ ਨੀ, ਇੱਕ ਦੋ ਵਾਰੀ ਆਪ ਜੀ ਨਾਲ ਗੱਲ ਹੋਈ ਸੀ, ਆਪਾਂ ਹੋਕ ਰਹਿੰਦੇ ਸੀ ਪਹਿਲਾਂ ਮੋਟਰ 'ਚ ਆਪਣਾ ਉੱਥੇ ਤੁਸੀਂ ਸ਼ਾਇਦ ਆਪਾਂ ਮਿਲੇ ਜੀ 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 ਤੇ ਹੁਣ ਅਸੀਂ ਕਲੋਨੇ ਮੂਵ ਹੋ ਗਏ, ਘਰ ਰੇਡੀਓ ਸੁਣਦੇ ਦਾ ਕੰਮ ਕਰਦੇ ਪਿੱਛੇ, ਪੇਂਟ ਪੂੰਟ ਕਰਦੇ ਮੋਟਰ 'ਤੇ। ਬਾਈ ਗੱਲ, ਮਨ ਬੜਾ ਦੁਖਿਆ ਪਿੱਛੇ ਪੰਜਾਂ ਦਿਨਾਂ ਨਾਲ, ਅੱਗੇ ਵੀ ਬਾਅਦ ਕਾਲ ਕੀਤੀ ਸੀ, ਉਦੋਂ ਟਾਈਮ ਪੂਰਾ ਹੋ ਗਿਆ। ਜਿਹੜਾ ਇਹ ਝੂਠ ਬੋਲੀ ਜਾਂਦੇ ਆ, ਝੂਠ ਤਾਂ ਸਾਰੇ ਹੀ ਬੋਲਦੇ, ਹੁਣ ਧੱਟਾਲੀ ਵੀ ਬੋਲਦੇ ਆ ਤੇ ਇਹ ਢੱਡਰੀ ਵਾਲਾ ਵੀ ਬੋਲੀ ਜਾਂਦਾ ਰਹੇ, ਤੇ ਬਾਬਾ ਜਰਨੈਲ ਸਿੰਘ ਕਿਉਂ ਇਹ ਉਹਨੂੰ ਕਿਉਂ ਮਾੜਾ ਕਹਿੰਦੇ, ਉੱਥੋਂ ਮਨ ਬੜਾ ਦੁਖਦਾ ਜੀ। ਹੁਣ ਢੱਡਰੀ ਵਾਲਾ ਵੀ ਜੇ ਟਕਸਾਲੀ ਇਹ ਮੰਨ ਲੈਣ, ਅੱਜ ਇਹ ਕਹਿਣ ਵੀ ਹਾਂ ਵੀ ਸਾਡੇ ਕੋਲ ਗਲਤੀ ਹੋਈ ਆ, ਵੀ ਸੋ ਅਸੀਂ ਝੂਠ ਬੋਲਿਆ, ਵੀ ਬਾਬਾ ਜਰਨੈਲ ਸਿੰਘ ਸ਼ਹੀਦ ਹੋ ਗਿਆ ਸੀਗਾ ਪਰ ਅਸੀਂ ਝੂਠ ਬੋਲਿਆ, ਉਹ ਕਿਹੜਾ ਮੰਨਦੇ, ਹੁਣ ਕਿਹੜਾ ਮੰਨਦੇ ਉਹ? ਬਿਲਕੁਲ ਠੀਕ ਹੈ, ਜੇ ਉਹ ਵੀ ਮੰਨ ਲੈਣ ਤੇ ਉਧਰੋਂ ਢੱਡਰੀਆਂ ਵਾਲਾ ਵੀ ਬਹਿ ਕੇ ਗੱਲ ਕਰਿਓ, ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਉਹਨੂੰ ਉੱਥੇ ਨਾ ਮੰਨੋ, ਪਰ ਤੁਸੀਂ ਦੂਜੇ ਬੰਦੇ ਨੂੰ ਬਦਨਾਮ ਨਾ ਕਰੋ, ਜਿਹੜਾ ਬੰਦਾ ਜੋਧਾ ਏਡਾ ਕੁਰਬਾਨੀ ਕਰਕੇ ਗਿਆ, ਢੱਡਰੀਆਂ ਵਾਲਾ ਕਰਕੇ ਦਿਖਾਏਗਾ ਕੁਛ ਇੱਥੇ ਮਾੜਾ ਮੋਟਾ, ਹੁਣ ਬਾਬਾ ਜਰਨੈਲ ਸਿੰਘ ਨੂੰ ਜਿੱਦਾਂ ਉਹਨੇ ਕੀਤਾ ਗੱਲਾਂ ਮਾਰੀਆਂ। ਸਰ ਸੁਖਵਿੰਦਰ ਸਿੰਘ ਜੀ ਲਾਈਨ ਨੰਬਰ 3। ਹੈਲੋ, ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਗੱਲ ਸਾਹਿਬ। ਸਤਿ ਸ੍ਰੀ ਅਕਾਲ ਜੀ। ਹਾਂ ਬਾਈ ਜੀ, ਬਹੁਤ ਵਧੀਆ ਸੰਵੇਦਨਸ਼ੀਲ ਮਸਲਾ ਹੈ। ਗੱਲ ਇਹ ਵੀ ਹੈ, ਤਰਕ ਨੇ ਤੇ ਆ ਦੂਜਿਆਂ ਤੀਜਿਆਂ ਨੇ ਨਾ ਜਿਹਾ ਮਾਰ ਕੇ ਰੱਖਤਾ, ਇੱਕ ਆਮ ਜਿਹੜੇ ਸਰੋਤੇ ਆ ਜਾਂ ਆਮ ਲੋਕਾਂ ਦਾ, ਹੁਣ ਕੋਈ ਕੋਈ ਕਿਸੇ ਨੂੰ ਦੋ ਬੰਦੇ ਪਸੰਦ ਨੀ, ਉਹ ਸਾਰੀ ਦਿਹਾੜੀ ਆਪਦੇ ਜੇ ਤਿੰਨ ਚਾਰ ਘੰਟੇ ਦਾ ਦੀਵਾਨ ਆ ਤੇ ਦੋ ਘੰਟੇ ਇੱਕ ਬੰਦੇ ਨੂੰ ਨਿੰਦਣ ਚ ਲਾ ਦਿੰਦਾ, ਦੂਜੇ ਨੂੰ ਲਾ ਦਿੰਦਾ। ਹਾਂਜੀ, ਹੁਣ ਤੁਹਾਨੂੰ ਬੰਦੇ ਆਪਸ ਵਿੱਚ ਨੀ ਪਸੰਦ, ਕੋਈ ਨਿੱਜੀ ਜੀ ਰੰਜਿਸ਼ਾਂ ਉਹਦੇ ਪਿੱਛੇ ਤੁਸੀਂ ਕੌਮ ਚ ਦੁਬਧਾ ਕਿਉਂ ਖੜੀ ਕਰਦੇ ਹੋ? ਬਿਲਕੁਲ ਠੀਕ, ਹੁਣ ਗੱਲ ਤਾਂ ਕਰਨੀ ਪੈਂਦੀ ਚਾਹੀਦੀ ਹੈ ਮਨੁੱਖੀ ਅਧਿਕਾਰਾਂ ਦੀ, ਜ਼ੁਲਮ ਖਿਲਾਫ਼ ਬੋਲਣ ਦੀ, ਆਮ ਜ਼ਿੰਦਗੀ ਜੀਣ ਦੀ, ਬਰਗਾੜੀ ਦਾ ਇਨਸਾਫ ਦੀ, ਚੰਡੀਗੜ੍ਹ ਪੰਜਾਬ ਦਾ, ਪਾਣੀ ਪੰਜਾਬ ਦਾ, ਮਸਲੇ ਆਹ ਚੁੱਕਣੇ ਚਾਹੀਦੇ ਆ। ਉਹ ਮੈਨੂੰ ਫਲਾਣਾ ਗ੍ਰੰਥ ਨੀ ਪਸੰਦ, ਮੈਨੂੰ ਆਹ ਨੀ ਪਸੰਦ, ਕਿਹੜੇ ਕਿਹੜੇ ਕੰਮ ਆ ਜਿਹੜੇ ਸਾਨੂੰ ਪੰਜ ਪੰਜ ਤੜਕੇ ਲਾ ਕੇ ਵੱਡੀਆਂ ਗੱਡੀਆਂ ਚ ਰਹਿ ਕੇ ਤੇ ਉਹ ਆਰਾਮ ਨਾਲ ਸਰਕਾਰਾਂ ਨਾਲ ਰਲ ਕੇ ਤੇ ਵਧੀਆ ਯਾਸ਼ੀ ਵਾਲਾ ਜੀਵਨ ਬਤੀਤ ਕਰਨਾ ਤੇ ਲੋਕਾਂ ਨੂੰ ਐਵੇਂ ਵਕਤ ਨੂੰ ਫੜਾਇਆ? ਗ੍ਰੰਥਾਂ ਦੇ ਵਿਵਾਦ ਛੱਡ ਕੇ ਇੱਧਰ ਨੂੰ ਹੋਣ, ਜਿਹੜਾ ਕਹਿੰਦਾ ਵੀ ਮੈਂ ਸਹੀ ਆ ਦੂਜੇ ਗਲਤ, ਓਕੇ ਆ, ਚੱਲ ਤੈਨੂੰ ਮਨ ਤੇ ਲੀਡਰ ਲੱਗ ਕੇ ਕਰ ਸਾਰੇ ਪੰਜਾਬ ਦੇ ਮਸਲੇ ਹੱਲ, ਲੋਕਾਂ ਨੇ ਤਾਂ ਆਪੇ ਮਗਰ ਲੱਗ ਜਾਣਾ। ਹੁਣ ਜੇ ਇੱਕ ਬੰਦਾ ਤਿੰਨ ਘੰਟੇ ਦੀਵਾਨ ਲਾਉਂਦਾ, ਚਾਰ ਘੰਟੇ ਵਿੱਚ ਨੂੰਹ ਸਕਦੀਆਂ ਗੱਲਾਂ ਕਰਕੇ ਉੱਠ ਜਾਂਦਾ, ਲੋਕੀ ਮੇਰੇ ਵਰਗੇ ਅੱਗੇ ਹੋ 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 ਵਾਹ ਬਾਈ ਵਾਹ, ਆਹ ਬਾਬਾ ਨਜ਼ਾਰਿਆ। ਇਹ ਗੱਲਾਂ ਤੋਂ ਪਾਸੇ ਆਮ ਲੋਕਾਂ ਨੂੰ ਤੇ ਬਹੁਤ ਕਨਫਿਊਜ਼ਨ ਆ, ਇੱਥੇ ਜਿੰਨਿਆਂ ਨਾਲ ਗੱਲ ਕਰੀਦੀ ਸਾਰਿਆਂ ਤੋਂ ਹੀ ਦੁਖੀ ਆ। ਉਹ ਕਹਿੰਦੇ ਯਾਰ ਮਸਲੇ ਕਿਹੜੇ ਆ, ਇਹ ਲੈ ਕੇ ਕਿੱਧਰ ਨੂੰ ਤੁਰ ਪਏ? ਮੈਨੂੰ ਤਾਂ ਲੱਗਦਾ ਇਹ ਵੀ ਚੱਲਣਾ ਹੀ ਹੈ ਸਰਕਾਰਾਂ ਦੀਆਂ। ਥੈਂਕ ਯੂ ਵੀਰ ਜੀ, ਥੈਂਕ ਯੂ। ਰਣਜੋਤ ਸਿੰਘ ਜੀ ਆਖਰੀ ਕਾਲਰ ਲਾਈਨ ਨੰਬਰ 5। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਗੱਲ ਗਿੱਲ ਸਾਹਿਬ ਨੇੜੇ ਕਰ ਦਿੰਦੇ ਆ, ਭਈ ਗੱਲ ਤਾਂ ਮੰਨਣ ਦੀ ਆ, ਗੁਰੂ ਦੀ ਮੰਨਣ ਦੀ ਆ, ਗੁਰੂ ਦੀ ਕੀਤੀ ਮੰਨਣ ਦੀ ਆ, ਗੱਲ ਢੱਡਰੀਆਂ ਵਾਲੇ ਦੀ ਨੀ, ਗੱਲ ਧੁੰਦੇ ਹੋਣਾ ਦੀ ਨੀ, ਗੱਲ ਹੈਗੀ ਆ ਵੀ ਸਾਨੂੰ ਸ਼ਰਧਾ ਕਿੱਡੀ ਗਿਆ, ਉਹ ਕੀ ਕਹਿੰਦੇ ਆ, ਸਾਨੂੰ ਕਿਉਂ ਬੁਰਾ ਲੱਗਦਾ, ਗੱਲ ਸਾਡੀ ਸ਼ਰਧਾ ਘੱਟ ਆ, ਉਹ ਕਈ ਜਾਣ ਤੋਂ ਜਿਹਨੇ ਜੋ ਕਹਿਣਾ, ਨਾ ਸਿੱਖਾਂ ਨੂੰ ਪਹਿਲਾਂ ਫਰਕ ਪਿਆ ਨਾ ਹੁਣ ਪੈਣਾ। ਰੱਬ ਮੰਨਣ ਦੀ ਚੀਜ਼ ਆ, ਕਿਸੇ ਨੂੰ ਤਰਕਿਆ ਉਹ ਨਾ ਮੰਨੇ, ਕਿਸੇ ਨੂੰ ਹੈਗੀ ਵਿਸ਼ਵਾਸ ਆ, ਹੁਣ ਸਾਨੂੰ ਵਿਸ਼ਵਾਸ ਆ ਵੀ ਭਾਈ ਬਚਿੱਤਰ ਸਿੰਘ ਲੜਿਆ ਹਾਥੀ ਨਾ, ਹੁਣ ਜਿਹੜੇ ਬੰਦੇ ਨੇ ਗੰਨੇ ਦੀ ਭਰੀ ਨੀ ਚੁੱਕੀ, ਉਹ ਕਦੋਂ ਮੰਨ ਲੂ ਵੀ ਭੀਮ ਨੇ ਹਾਥੀ ਪੂਛ ਤੋਂ ਘੁਮਾ ਕੇ ਮਾਰਤਾ ਸੀ? ਗੱਲ ਤਾਂ ਮੰਨਣ ਤੇ ਮੁੱਕਣੀ ਆ, ਗੁਰੂ ਸਾਹਿਬ ਦੀ ਮੰਨੋ, ਗੁਰੂ ਦੀਆਂ ਕੀਤੀਆਂ, ਤੇ ਜਦੋਂ ਗੁਰਬਾਣੀ ਨੇ ਪੂਰਨਾ ਪਾ ਤਾ ਵੀ ਹਰ ਜਨ ਹਰ ਦੋ ਏਕ ਹੈ, ਬੇਵਿਚਾਰ ਕਿਛ ਨਾ ਹੈ, ਵੀ ਸਾਨੂੰ ਤਾਂ ਫਰਕ ਹੀ ਨੀ,
ਸਾਨੂੰ ਤਾਂ ਉਹਨੂੰ ਮੰਨਣ ਵਾਲੇ ਵੀ ਉਦਾਂ ਦੇ ਲੱਗਦੇ ਜਿੱਦਾਂ ਦਾ ਸਾਡਾ ਗੁਰੂ ਸੀ। ਇਹ ਤਾਂ ਗੱਲਾਂ ਬਹੁਤ ਦੂਰ ਦੀਆਂ ਨੇ, ਇਹਨਾਂ ਨੇ ਤਾਂ ਬੋਲੀ ਹੀ ਜਾਣਾ ਆ। ਦੇਖੋ ਹਾਥੀਆਂ ਨੂੰ ਕੋਈ ਫਰਕ ਨੀ ਪਿਆ ਕਦੇ, ਉਹਨਾਂ ਨੂੰ ਕੋਈ ਭੌਂਕਦਾ ਭੌਂਕੇ ਨਾ ਭੌਂਕੇ, ਇਹ ਸਿੱਖੀ ਦੀ ਲੀਹ ਆ। ਸਿੱਖਿਆ ਬਾਪੂ ਠਾਕਰ ਸਿੰਘ ਨੇ ਪਹਿਲਾਂ ਦੱਸਿਆ ਖੁਰਾਕਾਂ ਬਾਰੇ, ਉਦੋਂ ਖੁਰਾਕਾਂ ਕਿੱਦਾਂ ਦੀਆਂ ਸੀ ਉਹ ਵੱਖਰੀ ਗੱਲ ਆ। ਜਿਹੜੀ ਗੁਰੂ ਦੀ ਕਿਰਪਾ ਉਹ ਤਾਂ ਸਾਰਿਆਂ ਨੂੰ ਵੱਡੀ ਆ। ਜਿੱਥੇ ਗੁਰੂ ਦੀ ਕਿਰਪਾ ਆ ਉਹਨੂੰ ਤਾਂ ਖੁਰਾਕ ਦੀ ਲੋੜ ਹੀ ਨੀ। ਭਾਈ ਇਤਿਹਾਸ ਤਾਂ ਕਹਿੰਦਾ ਵੀ ਭਾਈ ਬਚਿੱਤਰ ਸਿੰਘ ਸਰੀਰ ਪੱਖੋਂ ਬਹੁਤ ਕਮਜ਼ੋਰ ਸੀ, ਪਰ ਥਾਪੜੇ ਨਾਲ ਉਹਨੂੰ ਥਾਪੜਾ ਏਦਾਂ ਦਾ ਮਿਲਿਆ ਗੁਰੂ ਸਾਹਿਬ ਦਾ ਵੀ ਉਹ ਸ਼ੇਰ ਬਣ ਗਿਆ, ਸ਼ੇਰ ਜਿੰਨਾ ਹੌਸਲਾ ਆ ਗਿਆ। ਸੋ ਗੱਲ ਖੁਰਾਕਾਂ ਤੇ ਵੀ ਨੀ, ਗੱਲ ਹੈਗੀ ਗੁਰੂ ਸਾਹਿਬ ਦੀ ਮੰਨਣ ਤੇ। ਜਿਹਨੇ ਹੁਕਮ ਮੰਨ ਲਿਆ ਉਹਲੇ ਰੀਠੇ ਵੀ ਮਿੱਠੇ ਆ, ਜਿਨ੍ਹਾਂ ਨੇ ਨਹੀਂ ਮੰਨਿਆ ਹੁਣ ਲੌਜਿਕ ਕਿੱਥੋਂ ਕੱਢ ਕੇ ਦੇ ਦਈਏ ਇਹਨਾਂ ਨੂੰ, ਇਹਨਾਂ ਨੂੰ ਕਿੱਥੋਂ ਕਿੱਥੋਂ ਲੌਜਿਕ ਕੱਢ ਕੇ ਦਈਏ ਜੀ ਆਪਾਂ। ਇਹ ਤਾਂ ਹਰੇਕ ਗੱਲ ਦਾ ਲੌਜਿਕ ਭਾਲਦੇ ਆ। ਗੱਲ ਏਦਾਂ ਆ ਵੀ ਕਹਿੰਦਾ ਵੀ ਰੱਬ ਠੀਕ ਆ ਜੀ, ਧੰਨਵਾਦ। ਥੈਂਕ ਯੂ ਥੈਂਕ ਯੂ। ਮੈਂ ਇੱਕ ਗੱਲ ਤੇ ਅਖੀਰ ਚ ਨੂੰ ਸਮਅਪ ਕਰਦਾ ਤਰਕ ਤੇ ਵਿਵੇਕ ਨੂੰ, ਉਹ ਇਸ ਤਰ੍ਹਾਂ ਬਈ ਠੀਕ ਹੈ ਜਿਵੇਂ ਭਾਈ ਸਾਹਿਬ ਕਹਿੰਦੇ ਸੀ ਵੀ ਮੈਂ ਨਹੀਂ ਮੰਨਦਾ ਵੀ ਬਚਿੱਤਰ ਸਿੰਘ ਨੇ ਨਾਗਣੀ ਮਾਰੀ, ਠੀਕ ਆ ਮੈਂ ਨਾ ਮੰਨਦਾ, ਪਰ ਜਿਹੜਾ ਕੋਈ ਸਾਹਮਣੇ ਮੰਨਦਾ ਮੇਰੇ ਕੋਲ ਉਹ ਕੀ ਹੱਕ ਆ ਮੈਂ ਉਹਨੂੰ ਵੀ ਕਹਾਂ ਤੂੰ ਵੀ ਨਾ ਮੰਨ। ਗੱਲ ਇਹ ਹੈ ਠੀਕ ਆ ਮੈਂ ਨਹੀਂ ਮੰਨਦਾ, ਪਰ ਮੇਰੇ ਕੋਲ ਉਹ ਵੀ ਨੀ ਹੱਕ ਮੈਂ ਕਿਸੇ ਨੂੰ ਕਹਾਂ ਤੂੰ ਨਾ ਮੰਨ। ਬਹੁਤ ਨੇ ਕਿਤਾਬਾਂ ਦੇ ਜਿਹੜੇ ਮਹਿੰਦਰ ਸਿੰਘ ਜੋਸ਼ ਉਹਨਾਂ ਦੀ ਇੱਕ ਗੱਲ ਦੀਵਾਨਾਂ ਦੇ ਵਿੱਚ ਜਾਂ ਅਕਸਰ ਗੱਲ ਹੁੰਦੀ ਜਿਹੜੇ ਮਿਸ਼ਨਰੀ ਬਦਨਵਾਨ ਨੇ ਉਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਭੋਰੇ ਚ ਨੀ ਬੈਠੇ ਬਾਬੇ ਬਕਾਲੇ, ਠੀਕ ਹੈ। ਉਹੀ ਕਿਤਾਬ ਚ ਉਹ ਕਹਿੰਦਾ ਕਿ ਸ਼੍ਰੀ ਚੰਦ ਤੇ ਜਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲੇ, ਸ਼੍ਰੀ ਚੰਦ ਸਿੱਖੀ ਵੱਲ ਨੂੰ ਪ੍ਰੇਰਿਤ ਹੋ ਗਿਆ ਸੀ ਤੇ ਉਹਨਾਂ ਰਲ ਕੇ 23 ਅਪ੍ਰੈਲ 1624 ਨੂੰ ਕੀਰਤਪੁਰ ਸਾਹਿਬ ਦੀ ਦਾ ਨੀਂਹ ਪੱਥਰ ਰੱਖਿਆ। ਮੰਨ ਸਕਦੇ ਹੋ ਤੁਸੀਂ ਵੀ ਸ਼੍ਰੀ ਚੰਦ ਕਦੇ ਉਦਾਸੀ ਸੰਪਰਦਾ ਦਾ ਜਿਹੜੇ ਸ਼ੁਰੂ ਕੀਤੀ ਬਾਬੇ ਗੁਰਦਿੱਤਾ ਜੀ ਉਹਦੇ ਪਹਿਲੇ ਮਹੰਤ ਬਣੇ ਨੇ, ਕਦੇ ਉਹ ਸਿੱਖੀ ਵੱਲ ਪ੍ਰੇਰਿਤ ਹੋਏ, ਮਤਲਬ ਨੀ ਹੈ ਇਹ ਗੱਲ। ਇਸੇ ਤਰ੍ਹਾਂ ਹੀ ਦਲਗੀਰ ਕਹਿੰਦਾ ਜਿਹੜਾ ਗੁਰਬਖਸ਼ ਦਾਸ ਨੂੰ ਬਈ ਉਹ ਉਦਾਸੀ ਨੂੰ ਗੁਰੂ ਸਾਹਿਬ ਟਿੱਬੀ ਤੇ ਲਾ ਕੇ ਸਾਰਾ ਕੁਛ ਪ੍ਰਬੰਧ ਦੇ ਕੇ ਚਲੇ ਗਏ, ਪਰ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਨੂੰ ਨੀ ਮੰਨਦਾ ਦਲਗੀਰ, ਤੇ ਨਾ ਉਹ ਕਹਿੰਦਾ ਬਈ ਇਹ ਜਿਹੜਾ ਗੁਰੂ ਸਾਹਿਬ ਨੇ ਪੰਜਾਂ ਪਿਆਰਾਂ ਨੇ ਅੰਮ੍ਰਿਤ ਛਕਾਇਆ। ਗੱਲ ਇਹ ਹੈ ਹੁਣ ਆ ਪਿਛਲੇ ਦਿਨੀ ਅਕਾਲ ਤਖ਼ਤ ਸਾਹਿਬ ਦੀ ਗੱਲ ਚੱਲੀ, ਉਹ ਕਹਿੰਦਾ ਬਿਲਕੁਲ ਨੀ, ਉਹਦੀ ਸਿੱਖ ਤਵਾਰੀਖ ਦੇ ਦੀ ਕੱਢ ਕੇ ਕਾਪੀ ਗੋਲੀ ਦਿਓਲ ਉਹਨਾਂ ਨੇ ਫੇਸਬੁੱਕ ਤੇ ਪਾਈ ਹੋਈ, ਕਹਿੰਦਾ ਪੜ੍ਹ ਨੂੰ ਲਿਖਿਆ ਹੋਇਆ ਉਹ ਤੇ ਵੀ ਹੱਥੀ ਬਾਬਾ ਬੁੱਢਾ ਜੀ ਨੇ ਨਾਲ ਸੇਵਾ ਕੀਤੀ ਤੇ ਛੇਵੇਂ ਪਾਤਸ਼ਾਹ ਨੇ। ਗੱਲ ਇਹ ਹੈ ਕਹਾਣੀ ਇਹ ਹੈ ਵੀ ਤੁਸੀਂ ਨਹੀਂ ਮੰਨਦੇ ਚੀਜ਼ ਨੂੰ ਨਾ ਮੰਨ, ਪਰ ਜਿਹੜਾ ਮੰਨਦਾ ਉਹਨੂੰ ਇਹ ਨਾ ਕਹੋ ਵੀ ਤੂੰ ਵੀ ਨਾ ਮੰਨ, ਰੌਲਾ ਇੱਥੋਂ ਹੈ। ਦੋਨੇ ਗਰੁੱਪ ਨੇ ਜਿਹੜੇ ਇਹ ਗੱਲ ਠੀਕ ਹੈ ਕਿਤੇ ਰਲਾਵਟ ਹੋ ਗਈ ਬਾਣੀ ਚ ਬੰਦਿਆਂ ਨੇ ਲਿਖੀ ਹੈ ਜਾਂ ਲਿਖਾ ਕੇ ਕੋਈ ਗੜਬੜ ਕਰ ਦਿੱਤੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਅੱਗੇ ਜਦ ਕੋਈ ਵੀ ਕਿਸੇ ਨੇ ਸਿੱਖ ਇਤਿਹਾਸ ਲਿਖਿਆ ਉਹਨੂੰ ਸਹੀ ਕਰ ਲਓ, ਇੱਕ ਧਿਰ ਇਹ ਵੀ ਮੰਨ ਲਓ ਵੀ ਇਹਨੂੰ ਸਹੀ ਕਰ ਲੈਣਾ, ਪਰ ਦੂਜੀ ਧਿਰ ਇਹ ਵੀ ਮੰਨੇ ਨਾ ਬਈ ਹਰ ਇੱਕ ਚੀਜ਼ ਤੇ ਤਰਕ, ਹਰ ਇੱਕ ਚੀਜ਼ ਤੇ ਤਰਕ। ਫਿਰ ਤੁਸੀਂ ਗੁਰੂ ਨੂੰ ਇਨਸਾਨ ਦੇ ਰੂਪ, ਗੁਰੂ ਰਿਫੋਰਮ ਸੀ, ਗੁਰੂ ਸਮਾਜ ਸੁਧਾਰਕ ਸੀ, ਗੁਰੂ ਨੂੰ ਦੈਵੀ ਗੁਰੂ ਤੋਂ ਦੈਵੀ ਗੁਣ ਤੋਂ ਪਰਾਂ ਕਰਕੇ ਇੱਕ ਆਮ ਇਨਸਾਨ ਦੇ ਰੂਪ ਚ ਤੁਸੀਂ ਕਿਵੇਂ ਲੈ ਕੇ ਆ ਸਕਦੇ ਹੋ ਬਈ? ਫਿਰ ਕਲਾ ਧਾਰ ਕੇ ਜਗ ਚ ਕਿਵੇਂ ਆਏ ਨੇ ਉਹ, ਪ੍ਰਗਟੇ ਕਿਵੇਂ ਨੇ? ਫਿਰ ਮਨੁੱਖੀ ਸਰੀਰ ਦੇ ਵਿੱਚ ਸਰਵ ਸ਼ਕਤੀਮਾਨ ਨੇ ਕੋਈ ਰੂਪ ਭੇਜੀ ਜਿਸ ਨੇ ਦੁਨੀਆਂ ਨੂੰ ਸਿੱਧੇ ਰਾਹੇ ਪਾਇਆ। ਗੱਲ ਇਹ ਸੀ ਉਹ ਰਿਫੋਰਮ ਨਹੀਂ ਹੈ, ਉਹ ਮੱਕਾ ਕਿਵੇਂ ਜੀ ਘੁੰਮ ਗਿਆ ਜੀ ਉਹ ਚਿੱਟੇ ਤੇ, ਗੱਲ ਇਹ ਹੈ ਵੀ ਉਹ ਤੁਸੀਂ ਉਹ ਕਰਾਮਾਤ ਦੇ ਵਿੱਚ ਦੈਵੀ ਗੁਣ ਨੂੰ ਨਹੀਂ ਤੁਸੀਂ ਭੁਲਾ ਸਕਦੇ। 25-30 ਸਾਲ 40 ਸਾਲ ਪਹਿਲਾਂ ਪੰਜਾਬ ਦੇ ਵਿੱਚ ਕੀ ਅਸੀਂ ਕਿਵੇਂ ਬਜ਼ੁਰਗ ਆਪਣੇ ਕੰਮ ਕਰਦੇ ਦੇਖੇ, ਹੁਣ ਦੀ ਪੀੜ੍ਹੀ ਸੱਥਰੀ ਨਹੀਂ ਕਣਕ ਦੀ ਵੱਢ ਸਕਦੀ, ਕੀਲਾ ਕੀਲਾ ਵੱਢ ਕੇ ਲੋਕ ਉੱਠਦੇ ਰਹੇ ਨੇ, ਪਾਠੀ ਬੋਲਦੇ ਨਾਲ ਚਲੇ ਜਾਂਦੇ, ਤਾਰਿਆਂ ਦੀ ਲੋਹੇ ਘਰੇ ਆਉਂਦੇ ਰਹੇ, ਹੁਣ ਕਰਦਾ ਕੋਈ? ਕਿੱਡੀ ਕਿੱਡੀ ਦੂਰ ਤੱਕ ਪੈਦਲ ਜਾਂਦੇ ਨੇ, ਕੋਈ ਸਾਈਕਲ ਤੇ ਨੀ, ਹੁਣ ਸਾਈਕਲ ਨੀ ਸਕੂਟਰ ਤੇ ਜਾਂਦੇ ਲੋਕ। ਮੇਰੇ ਖਿਆਲ ਇਹਦੀ ਇੱਕ ਜਗ੍ਹਾ ਹੈ, ਪਰ ਇਸ ਨੂੰ ਇੱਕ ਸ਼ਰਧਾ ਨੂੰ ਅੰਨੀ ਵੀ ਨਹੀਂ ਵਜੇ। ਹੁਣ ਮੈਨੂੰ ਪਤਾ ਵੀ ਮੈਨੂੰ ਕਾਹਦੀ ਚੀਜ਼ ਨੂੰ ਮੇਰੇ ਤੋਂ ਮੱਥਾ ਟਿਕਾਉਂਦੇ ਨੇ, ਮੈਨੂੰ ਪਤਾ ਹੋਣਾ ਚਾਹੀਦਾ ਮੈਂ ਸਿਰ ਕਿੱਥੇ ਆਪਣਾ ਨਿਮਾਉਣਾ। ਇਹ ਜਿਹੜਾ ਸੰਕਟ ਹੈ ਇੱਕ ਕਿਸਮ ਦਾ, ਇਹ ਸੰਕਟ ਗੰਭੀਰ ਨਾ ਹੋਵੇ, ਲੋਕ ਵੀ ਸਿਆਣੇ ਹੋਣ। ਹੁਣ ਦੇਖਿਓ ਤੁਸੀਂ ਕਿਵੇਂ ਨਿਕਲਣੇ ਨੇ, ਉਹਨੇ ਇਹ ਕਹਿਤਾ, ਉਹਨੇ ਆਹ ਕਹਿਤਾ, ਉਹਨੇ ਇਹ ਕਹਿਤਾ, ਉਹਨੇ ਉਹ ਕਹਿਤਾ। ਕਾਰਨ ਇਹ ਹੈ ਬਈ ਦੋ ਬੰਦੇ ਦੋ ਧਿਰਾਂ ਕਿਤੇ ਸਾਡੇ ਸੰਪੂਰਨ ਖਾਲਸਾ ਪੰਥ ਥੋੜਾ,
ਤੁਸੀਂ ਦੋ ਦੋ ਘੰਟੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਹੋ, ਇੱਕ ਬਾਜੇ ਤੇ ਬੈਠਾ ਕੱਢਦਾ, ਇੱਕ ਊਂ ਕਹਿੰਦਾ ਵੀ ਤੈਨੂੰ ਅਸੀਂ ਠੋਕਾਂ ਨੂੰ ਵੜ ਦਿਆਂਗੇ, ਟੁੱਕ ਦਿਆਂਗੇ, ਇੱਕ ਦੀਵਾਨ ਲਾਉਂਦਾ ਜੈਡ ਸਿਕਿਉਰਿਟੀ ਲੈ ਕੇ, ਦੱਸੋ ਇਹ ਦੀਵਾਨ ਕਿਹੜਾ ਹੋਇਆ? ਦੂਜੇ ਬਾਹਰਲੇ ਬੰਨੇ ਕਿਰਪਾਨਾਂ ਲਈ ਫਿਰਦੇ ਆ, ਕਮਾਲ ਹੋ ਗਈ ਯਾਰ। ਰੱਬ ਦੇ ਧਰਮ ਦੇ ਨਾਂ ਤੇ ਤੁਸੀਂ ਕਰਨ ਕੀ ਲੱਗੇ ਹੋਏ? ਗੱਲ ਇਹ ਆ, ਗੁਰਮੁਖ ਬੈਠ ਕੇ ਬੈਠਣ ਨੂੰ ਸਫਾ ਵਿਸਾ ਕੇ ਸੰਵਾਦ ਦੀ ਗੱਲ ਕੀਤੀ, ਧੱਕੇ ਦੀ ਗੱਲ ਕਿੱਥੋਂ ਆ ਗਈ ਇਹਦੇ ਚ? ਮਾਰਨ ਦੇ ਜਿਹੜੇ ਧਮਕੀਆਂ ਦੇਣੀਆਂ ਉਹ ਅੱਤ ਮਾੜੀਆਂ ਨੇ, ਦੂਜੇ ਨੇ ਮਰਨ ਤੋਂ ਡਰਦੇ ਲਈ 100 ਬੰਦਾ ਨਾਲ ਗੰਨਮੈਨ ਰੱਖ ਲਿਆ, ਤੇ ਉਹ ਧਰਮ ਦੀ ਕਿਹੜੀ ਗੱਲ? ਉੱਥੇ ਤੁਸੀਂ ਕੀ ਕਰਦੇ ਫਿਰਦੇ ਹੋ? ਤੁਸੀਂ ਕੀ ਸਾਂਭਣਾ, ਕੀ ਲੋਕਾਂ ਨੂੰ ਦਿਖਾ ਕੀ ਰਹੇ ਹੋ? ਵਪਾਰਕ ਸੰਦੇਸ਼ ਆਉਂਦੇ ਆ ਮੁੜ ਕੇ। ਅੱਜ ਵਿਸ਼ਾ ਮੈਂ ਇੱਕ ਹੋਰ ਵੀ ਛੂਹਣਾ ਸੀ, ਪਰ ਅੱਜ ਰੇਡੀਓ ਡੇ ਆ, ਵਰਲਡ ਰੇਡੀਓ ਡੇ, ਉਹਦੇ ਲਈ ਗੱਲ ਕਰਨੀ ਚਾਹੁੰਦੇ ਹਾਂ ਵੀ ਰੇਡੀਓ ਜਿਹੜਾ ਉਹਦੇ ਬਾਰੇ ਵੀ ਕੁਛ ਗੱਲ ਕਰਨੀ ਚਾਹੁੰਦੇ। ਅੱਜ ਵਰਲਡ ਰੇਡੀਓ ਡੇ ਆ, ਉਸ ਦੀ ਗੱਲ 13 ਫਰਵਰੀ ਨੂੰ ਹੁੰਦਾ ਵਰਲਡ ਰੇਡੀਓ ਡੇ ਆ ਜੀ ਅੱਜ। ਉਦੋਂ ਪਹਿਲਾਂ ਜਿਹੜੀ ਮੈਂ ਇੱਕ ਵਿਸ਼ਾ ਪਹਿਲਾਂ ਤੁਹਾਡੇ ਨਾਲ ਛੂਹਣਾ ਸੀ, ਅਸਲ ਪਿਛਲੇ ਦਿਨੀ ਇੱਕ ਨੈੱਟਫਲਿਕਸ ਤੇ ਨਾ ਜੀ ਮੂਵੀ ਵੇਖਣ ਦਾ ਸਮਾਂ ਮਿਲਿਆ, ਉਹਦਾ ਨਾਂ ਹੈ ਟ੍ਰਿਪਲ ਫਰੰਟੀਅਰ। ਟ੍ਰਿਪਲ ਫਰੰਟੀਅਰ ਦੇ ਵਿੱਚ ਜਿਹੜੇ ਵਧੀਆ ਜਿਹੜੇ ਹਾਲੀਵੁੱਡ ਸਟਾਰ ਉਹਨਾਂ ਨੇ ਕੰਮ ਕੀਤਾ, ਵੈਨ ਐਫਲਿਕ ਨੇ, ਆਸਕਰ ਇਸਾਕ ਨੇ, ਚਾਰਲੀ ਹਨੈਮਨ ਨੇ, ਤੇ ਇਹ ਕੀ ਹੈ ਮਤਲਬ ਇਹਨੂੰ ਇਹਦੇ ਤੋਂ ਇਹਨੂੰ ਫਿਲਮ ਦੇ ਰੂਪ ਦੇ ਵਿੱਚ ਤੁਸੀਂ ਨੈੱਟਫਲਿਕਸ ਦੀ ਹੈ ਇਹ ਟ੍ਰਿਪਲ ਫਰੰਟੀਅਰ ਵੇਖਿਓ। ਡੈਲਟਾ ਫੋਰਸ ਦੇ ਇਹ 4-5 ਸਿਪਾਹੀ ਨੇ, ਬਹੁਤ ਜ਼ਿਆਦਾ ਅਲੀਟ ਫੋਰਸ ਦੇ ਵਿੱਚ ਟ੍ਰੇਨ ਕੀਤੇ ਨੇ। ਲੈਟਿਨ ਅਮੈਰੀਕਨ ਇੱਕ ਕੰਟਰੀ ਦੇ ਵਿੱਚ ਡਰੱਗ ਲਾਰਡ ਨੂੰ ਉਹ ਕਹਿੰਦੇ ਵੀ ਉਹਦੇ ਕੋਲ ਬੜਾ ਪੈਸਾ ਯਾਰ, ਕਿੰਨਾ ਚਿਰ ਆਪਾਂ ਕਰਦੇ ਫਿਰਦੇ ਰਹਾਂਗੇ, ਹਰਾਮ ਦੇ ਉਹਦੇ ਪੈਸੇ ਨੇ ਲਿਆਈਏ ਲੁੱਟ ਕੇ। ਕਿਸੇ ਨੇ ਦੱਸ ਦਿੱਤਾ, ਕਹਿੰਦੇ ਮੈਂ ਸਮਝਾ ਦੂੰਗੀ, ਮੈਂ ਜਾਣੀ ਹਾਂ ਉੱਥੇ ਵੀ ਮੈਨੂੰ, ਪਰ ਮੇਰੇ ਇਸ ਦੇਸ਼ ਚੋਂ ਪਰਾਂ ਲੈ ਜਿਓ। $75 million ਕਹਿੰਦੇ ਉੱਥੇ ਪਿਆ, ਉਹਨਾਂ ਨੇ ਪਲਾਨ ਕਰ ਲਿਆ ਵੀ ਕਿਸ ਤਰ੍ਹਾਂ ਉਹਦੇ ਸੇਫ ਹਾਊਸ ਚ ਵੜਨਾ, ਉਹਨੂੰ ਕੰਧਾਂ ਪਾੜੀਆਂ। 75 million ਦੀ ਜਗ੍ਹਾ ਉੱਥੇ 200 million ਮਿਲ ਗਿਆ, 200 million ਉੱਥੋਂ। ਫਿਰ ਉਹਨਾਂ ਨੇ ਉਸ ਦੇਸ਼ ਦੀ ਸਰਹੱਦ ਟੱਪਣੀ ਸੀ, ਉਹ ਗਾਂ ਇੱਕ ਹੈਲੀਕਾਪਟਰ ਖਰੀਦ ਲਿਆ ਤੇ ਉਹ ਸਾਰੇ 200 million ਲੈ ਕੇ ਉੱਥੋਂ ਆ ਗਏ। ਉਹਦੇ ਵਿੱਚ ਇੱਕ ਗੋਲੀ ਵੀ ਲੱਗ ਗਈ। ਕੁਛ ਸਮੇਂ ਚ ਉਹਨਾਂ ਨੇ ਮੁੜਨਾ ਸੀ, ਪਰ ਲਾਲਚ ਕਰਕੇ ਵੀ ਹੋਰ ਲੈ ਜਾਈਏ ਹੋਰ ਲੈ ਜਾਈਏ, ਜਦ ਨੂੰ ਉਹਦੇ ਗਾਰਡ ਆ ਗਏ ਉਹਨਾਂ ਨੇ ਗੋਲੀ ਮਾਰਤੀ, ਇੱਕ ਦੇ ਜਣੇ ਤੇ ਗੋਲੀ ਲਾ। ਸੋ ਵਾਪਸ ਆ ਕੇ ਚੋਪਰ ਤੋਂ ਹੈਲੀਕਾਪਟਰ ਤੇ ਚੜ ਜਾਂਦੇ ਆ। ਹੈਲੀਕਾਪਟਰ ਜਾਂ ਦੇਸ਼ ਦੀ ਸਰਹੱਦ ਤੋਂ ਬਾਹਰ ਜਾਣਾ ਹੁੰਦਾ ਤੇ ਬਹੁਤ ਵੱਡੀ ਇੱਕ ਚੋਟੀ ਦੇ ਉੱਪਰ ਦੀ ਲੰਘਣਾ ਹੁੰਦਾ, ਉਹਨੇ ਵੈਲੀ ਚ ਜਾਂਦਾ ਰਹਿੰਦਾ। ਜਦ ਉਹ ਚੋਟੀ ਤੇ ਚੜ੍ਹਨ ਲੱਗਦਾ ਹੈਲੀਕਾਪਟਰ, ਚੜ੍ਹਨ ਉਹ ਸਮਰੱਥ ਹੋ ਜਾਂਦਾ, ਵਜ਼ਨ ਵੱਧ ਸੀ। ਅਖੀਰ $200 million ਜਿਹੜਾ ਜਾਲ ਨਾਲ ਥੱਲੇ ਬੰਨਿਆ ਹੁੰਦਾ ਹੈਲੀਕਾਪਟਰ ਦੇ, ਛੱਡ ਦਿੰਦੇ ਸਿੜ ਦਿੰਦੇ, ਜਹਾਜ਼ ਵੀ ਹੈਲੀਕਾਪਟਰ ਵੀ ਕਰੈਸ਼ ਹੋ ਜਾਂਦਾ। ਵੈਲੀ ਹੈ ਇੱਕ ਵਾਦੀ ਦੇ ਵਿੱਚ, ਵਾਦੀ ਚ ਮੂਲ ਵਾਸੀ ਲੋਕ ਨੇ, ਇਹ ਉੱਪਰੋਂ ਉਤਰਦੇ ਨੇ ਮੂਲ ਵਾਸੀ ਆ ਕੇ ਉਹ ਜਾਲ ਨੂੰ ਜਿਹਦੇ ਚ $200 million ਹੈ ਉਹਨੂੰ ਪੈਂਦੇ ਨੇ, ਗੋਲੀਆਂ ਚਲਾ ਦਿੰਦੇ ਨੇ, 4-5 ਜਣੇ ਮੂਲ ਵਾਸੀ ਮਰ ਜਾਂਦੇ ਆ। ਬਾਅਦ ਚ ਉਹ ਮੂਲ ਵਾਸੀਆਂ ਦੇ ਚੀਫ ਨੂੰ ਉਹਦੇ ਚੋਂ ਉਹ $5 million ਦੇ ਦਿੰਦੇ ਵੀ ਆਹ ਜਿਹੜੇ ਮਰ ਗਏ ਗਲਤੀ ਹੈ ਸਾਨੂੰ, ਨਾਲ ਸਾਨੂੰ 7-8 ਖੱਚਰਾਂ ਦੇ ਦੇ। ਖੱਚਰਾਂ ਤੇ ਉਹ ਲੱਦ ਕੇ ਉੱਥੋਂ ਤੁਰ ਪੈਂਦੇ ਨੇ। ਬਹੁਤ ਵਿਖਮ ਪਿੰਡਾਂ ਵਿੱਚ ਪਾਣੀ ਹੈ, ਪਹਾੜੀ ਢਲਾਣਾਂ ਨੇ, ਫਿਲਮ ਬਣਾਈ ਆ ਪੂਰੀ। ਤੇ ਜਿਨ੍ਹਾਂ ਦੇ ਮਰੇ ਨੇ ਉਹਨਾਂ ਦੇ ਜਵਾਕ ਪਿੱਛੇ ਆ ਜਾਂਦੇ ਨੇ ਉਹਨਾਂ, ਪਹਿਲਾਂ ਰਾਹ ਦੇ ਵਿੱਚ ਇੱਕ ਖੱਚਰ ਡਿੱਗ ਜਾਂਦੀ ਹੈ, ਉਹਦੇ ਵਿੱਚੋਂ 25-30 million ਸਣੇ ਥੱਲੇ ਡਿੱਗ ਪੈਂਦਾ, ਬਾਕੀ ਖੱਚਰਾਂ ਲੈ ਕੇ ਤੁਰਦੇ ਰਹਿੰਦੇ ਆ। ਪਿੱਛੋਂ ਆ ਕੇ ਉਹ ਜਦ ਫਾਇਰ ਕਰਦੇ ਨੇ ਪਹਾੜਾਂ ਦੇ ਚਟਾਨਾਂ ਦੇ ਓਹਲੇ, ਇੱਕ ਬੰਦਾ ਮਰ ਜਾਂਦਾ। ਜਦ ਬੰਦਾ ਮਰ ਜਾਂਦਾ ਹੈ, ਹੁਣ ਉਹਨੂੰ ਵੀ ਨਾਲ ਲੈ ਕੇ ਚੱਲਣਾ, ਉਹਨੂੰ ਨਾਲ ਲੈ ਕੇ ਚੱਲਣਾ ਗਾਂ ਪਾਣੀ ਦੇ ਕੰਢੇ, ਕਿਸੇ ਨੂੰ ਸੱਦਿਆ ਹੋਇਆ ਵੀ ਤੂੰ ਉੱਥੇ ਬੋਟ ਲੈ ਕੇ ਆਉਣਾ, ਉੱਥੋਂ ਫਿਰ ਅਸੀਂ ਬੋਟ ਦੇ ਵਿੱਚ ਬੈਠ ਕੇ ਆਪਾਂ ਅੱਗੇ ਚੱਲਣਾ। ਹੁਣ ਉਹ ਡੈਡ ਬਾਡੀ ਚੱਕਣੀ ਹੈ, ਨਾਲ ਜਿਹੜਾ ਉੱਥੇ ਖੱਚਰਾਂ ਇੱਕ ਲੈਵਲ ਤੱਕ ਜਾਣਾ, ਉੱਥੋਂ ਗਾਹਾਂ ਪੈਦਲ ਜਾਣਾ ਪਹਾੜੀ ਰਸਤਾ। ਉਹ ਕਹਿੰਦੇ ਹੁਣ ਸਰੀਰ ਛੱਡੀਏ ਕਿ ਨੋਟ ਛੱਡੀਏ, ਲੜਾਈ ਹੋਣ ਦੀ ਆਸ। ਉਹ ਕਹਿੰਦੇ ਨੋਟ ਛੱਡ ਦੋ, ਬਾਕੀ ਥੱਲੇ ਪਾਣੀ ਚ ਬੰਦਾ ਲੈ ਕੇ ਜਾਣਾ, ਨਾਲ ਦੋਸਤ ਆ ਸਾਡਾ ਇਹ। ਨਾਲ ਜਿਹੜਾ ਮਰਿਆ ਬੰਦਾ ਹੈ ਉਹਦੀ ਬਾਡੀ ਚੱਕ ਲੈਂਦੇ ਨੇ, ਫਿਰ ਉਹਦੀ ਬੰਦੇ ਦੀ ਵੇਟ ਦੀ ਬਾਡੀ ਦੇ ਜਿਹੜੇ ਨੇ ਉਹ ਨੋਟ ਸਿੱਟਣੇ ਪੈਣੇ ਸੀ, ਚੱਕ ਨਹੀਂ ਸੀ ਹੋਣੇ, ਇਨਸਾਨ ਨਾਲ ਨਹੀਂ ਹੁਣ ਲੈ ਕੇ ਜਾਣੇ ਚੱਕ ਕੇ। ਤੇ ਗਾਂਹ ਜਦ ਜਾਂਦੇ ਨੇ ਜਿੱਥੇ ਪਾਣੀ
ਦੇ ਵਿੱਚ ਵੋਟ ਖੜੀ ਆ, ਉੱਥੇ ਕੰਢੇ ਤੇ ਮਲੇਸ਼ੀਆ ਗਰੁੱਪ ਦੇ ਬੰਦੇ ਪਾਰਟੀ ਕਰਦੇ ਆ, ਉੱਥੇ ਲੜਾਈ ਹੋ ਪੈਂਦੀ ਹੈ ਤੇ ਉਹਦੇ ਬਾਅਦ ਵੋਟ ਚ ਜਾਂਦੇ ਨੇ। ਡਾਲਰ 5 ਮਿਲੀਅਨ ਰਹਿ ਜਾਂਦਾ ਕੋਲ, 200 ਮਿਲੀਅਨ, 5 ਮਿਲੀਅਨ ਤੇ ਅਖੀਰ ਚ ਪੰਜ ਜਣੇ ਨੇ, ਪੰਜਾਂ ਦੇ ਵਿੱਚੋਂ ਚਾਰ ਕਹਿੰਦੇ ਵੀ ਨੋ ਅਸੀਂ ਤਾਂ ਨੀ ਲੈਣੇ, ਅਸੀਂ ਤਾਂ ਜਿਹੜਾ ਸਾਡਾ ਦੋਸਤ ਮਰ ਗਿਆ ਇਹਦੇ ਪਰਿਵਾਰ ਨੂੰ ਦੇਣੇ ਨੇ, ਦਸਤਖਤ ਕਰੋ। ਅਖੀਰ ਚ ਵੈਨ ਐਫਲੈਕ ਰਹਿ ਜਾਂਦਾ, ਉਹਦੇ ਕੋਲ $1 ਮਿਲੀਅਨ ਹੈ ਤੇ ਬਾਕੀ ਬੰਦੇ ਸਭ ਕੁਛ ਛੱਡ ਜਾਂਦੇ ਨੇ। ਉਹ ਫਿਲਮ ਨੂੰ ਵੇਖ ਕੇ ਤੁਸੀਂ ਵੀ ਵੇਖੋ, ਟ੍ਰਿਪਲ ਫਰੰਟੀਅਰ ਇਹਦਾ ਨਾਂ, ਐਡੀ ਉਹ ਇੱਕ ਸੁਨੇਹਾ ਇਸ ਹਾਲੀਵੁੱਡ ਦੀ ਮੂਵੀ ਨੈਟਫਲਿਕਸ ਦੀ ਮੂਵੀ ਦੇ ਵਿੱਚ, ਨੈਟਫਲਿਕਸ ਨੇ ਇਸ ਨੂੰ ਬਣਾਇਆ। ਹੈਰਾਨੀ ਹੋ ਗਈ ਵੀ ਇਨਸਾਨ ਜੇ ਉਹਨੂੰ ਤੁਸੀਂ ਜ਼ਿੰਦਗੀ ਤੇ ਲਾਓ, ਉਹ ਜ਼ਿੰਦਗੀ ਦੇ ਨਾਲ ਘੁੰਮਦੀ ਆ, ਦਿਨ ਰਾਤ ਅਸੀਂ ਭੱਜੇ ਫਿਰਦੇ ਹਾਂ ਦਿਨ ਰਾਤ, ਹਾਏ ਓਏ ਇੱਥੋਂ ਇਹਨੂੰ ਸਿੱਟ ਲਾ, ਇਹਨੂੰ ਪੱਟ ਲਾ, ਇਹਦਾ ਲੈ ਜਾ, ਉਹਦਾ ਲੈ ਜਾ। ਦੇਖੋ ਫੇਰ ਇਸ ਨੂੰ ਮੈਂ ਇਹਨੂੰ ਕਲੀਅਰ ਕਰਾਂ, ਲਾਲਚ ਤੇ ਹੱਕ ਦੋ ਚੀਜ਼ਾਂ ਨੇ, ਲਾਲਚ ਪੈਣਾ ਨੀ, ਹੱਕ ਛੱਡਣਾ ਨੀ। ਇਸੇ ਤਰ੍ਹਾਂ ਹੀ ਕਿਸੇ ਦਾ ਹੱਕ ਦੱਬਣਾ ਨੀ, ਪਰ ਲਾਲਚ ਮੂਹਰਲੇ ਨੂੰ ਕਰਨ ਨੀ ਦੇਣਾ, ਧੱਕਾ ਨੀ ਕਰਨ ਦੇਣਾ। ਜੇ ਕੋਈ ਧੱਕੇ ਨਾਲ ਤੁਹਾਨੂੰ ਵੱਧ ਲੈ ਕੇ ਜਾਂਦਾ ਉਹ ਵੀ ਗਲਤ ਹੈ, ਜੇ ਕਿਸੇ ਦਾ ਹੱਕ ਨੀ ਦਿੰਦਾ ਉਹ ਵੀ ਗਲਤ ਹੈ। ਕਨਫਲਿਕਟ ਦੇ ਕੋਈ ਨਾ ਕੋਈ ਕਾਰਨ ਹੁੰਦੇ ਨੇ, ਕਿਉਂਕਿ ਹੁਣ ਇਸ ਨੂੰ ਆਪਾਂ ਨਿੱਜੀ ਜ਼ਿੰਦਗੀ ਚ ਵੀ ਲਿਆਉਣਾ, ਬਾਹਰ ਤੁਰਦੇ ਫਿਰਦਿਆਂ ਦੇ ਆਪਣੇ ਪੈਸਿਆਂ ਦੇ ਮਾਮਲੇ ਚ ਬਹੁਤ ਕਨਫਲਿਕਟ ਨੇ, ਕਮਿਊਨਿਟੀ ਦੇ ਵਿੱਚ ਵੀ, ਆਪਣੇ ਵੀ ਨੇ, ਪਰ ਉਸ ਨੂੰ ਫੇਰ ਵੀ ਸੱਚ ਤੇ ਖੜ ਕੇ ਸੋਲਵ ਕਰਨਾ ਹੁਣ ਵੀ ਅਸਲ ਕਹਾਣੀ ਕੀ ਹੈ। ਤੇ ਇੱਕ ਜਿਹੜਾ ਇਹਦੇ ਪਿੱਛੇ ਤੁਰ ਕੇ ਜਿਹੜਾ ਦਮ ਤੜਵਾਉਣਾ, ਜੇ ਇਸ ਨੂੰ 2 ਘੰਟੇ ਨੂੰ ਵੇਖੀਏ ਵੀ ਉਹ ਇੰਨੇ ਔਖਾ ਸਮਾਂ ਐਡਾ ਕਲਾਈਮੈਕਸ ਲੈ ਆਉਂਦਾ, ਹੈਲੀਕਾਪਟਰ ਚੜ ਰਿਹਾ, ਹੈਲੀਕਾਪਟਰ ਦੇ ਥੱਲੇ 200 ਮਿਲੀਅਨ ਲੰਕਦਾ ਬੰਦੇ ਵਿੱਚ ਬੈਠੇ। ਪਹਿਲਾਂ ਵੇਟ ਦੀ ਗੱਲ, ਵੇਟ ਕੈਲਕੂਲੇਟ ਹੁੰਦੇ ਨੇ, ਉਹ ਕਹਿੰਦਾ ਤੂੰ ਤਾਂ 75 ਮਿਲੀਅਨ ਲਿਆਉਣਾ ਯਾਰ, ਤੁਸੀਂ ਤਾਂ ਲੈ ਆਏ ਤਾਂ 125 ਮਿਲੀਅਨ ਨਾਲ ਹੋਰ ਵਜਨ ਵੱਧ ਗਿਆ, ਇਹ ਤਾਂ ਬਹੁਤ ਔਖਾ ਹੋ ਜੂ, ਤਾਂ ਗੜਬੜ ਹੋ ਜੂ। ਪਾਇਲਟ ਕਹਿੰਦਾ ਇਹਨੇ ਨੀ ਲਿਜਾਣਾ, ਉਹ ਕਹਿੰਦਾ ਟਰਾਈ ਤਾਂ ਕਰੀਏ। ਜਦ ਆਖਰੀ ਚੋਟੀ ਉਹ ਸਰ ਕਰਨ ਲੱਗਦਾ, ਉਹ ਕਹਿੰਦਾ ਸਿੱਟੋ ਸਿੱਟੋ, ਵਿੱਚੋਂ ਕੱਢ ਕੇ ਸਿੱਟੋ, ਵਿੱਚ ਵੀ ਲੱਦੇ ਹੋਏ ਸੀ, ਸਿੱਟ ਦੋ ਛੇਤੀ, ਥੱਲੇ ਉੱਪਰੋਂ ਨੋਟਾਂ ਦੇ ਉਹ ਬੈਗ ਬੜੇ ਭਰੇ ਹੋਏ ਸਿੱਟਦੇ ਨੇ। ਕਹਿੰਦਾ ਫੇਰ ਲਿਫਟ ਕਰ ਦੂ, ਪਰ ਨਹੀਂ ਲਿਫਟ ਕਰਦਾ, ਅਖੀਰ ਧੂੰਆਂ ਛੱਡ ਕੇ ਡਿੱਗ ਪੈ। ਉਹ ਕਹਿੰਦੇ ਮਰ ਜਾਂਗੇ ਛੇਤੀ, ਨੋਟਾਂ ਵਾਲਾ ਬੈਗ ਥੱਲੇ ਜਿਹੜਾ ਜਾਲ ਸਿੱਟ ਦੋ, ਜਹਾਜ਼ ਕਰੈਸ਼ ਹੋ ਰਿਹਾ। ਇੱਕ ਬੰਦਾ ਉਹ ਕਹਿੰਦੇ ਨਾ ਨੀ, ਉਹ ਕਹਿੰਦਾ ਮਰ ਜਾਂਗੇ ਕੀ ਕਰਾਂਗੇ ਨੋਟ। ਅਖੀਰ ਉਹ ਜਾਲ ਛੱਡ ਦਿੰਦਾ, ਜਾਲਾਂ ਤੇ ਗਾਹਾਂ ਇੰਡੀਜਨਸ ਲੋਕ ਪੈ ਜਾਂਦੇ ਨੇ, ਉੱਥੇ ਲੜਾਈ ਹੁੰਦੀ ਆ, ਫਿਰ ਉੱਥੋਂ ਸਿਰ ਤੇ, ਨਹੀਂ ਤਾਂ ਹੈਲੀਕਾਪਟਰ ਜਾ ਕੇ ਉਤਰਨਾ ਸੀ, ਮੂਹਰੇ ਬੋਟ ਖੜੀ ਸੀ, ਬੋਟ ਚ ਲੱਦਣੇ ਸੀ ਤੇ ਜਾ ਕੇ ਇੱਕ ਸਾਂਝੇ ਕਿਸੇ ਦੂਜੇ ਦੇਸ਼ ਚ ਜਾ ਕੇ ਕਿਸੇ ਵਕੀਲ ਨਾਲ ਗੱਲ ਕੀਤੀ, ਉੱਥੋਂ ਇੰਟਰਸਟ ਚ ਜਾ ਕੇ ਚੱਕ ਕੇ ਪੈਸੇ ਜ਼ਿੰਦਗੀ ਜਿਉਣੀ ਸੀ। ਇਸ ਤਰ੍ਹਾਂ ਹੀ ਬੰਦਾ ਜਦ ਇਹਦੇ ਲਈ ਭੱਜਿਆ ਫਿਰਦਾ, ਇਸ ਤਰ੍ਹਾਂ ਹੀ ਸੋਚਦਾ, ਆਹ ਬਣ ਗਿਆ, ਆਹ ਆਹ ਬਣ ਗਿਆ, ਆਹ ਆਹ ਬਣ ਗਿਆ, ਆਹ। ਸਮਰੱਥ ਰਾਮ ਦਾ ਨਾਲ ਜਾਂ ਸ਼੍ਰੀਨਗਰ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਿਲਦੇ ਨੇ, ਕਹਿੰਦੇ ਸਮਰੱਥ ਰਾਮਦਾਸ ਇੱਕ ਸੰਤ ਹੋਇਆ, ਉਹ ਪੂਰੀ ਮੈਂ ਗੱਲ ਭੁੱਲ ਗਿਆ ਵੀ ਜਿਹੜੀ ਦੌਲਤ ਹੈ ਉਹ ਗੁਜ਼ਾਰੇ ਲਈ ਹੈ, ਤੇ ਉਹ ਸ਼੍ਰੀਨਗਰ ਉਹ ਆ ਜਿਹੜਾ ਰਿਸ਼ੀਕੇਸ਼ ਤੋਂ ਉੱਪਰ ਜਦ ਹੁਣ ਹੇਮਕੁੰਟ ਨੂੰ ਜਾਂਦੇ ਨੇ ਸਿੱਖ ਦੇਖਣ ਪਏ, ਗੁਰੂ ਨੇ ਪਿੱਛੇ ਭਗਤੀ ਕੀਤੀ ਆ, ਉਹਦੇ ਰਾਹ ਚ ਪੈਂਦਾ ਅੱਧ ਚ ਜੋਸ਼ੀ ਮਠ ਤੇ ਸ਼੍ਰੀਨਗਰ ਆਪਣੇ ਰਿਸ਼ੀਕੇਸ਼ ਦੇ ਸੈਂਟਰ ਚ ਸ਼੍ਰੀਨਗਰ ਪੈਂਦਾ, ਤੇ ਉੱਥੇ ਸਮਰੱਥ ਰਾਮਦਾਸ ਨੇ ਇਹ ਗੱਲ ਗੁਰੂ ਛੇਵੇਂ ਪਾਤਸ਼ਾਹ ਨੂੰ ਕੀਤੀ ਵੀ ਗੁਰੂ ਨਾਨਕ ਪਾਤਸ਼ਾਹ ਤਾਂ ਇਸ ਤਰ੍ਹਾਂ ਨਹੀਂ ਸੀ ਰਹਿੰਦੇ ਜਿਸ ਤਰ੍ਹਾਂ ਤੁਸੀਂ ਫਿਰਦੇ ਹੋ, ਘੋੜੇ ਤੇ ਚੜਿਆ, ਸ੍ਰੀ ਸਰਮਾ ਪੈਣੀ ਹੈ ਤੇ ਸਿਰ ਤੇ ਕਲੰਗੀ ਹੈ, ਨਾਲ ਬਾਜ ਹੈ, ਇਹ ਕੀ? ਉਹ ਗੁਰੂ ਸਾਹਿਬ ਨੇ ਉਹ ਸ਼ਬਦਾਂ ਚ ਉਹਨੂੰ ਕਿਹਾ ਸੀ ਜਿਹੜੀ ਜੁਰਮਾਣੇ ਦੀ ਪੱਛਿਆ, ਇਸ ਤਰ੍ਹਾਂ ਦੇ, ਮੈਂ ਪੂਰੀ ਗੱਲ ਮੈਂ ਸੋਰੀ ਭੁੱਲ ਗਿਆ, ਤੇ ਦੌਲਤ ਗੁਜਰਾਨ ਦੀ ਗੱਲ ਉਹ ਚ ਕੀਤੀ ਸੀ। ਅਸਲ ਕਹਾਣੀ ਧਰਮ ਦੀ ਗੱਲ ਮੇਰੇ ਯਾਦ ਆ ਜਾਂਦੀ ਹੈ ਵਿੱਚ ਕਿਤੇ ਨਾ ਕਿਤੇ, ਪਰ ਮੈਂ ਗੱਲ ਇਹ ਕਹਾਂ ਵੀ ਤੁਹਾਨੂੰ ਜ਼ਰੂਰਤ ਲਈ ਜਿੰਨੀ ਚਾਹੀਦੀ ਆ ਉਹਦੇ ਲਈ ਕੰਮ ਕਰਨਾ, ਪਰ ਇਹਦੇ ਲਈ ਨਹੀਂ ਕੰਮ ਕਰਨਾ, ਕੰਮ ਓਨਾ ਕਰਨਾ ਕਿ ਜ਼ਿੰਦਗੀ ਜਿਉਣ ਲਈ ਚਾਹੀਦੀ, ਜਿਸ ਤਰ੍ਹਾਂ ਜਿਉਣ ਦੇ ਲਈ ਰੋਟੀ ਖਾਣੀ ਆ, ਨਾ ਕਿ ਰੋਟੀ ਖਾਣ ਲਈ ਜਿਉਣਾ, ਇਹ ਫਰਕ ਹੈ। ਔਰ ਇਹਨੇ ਬੰਦੇ ਦਮੋਂ ਕੱਢੇ ਪਏ ਆ ਹੁਣ ਕਮਾਈ ਦੇ, ਸਵੇਰ ਤੋਂ ਲੈ ਕੇ ਆਥਣ ਤੱਕ, 6 ਵਜੇ 5 ਵਜੇ ਤੋਂ ਖੜਕਦੇ ਫੋਨ 10 ਵਜੇ ਤੱਕ, ਇਹੀ ਗੱਲਾਂ ਹੁੰਦੀਆਂ। ਅੱਛਾ ਕਿਵੇਂ ਆ, ਨਵੀਂ ਆਹ ਕਰ ਫਿਰ, ਅੱਛਾ ਕਿਵੇਂ ਕਰੀਏ ਫਿਰ ਆਹ ਕਰ। ਮੇਰੇ ਖਿਆਲ ਸਿੱਧਾ ਆਪਾਂ ਜ਼ਿੰਦਗੀ ਨੂੰ ਰੱਖੀਏ। ਇੱਕ ਇਹ ਮੈਂ ਕਹੂੰਗਾ, ਵੇਖਿਓ ਮੂਵੀ ਟ੍ਰਿਪਲ ਫਰੰਟੀਅਰ ਹੈ, ਉਹ ਬਹੁਤ ਕੁਛ ਸੇਧ ਦਿੰਦੀ ਹੈ ਜ਼ਿੰਦਗੀ ਚ। ਅੰਗਰੇਜ਼ੀ ਚ ਹੈ, ਆਪਾਂ ਨੂੰ ਘੱਟ ਸਮਝ ਆਉਂਦੀ ਹੈ, ਪਰ ਮੂਰਤਾਂ ਨਾਲ ਦੇਖ ਕੇ ਆਪਾਂ ਨੂੰ ਪਤਾ ਲੱਗ ਜੂ ਕੀ ਹੋ ਰਿਹਾ। ਵਰਲਡ ਰੇਡੀਓ ਡੇ ਅੱਜ ਹੈ,
ਤੇ ਰੇਡੀਓ ਦਾ ਜਿਹੜਾ ਸਾਡੀ ਇੱਥੇ ਦੀ ਜ਼ਿੰਦਗੀ ਚ ਬੜਾ ਸਥਾਨ ਹੈ। ਇੱਕ ਮੈਨੂੰ ਪਤਾ ਜਦ ਮੈਂ 1998 ਚ ਇੱਥੇ ਆਇਆ ਤਾਂ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਰੇਡੀਓ ਸੀ, ਤੇ ਜਾਂ ਪੰਜਾਬ ਚ ਜਾ ਕੇ ਫਿਰ ਗੱਲਾਂ ਕਰਦੇ, ਦੋ ਚਾਰ ਸਾਲ ਬਾਅਦ ਦੋ ਵਾਰ ਯਾਰ ਉੱਥੇ ਰੇਡੀਓ ਸੁਣਿਆ, ਉਹ ਕਹਿੰਦੇ ਰੇਡੀਓ ਸੁਣਦੇ ਹੋ ਤੁਸੀਂ ਹਲੇ। ਮੈਨੂੰ ਲੱਗਦਾ ਸਾਡੀ ਜ਼ਿੰਦਗੀ ਦੀ ਸ਼ਾਹਰਗ ਹੈ, ਲਾਈਫ ਲਾਈਨ ਹੈ ਰੇਡੀਓ। ਅਸੀਂ ਪ੍ਰੋਗਰਾਮ ਕਰਨ ਵਾਲੇ ਵੀ ਸੁਣਦੇ ਹਾਂ ਇੱਕ ਦੂਜੇ ਨੂੰ, ਤੇ ਬਾਹਰ ਵੀ ਬਹੁਤ ਵੱਡਾ ਘੇਰਾ ਇਸ ਰੇਡੀਓ ਨੇ ਜਿਹੜਾ ਸਾਡਾ ਵੱਡਾ ਕੀਤਾ। ਜਦ ਦਾ ਇਹ ਆਨਲਾਈਨ ਸ਼ੁਰੂ ਹੋਇਆ, ਦੱਸਾਂ ਕੁ ਸਾਲ ਪਹਿਲਾਂ, ਜਦ 2010-11 ਦੇ ਵਿੱਚ ਐਪ ਵਗੈਰਾ ਆਨਲਾਈਨ ਸ਼ੁਰੂ ਹੋ ਗਿਆ, ਤਾਂ ਬਹੁਤ ਨੇੜੇ। ਜਿਸ ਤਰ੍ਹਾਂ ਕੱਲ ਮੈਂ ਇੱਕ ਗੱਲ ਕਰ ਰਿਹਾ ਸਾਂ ਸਾਊਥ ਏਸ਼ੀਅਨ ਹੈਲਪਲਾਈਨ ਦੀ, ਤੇ ਬਈ ਇਹਨੂੰ ਅਸੀਂ ਆਰਗੇਨਾਈਜ਼ ਕਰਕੇ ਪੰਜ ਚਾਰ ਜਣਿਆਂ ਨੇ ਪਾਇਆ ਤੇ ਇਹਦੀ ਤੇ ਸੇਵਾ ਕਰਦੇ ਹਾਂ। ਕੱਲ ਕੋਈ ਆਸਟ੍ਰੇਲੀਆ ਤੋਂ ਫੋਨ ਆਇਆ ਸਾਡੇ ਦਫ਼ਤਰ ਦੇ ਵਿੱਚੋਂ, ਪਤਾ ਲੱਗਿਆ ਜੀ ਆਸਟ੍ਰੇਲੀਆ ਤੋਂ, ਹਾਲਾਂਕਿ ਤੁਹਾਡੀ ਜਾਣਕਾਰੀ ਹੈ ਜਿਹੜੀ ਉਹ ਬਿਲਕੁਲ ਸੁਰੱਖਿਅਤ ਹੈ, ਸੀਕ੍ਰੇਟ ਰੱਖਦੇ ਆ, ਕਿਸੇ ਨੂੰ ਕੋਈ ਦੱਸ ਨਹੀਂ ਸਕਦਾ, ਕੌਂਸਲਰ ਉਹਨੇ ਦੱਸਿਆ, ਪਰ ਵੀ ਆਸਟ੍ਰੇਲੀਆ ਤੋਂ ਕੋਈ ਫੋਨ ਆਇਆ ਵੀ ਉਹਨਾਂ ਨੂੰ ਸੇਵਾਵਾਂ ਦਿੱਤੀਆਂ। ਇਸ ਤਰ੍ਹਾਂ ਬਹੁਤ ਕੁਝ ਆ ਜਿਹੜਾ ਰੇਡੀਓ ਤੋਂ ਅਸੀਂ ਸਿੱਖ ਰਹੇ ਹਾਂ, ਕਹਿ ਰਹੇ ਹਾਂ। ਜਿਹੜੇ ਅਸੀਂ ਪ੍ਰੈਜੈਂਟਰ ਹਾਂ, ਜਿਹੜੇ ਹੋਸਟ ਹਾਂ ਸਾਰੇ ਜਿੰਨੇ ਵੀ ਰੇਡੀਓ ਦੇ, ਅਸੀਂ ਤੁਹਾਡੇ ਤੱਕ ਪ੍ਰੋਗਰਾਮ ਲਿਆਉਣ ਲਈ ਆਪ ਹੁਣ ਮਿਹਨਤ ਜਦ ਕਰਦੇ ਹਾਂ ਤਾਂ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਸਿੱਖ ਰਹੇ। ਤੁਹਾਨੂੰ ਸਭ ਕੁਝ ਪਰੋਸ ਕੇ ਵੱਧ ਤੋਂ ਵੱਧ ਵਧੀਆ ਤੋਂ ਵਧੀਆ, ਸਵੇਰ ਤੋਂ 5-6 ਵਜੇ ਤੋਂ ਸ਼ੁਰੂ ਹੋ ਜਾਂਦੇ ਹਾਂ ਅਲੱਗ ਅਲੱਗ ਪ੍ਰੋਗਰਾਮ ਅਲੱਗ ਅਲੱਗ ਰੇਡੀਓ 'ਤੇ, ਤੁਸੀਂ ਜਿਹਨੂੰ ਜਿਹਨੂੰ ਪਸੰਦ ਕਰਦੇ ਹੋ ਸੁਣਦੇ ਹੋ, ਤਾਂ ਤੁਹਾਨੂੰ ਮੁਬਾਰਕ ਹੈ ਜਿੱਥੇ ਵੀ ਤੁਸੀਂ ਸੁਣਨਾ ਚਾਹੁੰਦੇ ਹੋ। ਤੇ ਰਾਤ 10-11 ਘੰਟੇ ਤੱਕ ਕੰਮਾਂ ਤੇ ਘਰੇ ਬੈਠੇ ਮਾਪੇ, ਗੁਰਬਾਣੀ ਵਾਲੇ ਗੁਰਬਾਣੀ ਤੇ ਆਨਲਾਈਨ ਜਿਹੜੇ ਸੋਰੀ ਟਾਕ ਸ਼ੋਅ ਓਪਨ ਲਾਈਨ ਜਿਹੜੇ ਉਹ ਫਿਰ ਹੱਥ ਨੇ, ਫਿਰ ਰਹਿਰਾ ਸਾਹਿਬ ਰਾਤ ਨੂੰ ਲੇਟ ਨਾਈਟ ਸ਼ੋਅ, ਡਰਾਈਵ ਟਾਈਮ ਸ਼ੋਅ, ਤੇ ਖਾਸ ਤੌਰ ਤੇ ਇਸ ਮੰਚ ਦੇ ਉੱਪਰੋਂ ਤੁਸੀਂ ਰਾਤ 12 ਘੰਟੇ ਜਿਹੜਾ ਲਾਈਵ ਟਾਕ ਸ਼ੋਅ ਚੱਲਦਾ ਸਵੇਰੇ 8 ਤੋਂ ਹੱਥ ਨੇ ਰਾਤ ਨੂੰ 8 ਵਜੇ ਤੱਕ। ਬਾਕੀ ਹੋਰ ਵੀ ਰੇਡੀਓ ਨੇ ਮਿਹਨਤਾਂ ਕੀਤੀਆਂ ਜਿਹੜੇ ਪਹਿਲੇ ਆਏ ਉਹਨਾਂ ਨੇ, ਤੇ ਉਹਨਾਂ ਬੰਦਿਆਂ ਨੇ ਜਿਹਨਾਂ ਨੇ ਇਹ ਖਰੀਦੇ, ਜਿਵੇਂ ਬਾਅਦ ਪਰਿਵਾਰ ਨੇ 1550 ਖਰੀਦਿਆ, ਮਿਲੀਅਨਸ ਆਫ ਡਾਲਰ ਲਾਏ। ਓਬੀਅਸਲੀ ਇਹ ਬਿਜ਼ਨਸ ਦੇ ਵਿੱਚ ਆ, CRTC ਵਾਲੇ ਫਿਰ ਰੇਡੀਓ ਕਮਿਊਨਿਟੀ ਵਧਣ ਲੱਗ ਗਈ, ਉਹ ਦੇਣ ਲੱਗ ਗਏ। ਸੋ ਰੇਡੀਓ ਦਾ ਬਹੁਤ ਵੱਡਾ ਸਥਾਨ ਹੈ ਕਮਿਊਨਿਟੀ ਦੇ ਵਿੱਚ, ਤੇ ਹਾਂ ਉਹਦੇ ਵਿੱਚ ਆਪਣੇ ਆਪਣੇ ਹੋਸਟ ਦਾ ਇੱਕ ਅੰਤਰੀਬ ਵੀ ਹੈ, ਜਿਹਨੂੰ ਅਸੀਂ ਜੇ ਮੈਂ ਕਹਾਂ ਜੀ ਮੈਂ ਆਪਣੇ ਅੰਤਰੀਬ ਦੀ ਗੱਲ ਨਹੀਂ ਕਰਦਾ, ਮੈਂ ਤਾਂ ਲੋਕਾਂ ਦੀ ਗੱਲ ਕਰਦਾ, ਇਹ ਨਹੀਂ ਹੈ। ਕੁਝ ਸ਼ਬਦ ਸਿੱਧੇ ਵਰਤ ਦਿੰਦੇ ਨੇ, ਕੁਝ ਘੁਮਾ ਕੇ ਕਾਨੂੰਨ ਨੂੰ ਗੁੜ 'ਚ ਲਪੇਟ ਕੇ ਦੇ ਦਿੰਦੇ ਨੇ, ਪਰ ਅੰਤਰੀਬ ਕਦੇ ਵੀ ਹੋਸਟ ਤੋਂ ਪਰਾਂ ਨਹੀਂ ਹੋ ਸਕਦਾ। ਜੇ ਉਹ ਕਹਿੰਦਾ ਮੈਂ ਆਪਣਾ ਅੰਤਰੀਬ ਨਹੀਂ ਤੁਹਾਡੇ 'ਤੇ ਠੋਸਦਾ, ਝੂਠ ਬੋਲਦਾ, ਬਹੁਤ ਵੱਡਾ ਝੂਠ ਹੈ। ਉਹ ਨਾਲ ਹੀ ਰਹਿਣਾ, ਨਾਲ ਹੀ ਚੱਲਣਾ। ਉਹ ਗੱਲ ਸ਼ਬਦ ਸਿੱਧੇ ਹੋ ਸਕਦੇ ਨੇ, ਕਿਸੇ ਦੇ ਵਿੰਗੇ ਹੋ ਸਕਦੇ, ਪਰ ਉਹ ਆਪਣੀ ਕੋਈ ਬਹੁਤਾਂ ਕੋਲ ਇਹ ਆਰਟ ਹੈ, ਉਹ ਆਪ ਨਹੀਂ ਕਹਿੰਦੇ, ਕਾਲਰਾਂ ਤੋਂ ਕਹਾ ਲੈਂਦੇ ਆ, ਕਾਲਰ ਫਿਕਸ ਕਰਕੇ ਉਹਨਾਂ ਨੂੰ ਕਹਿੰਦਾ ਕਰੀ ਫੋਨ ਆ ਗੱਲ ਕਹਿ ਦੇ, ਇਹ ਵੀ ਚੱਲਦਾ। ਕਿਉਂਕਿ ਇਹਨੂੰ ਸਕਸੈਸ ਵੀ ਕਰਨਾ ਨਾ, ਰੇਟਿੰਗ ਹੈ, ਜਿਹੜਾ ਸਕਸੈਸ ਹੈ ਉਹਨੂੰ ਬਿਜ਼ਨਸ ਮਿਲਣਾ, ਬਿਜ਼ਨਸ ਮਿਲਣਾ ਉਹਦੀ ਤਨਖਾਹ ਵਧੀਆ ਹੋਣੀ ਆ, ਉਸਦਾ ਉਸ ਅਦਾਰੇ 'ਚ ਸਤਿਕਾਰ ਹੋਣਾ, ਇੱਕ ਦੂਜੇ ਦੇ ਪੂਰਕ ਨੇ। ਰੇਡੀਓ ਕਰਕੇ ਹੋਸਟ ਹੈ, ਹੋਸਟ ਕਰਕੇ ਰੇਡੀਓ, ਗੱਲ ਇੱਥੇ ਆ ਕੇ ਖੜ ਗਈ। ਹੋਰ ਵੀ ਆਉਣਗੇ, ਆਨਲਾਈਨ ਚੱਲਣਗੇ, ਬੜਾ ਫਰਕ ਪੈਣਾ, ਪੋਡਕਾਸਟ ਦਾ ਜ਼ਮਾਨਾ ਆ ਜਾਣਾ। ਦੇਖਿਓ ਫਿਰ ਹੁਣ ਬਣੇ ਬਣਾਏ ਪ੍ਰੋਗਰਾਮ ਜਿਵੇਂ ਯੂਟਿਊਬ ਤੇ ਆਪਾਂ ਪਾਉਂਦੇ ਹਾਂ, ਫਿਰ ਪੋਡਕਾਸਟ ਤੁਸੀਂ ਸੁਣਿਆ ਕਰੋਗੇ, ਲੈ ਵੀ ਉਹਨੂੰ ਸੁਣ, ਫਿਰ ਹੁਣ ਫਲਾਣੇ ਦਿਨ ਉਹਨੇ ਕੀ ਕਿਹਾ, ਹੁਣ ਵੀ ਫਾਇਦਾ ਦਿੰਦੇ। ਪਰ ਬਹੁਤ ਕੁਝ ਇਹਨੇ ਦਿੱਤਾ, ਬਹੁਤ ਕੁਝ। ਜੇ ਮੈਂ ਆਪਣੀ ਜ਼ਿੰਦਗੀ ਦੇ ਸਾਹਮਣੇ ਕਰਕੇ ਤੁਹਾਨੂੰ ਸੁਣਨ ਵਾਲਿਆਂ ਨੂੰ ਮੈਂ ਆਪਣਾ ਸਿਰ ਨਵਾ ਕੇ ਕਹਾਂ, ਮੈਨੂੰ ਕੌਣ ਪੁੱਛਦਾ ਇੱਥੇ 2 ਲੱਖ ਬੰਦੇ 'ਚ 20 ਹਰਜੀਤ ਸਿੰਘ ਵਰਗੇ ਤੁਰੇ ਫਿਰਦੇ। ਪਰ ਇਸ ਬ੍ਰੇਕ ਨੇ ਕਿੱਥੇ ਤੱਕ ਆਪਾਂ ਨੂੰ ਇਹਦਾ ਘੇਰਾ ਵੱਡਾ ਕਰ ਦਿੱਤਾ। ਆਸਟ੍ਰੇਲੀਆ 'ਚ ਕੋਈ ਪਿਆਰ ਕਰਦਾ ਹੈ, ਕੋਈ ਜਰਮਨੀ 'ਚ ਬੈਠਾ ਹੈ, ਕੋਈ ਫਿਨਲੈਂਡ 'ਚ ਬੈਠਾ ਹੈ, ਕੋਈ ਲੰਡਨ ਬੈਠਾ ਹੈ, ਕੋਈ ਅਮਰੀਕਾ 'ਚ, ਕੈਨੇਡਾ 'ਚ, ਦੂਰ ਦੂਰ ਸ਼ਹਿਰਾਂ 'ਚ ਬੈਠੇ ਨੇ। ਉਹ ਜਾਣਨ ਲੱਗ ਗਏ ਵੀ ਆਹ ਫਲਾਣਾ ਰੇਡੀਓ ਯਾਰ, ਉਹਦੇ 'ਤੇ ਫਲਾਣਾ ਬੰਦਾ ਕੰਮ ਕਰਦਾ। ਫਿਰ ਉਹ ਇੱਕ ਦੂਜੇ ਨੂੰ ਕਹਿਣ ਲੱਗ ਗਏ, ਸੁਣਨ ਲੱਗ ਗਏ। 5 ਸੁਣਦੇ ਆ, 50 ਸੁਣਦੇ ਆ, 500 ਸੁਣਦੇ ਆ, 50,000 ਸੁਣਦੇ ਆ, ਇਹ ਨਹੀਂ ਮੈਨੂੰ ਪਤਾ, ਪਰ ਸਿਸਟਮ ਇੱਕ ਵਾਰ ਧੂੰਆਂ ਮਾਰਨ ਲੱਗ ਜਾਂਦਾ 11 ਵਜੇ, ਇਹ ਮੈਨੂੰ ਪਤਾ। ਤੇ ਔਰ ਇਹਦੇ ਵਿੱਚੋਂ ਜ਼ਿੰਦਗੀ ਬੜੀ ਸਿੱਧੀ ਹੋਈ ਹੈ। ਜਦ ਤੁਸੀਂ ਕੁਝ ਪੇਸ਼ ਕਰਨਾ, ਉਦੋਂ ਪਹਿਲਾਂ ਪੜ੍ਹਨਾ ਤੁਸੀਂ, ਉਹ ਪੜ੍ਹਨ ਦੇ ਵਿੱਚੋਂ ਬੜਾ ਕੁਛ ਨਿਕਲਦਾ। ਇੱਕ ਆਇਡੈਂਟੀਟੀ ਬਣ ਗਈ ਤੁਹਾਡੀ, ਇੱਕ ਆਇਡੈਂਟੀਟੀ ਤੁਹਾਡੀ ਨਾਲ ਚੱਲਦੀ ਹੈ, ਤੁਹਾਡੇ ਤੋਂ ਕੁਝ ਫਿਰ ਬਾਹਰ
ਉਹਨਾਂ ਨੂੰ ਆਸ ਹੁੰਦੀ ਅੱਛਾ ਵੀ ਆਹ ਗੱਲ ਫਿਰ ਹੁਣ ਐ ਹੋਊਗੀ, ਹੁਣ ਨੀ ਹੋਈ ਤਾਂ ਹੁਣ ਹੋਊਗੀ। ਹਰ ਇੱਕ ਹੋਸਟ ਤੋਂ ਹਰ ਇੱਕ ਤੁਹਾਡੀ ਆਸ ਆ, ਫਲਾਣੇ ਹੋਸਟ ਨੇ ਇਸ ਤਰ੍ਹਾਂ ਗੱਲ ਕਰਨੀ ਹੈ, ਫਲਾਣੇ ਨੇ ਇਸ ਤਰ੍ਹਾਂ ਕਰਨੀ ਹੈ, ਫਲਾਣੇ ਰੇਡੀਓ ਤੇ ਆਹ ਗੱਲ ਉੱਥੇ ਹੋਊ ਜ਼ਰੂਰ। ਇਸ ਤਰ੍ਹਾਂ ਫਿਰ ਇਹ ਇੱਕ ਮਾਣ ਹੈ, ਗੁਰੂ ਪਾਤਸ਼ਾਹ ਨੇ ਕੰਡ ਤੇ ਹੱਥ ਰੱਖਿਆ। ਜ਼ਿਆਦਾਤਰ ਜਿੰਨੇ ਅਸੀਂ ਹੋਸਟ ਹਾਂ, ਕੋਈ ਪੜ੍ਹਿਆ ਹੋਵੇ ਪਤਾ ਨਹੀਂ ਲੁਕਮਾ, ਉਹ ਜਿਹੜੀਆਂ ਉੱਥੇ ਵਾਲੀਆਂ ਡਿਗਰੀਆਂ ਡੁਗਰੀਆਂ ਤਾਂ ਅਸੀਂ ਲਾ ਲਾਂਗੇ ਨਾਲ, ਇੰਜੀਨੀਅਰ ਹਾਂ ਜੀ, ਅਸੀਂ ਡਾਕਟਰ ਹਾਂ ਜੀ, ਅਸੀਂ ਵਕੀਲ ਹਾਂ ਜੀ, ਪਰ ਇੱਥੇ ਵਾਲੀ ਪੜ੍ਹਾਈ ਜੇ ਕਿਸੇ ਨੇ ਕੀਤੀ ਹੋਵੇ ਬੜੀ ਘੱਟ ਹੈ। ਜਿਹਨੇ ਕੈਨੇਡੀਅਨ ਜਰਨਲਿਜ਼ਮ ਪੜ੍ਹਿਆ ਹੋਵੇ, ਜੇ ਪੜ੍ਹਿਆ ਹੋਵੇ ਉਹ ਠੀਕ ਹੈ ਐਥਿਕਸ ਨੇ ਜਰਨਲਿਜ਼ਮ ਦੇ, ਪਰ ਜੇ ਲੋਕਾਂ ਦੀ ਕਚਹਿਰੀ 'ਚ ਐਕਸੈਪਟਡ ਨਹੀਂ ਹੋਇਆ ਤਾਂ ਉਹਨੂੰ ਐਥਿਕਸ ਨੂੰ ਕੀ ਕਰਨਾ। ਠੀਕ ਹੈ, ਇਹਦੇ ਵਿੱਚ ਕੁਝ ਨਾ ਕੁਝ ਚਾਹੀਦਾ, ਪਰ ਸਾਡਾ ਇਹ ਘੇਰਾ ਥੋੜ੍ਹਾ ਜਿਹਾ ਵੱਡਾ ਹੋਣਾ ਚਾਹੀਦਾ। ਮੇਨ ਸਟ੍ਰੀਮ ਮੀਡੀਆ ਜਦ ਸੁਣਦੇ ਨੇ, ਉਹਨੂੰ ਸੁਣਨ ਵਾਲੇ ਤੇ ਜਿਨ੍ਹਾਂ ਦੇ ਉਹ ਕ੍ਰਿਟਿਕ ਨੇ ਉਹਨਾਂ ਦੇ ਬਹੁਤ ਵੱਡੇ ਦਿਲ ਨੇ ਔਰ ਬੜੇ ਕਰੜੇ ਸ਼ਬਦ ਉਹ ਬਦਲਦੇ। ਇੱਥੇ ਤਾਂ ਅਸੀਂ ਨਿੱਜ 'ਚ ਲੈ ਲੈਂਦੇ ਹਾਂ, ਅੱਛਾ ਮੈਨੂੰ ਕਹਿਤਾ ਮੈਨੇਜਰ ਨੂੰ ਫੋਨ, ਮੈਨੇਜਰ ਨੇ ਨੀ ਚੱਕਿਆ ਮਾਲਕਾਂ ਨੂੰ ਫੋਨ, ਮਾਲਕਾਂ ਨੇ ਚੱਕਿਆ ਅੱਛਾ ਚਿੱਠੀ ਪਾਉਂਦੇ ਵਕੀਲ ਦੀ, ਫਿਰ ਤੈਨੂੰ ਇਹ ਵੀ ਫੋਨ ਆਉਂਦੇ ਹੁੰਦੇ ਦੱਸ ਕੇ ਚਿੱਠੀ ਪਾਉਂਦੇ ਆ, ਜਿਵੇਂ ਕਹਿੰਦੇ ਨੇ ਪੁਲਿਸੀ ਫੰਡ ਆਉਂਦੇ ਆ ਤੈਨੂੰ, ਜਿਵੇਂ ਅੱਜ ਕੱਲ੍ਹ ਸਕੈਮ ਹੁੰਦਾ। ਪਰ ਇਹ ਰੇਡੀਓ ਨੇ ਬਹੁਤ ਕੁਝ ਦਿੱਤਾ, ਜਿੱਥੇ ਘਰ ਦੀ ਰੋਟੀ ਚੱਲਦੀ ਆ ਇਹਦੇ ਨਾਲ, ਉਹਦੇ ਨਾਲ ਜਿਹੜਾ ਬਾਹਰ ਇੱਕ ਘੇਰਾ ਵੱਡਾ ਕੀਤਾ, ਉਹਦੇ ਲਈ ਇਹ ਰੇਡੀਓ ਬਹੁਤ ਵੱਡੀ ਗੱਲ ਹੈ। ਤੇ ਉਹ ਮੰਚ ਜਿਹਨੇ ਸਮਾਂ ਦਿੱਤਾ ਪਹਿਲਾਂ ਬਾਅਦ ਪਰਿਵਾਰ ਨੇ, ਹੁਣ ਖੇਲਾ ਪਰਿਵਾਰ, ਉਹਦਾ ਤਾਂ ਧੰਨਵਾਦ ਹੈ ਜਿਹਨਾਂ ਨੇ ਬ੍ਰੇਕ ਦਿੱਤੀ ਬਾਦ ਸਾਹਿਬ ਉਹਨਾਂ ਨੇ। ਨਹੀਂ ਤਾਂ ਕਿਉਂਕਿ ਹੁਣ ਗੱਲ ਇਹ ਆ ਵੀ ਹਜ਼ਾਰ ਬੰਦਾ ਭੱਜਿਆ ਜਾਂਦਾ, ਗੱਬੇ ਬੱਸ ਖੜੀ ਹੈ, ਹੁਣ ਬੱਸ ਵਾਲਾ ਕੰਡਕਟਰ ਦਰਵਾਜ਼ਾ ਖੁੱਲੂ ਤਾਂ ਹੀ ਅੰਦਰ ਵੜਾਂਗੇ। ਸਾਰੇ ਚਾਹੁੰਦੇ ਨੇ ਮੈਂ ਵੀ ਬਣਨਾ, ਮੈਂ ਵੀ ਬਣਨਾ, ਪਰ ਉਹ ਫਿਰ ਕਹਿੰਦੇ ਚੰਗਾ ਚੱਲ ਇਹਨੂੰ ਦੇਖ ਲਈਏ, ਟਰਾਈ ਕਰ। ਹਾਂ, ਉਹਦੇ 'ਚ ਕੁਰਬਾਨੀ ਵੀ ਹੈ, ਫਿਰ ਸ਼ਿੱਦਤ ਵੀ ਹੈ, ਮਿਹਨਤ ਵੀ ਹੈ, ਫੇਥਫੁਲਨੈਸ, ਪੂਰੀ ਓਨੈਸਟ ਰਹਿ ਕੇ ਆਪਣੇ ਕਿੱਤੇ ਨਾਲ ਤੇ ਆਪਣੇ ਜਿਹੜੇ ਇੰਪਲਾਇਰ ਨੇ ਉਹਦੇ ਨਾਲ। ਕਰਪਸ਼ਨ ਵੀ ਇਹ 'ਚ ਫੈਲਦੀ ਹੈ, ਪੈਸਾ ਵੀ ਇਨਵੋਲਵ ਹੁੰਦਾ ਵੀ ਚੱਲ ਐਂ ਨਹੀਂ ਤਾਂ ਐਂ ਕਰਵਾ ਲਓ, ਆਹ ਕਰਾ ਲਓ, ਇਹਦੇ ਤੋਂ ਪਹਿਲਾਂ ਹੋ ਕੇ ਵੀ ਮਿਹਣਾ ਨਾ ਹੋਵੇ ਕਿਸੇ ਤੋਂ ਵੀ, ਬਈ ਕੋਈ ਕਹੇ ਬਈ ਆਹ ਚੀਜ਼ ਅਸੀਂ ਐਂ ਕਰਵਾ ਲਈ, ਜਦ ਇਹ ਹੋ ਜਾਂਦੀ ਆ ਫਿਰ ਉਹਦਾ ਫਾਇਦਾ ਨਹੀਂ ਹੈ। ਫਿਰ ਇਸ ਗੱਦੀ ਤੇ ਜਗ੍ਹਾ ਤੇ ਬਹਿਣਾ ਇਸ ਦੇ ਨਾਲ ਜਿਹੜਾ ਉਹ ਧਰੋ ਕਰਨਾ। ਮੇਨ ਸਟ੍ਰੀਮ ਵਾਲੇ ਬੰਦਿਆਂ ਨੂੰ ਮੈਂ ਵੇਖਦਾ, ਦੇਖਿਓ ਕਿਤੇ ਪਬਲਿਕ ਫੰਕਸ਼ਨ ਤੇ, ਕਿਸੇ ਗਾਉਣ ਵਾਲੇ ਦੇ, ਕਿਸੇ ਫਿਲਮ ਦੇ ਪ੍ਰੀਮੀਅਰ ਤੇ, ਉਹ ਨਹੀਂ ਜਾਂਦੇ ਕਿਉਂ ਇਹ ਉਹਨਾਂ 'ਚ ਲਿਪਤ ਨਹੀਂ। ਸਾਡੇ ਹਲੇ ਹੈ ਵੀ ਚੱਲ ਬਈ ਫਲਾਣੇ ਸ਼ੋਅ ਤੇ ਮੂਹਰੇ ਬੈਠਾਂਗੇ, ਫਿਲਮ ਦਾ ਪ੍ਰੀਮੀਅਰ ਹੋ ਉਹ ਦੇਖਾਂਗੇ, ਨੋ, ਇਹ ਪਰਾਂ ਹੋਣਾ ਚਾਹੀਦਾ, ਬਿਲਕੁਲ ਨਹੀਂ ਜਾਣਾ। ਤਾਂ ਜਾਓ, ਆਪ ਜਾਓ, ਆਪਣੀ ਤਰੀਕੇ ਨਾਲ ਜਾਓ, ਪਰ ਇਹ ਨਹੀਂ ਹੋਣਾ ਚਾਹੀਦਾ ਵੀ ਤੁਹਾਨੂੰ ਇਹ ਰੁਤਬੇ ਕਰਕੇ ਤੁਹਾਨੂੰ ਆਰਗੇਨਾਈਜ਼ਰ ਲੱਭਦੇ ਫਿਰ ਲਿਆਓ ਜੀ, ਫਿਰ ਇਹਨੂੰ ਸੱਦੀਏ ਜੀ, ਫਿਰ ਸਾਡੇ ਲਈ ਕੱਲ੍ਹ ਨੂੰ ਚੰਗੇ ਗੱਲ ਬੋਲੂ, ਇਹਦੇ 'ਚੋਂ ਵੀ ਪਰਾਂ ਹੋਣਾ ਚਾਹੀਦਾ। ਇਹ ਡਿਸਾਈਡ ਕੁਛ ਕੀਤਾ ਮੈਂ ਪਿਛਲੇ ਸਾਲ ਤੋਂ ਬਈ ਇਹ ਨਹੀਂ ਕਰਨਾ, ਬਿਲਕੁਲ ਆਪ ਤੁਸੀਂ ਕਰੋ। ਹਾਂ, ਬਾਕੀ ਲੋਕਾਂ ਵਾਂਗੂ ਜਾਓ, ਤੁਸੀਂ ਟਿਕਟਾਂ ਲਓ ਤੇ ਜਾਓ, ਇਹ ਨਾ ਹੋਵੇ ਵੀ ਕੋਈ ਤੁਹਾਡੇ ਤੇ ਲੱਤ ਘੁਮਾਵੇ, $20 ਦੀ ਟਿਕਟ ਦੇ ਕੇ ਵੀ ਲੈ ਜੀ ਕੱਲ ਨੂੰ ਸਾਡੇ ਸੋਹਲੇ ਗਾ ਹੁਣ ਜਾ ਕੇ। ਸੋ ਇਹਦੇ ਐਥਿਕਸ ਵੀ ਚਾਹੀਦੇ ਆ, ਮੇਰੇ ਖਿਆਲ ਸਾਨੂੰ ਇਹਨੂੰ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ। ਧੰਨਵਾਦ ਹੈ ਤੁਹਾਡਾ ਇਸ ਰੇਡੀਓ ਡੇ ਤੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਕੋਈ ਸ਼ਬਦ ਜਿਹੜੇ ਕੋਈ ਤਿੱਖੇ ਹੋਏ ਹੋਣ ਕਿਸੇ ਨੂੰ, ਚੁਭੇ ਹੋਣ, ਅੱਜ ਤੱਕ ਦੱਸਾਂ 11 ਸਾਲਾਂ 'ਚ 11 ਸਾਲ ਹੋ ਜਾਣੇ ਨੇ ਮਾਰਚ 'ਚ, ਤੇ ਉਹਦੇ ਲਈ ਮਾਫੀ ਹੈ। ਤੇ ਵਿਰਵਤਾ ਨਾਲ ਵੱਧ ਤੋਂ ਵੱਧ ਵਧੀਆ ਹੋਰ ਕਰੀਏ, ਇਹੀ ਰੇਡੀਓ ਡੇ ਦਾ ਮੇਰੇ ਖਿਆਲ ਸੁਨੇਹਾ। ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਕੱਲ ਨੂੰ ਸ਼ੁੱਕਰਵਾਰ ਹੈ, 11 ਵਜੇ ਮਿਲਾਂਗੇ ਤੇ ਗੱਲਬਾਤ ਚੱਲਦੀ ਰਹੂਗੀ ਕੋਈ ਨਵੀਂ। ਕੱਲ ਨੂੰ ਨਿਹੰਗ ਸਿੰਘਾਂ ਦੇ ਬੋਲੇ ਵੀ ਮੈਂ ਸੁਣਾਉਣੇ ਆ, ਲੱਭਿਆ ਮੈਂ ਕਾਗਜ਼ ਪੱਤਰ ਕਿਤੇ, ਤੇ ਹਾਸੇ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਰਹਿਣਾ ਬਹਿਣਾ, ਉਹਨਾਂ ਦੀਆਂ ਗੱਲਾਂ ਕਰਨ ਦਾ ਢੰਗ, ਇਹ ਪੁਰਾਤਨ ਜਿਹੜਾ ਸਮੇਂ ਨੂੰ ਹੁਣ ਦੇ ਸਮੇਂ 'ਚ ਲੈ ਕੇ ਵਿਚਰਦੇ ਨੇ, ਬੜਾ ਵਧੀਆ ਤਵਾਰੀਖਾਂ ਦੀ ਗੱਲ ਹੈ। ਤੇ ਅਖੀਰ ਦੇ ਵਿੱਚ ਰੇਡੀਓ ਸੰਬੰਧੀ ਗੀਤ ਇੱਕ, ਰੱਬ ਰਾਖਾ ਤੇ ਧੰਨਵਾਦ।